ਮੈਸ਼ਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਵਾਲੀਆ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਇਸ ਵਕਤ ਅਸੀਂ ਲਾਈਵ ਹਾਂ ਆਪਣੇ ਚੈਨਲ ਤੇ ਨਾਲ ਦੀ ਨਾਲ ਜਿਹੜਾ ਸਾਡਾ YouTube ਚੈਨਲ ਹੈ ਉਹਦੇ ਉੱਪਰ ਵੀ ਐਂਡ ਦੇ ਸੁਨੇਹੇ ਦੇ ਵਿੱਚ ਤੁਸੀਂ ਸਾਨੂੰ ਜਿੱਥੇ-ਜਿੱਥੇ ਬੈਠੇ ਵੀ ਇਸ ਵਕਤ ਦੇਖ ਰਹੇ ਹੋ ਤੁਸੀਂ ਆਪਣੀਆਂ ਘੜੀਆਂ ਦੇ ਉੱਪਰ ਟਾਈਮ ਜ਼ਰੂਰ ਨੋਟ ਕਰ ਲਾਓ ਕਿ ਇਹ ਜਿਹੜਾ ਪ੍ਰੋਗਰਾਮ ਹੈ ਇੰਡੀਆ ਦੀ ਟਾਈਮਿੰਗ ਮੰਗਲਵਾਰ ਤੋਂ ਸ਼ਨੀਵਾਰ ਇਸੇ ਟਾਈਮ ਲਾਈਵ ਹੁੰਦਾ ਜੀ ਆਪਣੇ ਚੈਨਲ ਤੇ ਨਾਲ ਦੇ ਨਾਲ YouTube ਦੇ ਉੱਪਰ ਐਂਡ ਇਸ ਪ੍ਰੋਗਰਾਮ ਪ੍ਰਾਈ ਫੋਕਸ ਦੇ ਵਿੱਚ ਅਸੀਂ ਬਹੁਤ ਸਾਰੇ ਗੈਸਟ ਜਿਹੜੇ ਨੇ ਉਹ ਲੈ ਕੇ ਆਉਂਦੇ ਆ ਜਿਨ੍ਹਾਂ ਦਾ ਨਾਲ ਅਸੀਂ ਅਲੱਗ-ਅਲੱਗ ਪਹਿਲੂਆਂ ਦੇ ਉੱਪਰ ਅਲੱਗ-ਅਲੱਗ ਐਂਗਲਸ ਤੋਂ ਅਲੱਗ-ਅਲੱਗ ਨਜ਼ਰੀਏ ਨਾਲ ਗੱਲਬਾਤ ਕਰਦੇ ਆ ਤੇ ਵਿਸ਼ੇ ਉਹੀ ਹੁੰਦੇ ਨੇ ਜਿਹੜੇ ਕਿ ਆਪਣੇ ਨਾਲ ਡਾਇਰੈਕਟ ਲਿੰਕ ਨੇ ਕਈ ਵਾਰ ਹੁੰਦਾ ਕਿ ਇਨਡਾਇਰੈਕਟ ਲਿੰਕਡ ਹੁੰਦੇ ਨੇ ਪਰ ਨਹੀਂ ਜ਼ਿਆਦਾਤਰ ਅਸੀਂ ਡਾਇਰੈਕਟ ਲਿੰਕ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਪਰ ਗੱਲਬਾਤ ਕਰਦੇ ਆਂ ਤੇ ਇਹ ਵੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵੀ ਇਹਦੇ ਵਿੱਚ ਗੱਲਾਂបਾਤਾਂ ਉਹ ਕੀਤੀਆਂ ਜਾਣ ਇਹਨਾਂ ਸ਼ੋਜ਼ ਦੇ ਵਿੱਚ ਉਹ ਗੱਲਾਂਬਾਤਾਂ ਕੀਤੀਆਂ ਜਾਣ ਜਿਨ੍ਹਾਂ ਨਾਲ ਸਾਨੂੰ ਵਾਕਿਆ ਹੀ ਫਰਕ ਪੈਂਦਾ ਸੋ ਤੁਸੀਂ ਆਪਣਾ ਭਰਪੂਰ ਪਿਆਰ ਦੇ ਰਹੇ ਹੋ ਜੀ ਉਹਦੇ ਲਈ ਅਸੀਂ तहे ਦਿਲੋਂ ਸ਼ੁਕਰਗੁਜ਼ਾਰ ਆ ਪ੍ਰਾਈਮੇਰੀ ਸ਼ਾ ਟੀਵੀ ਦੀਆਂ ਬਹੁਤ ਸਾਰੀਆਂ ਵੀਡੀਓਜ਼ ਹਰ ਰੋਜ਼ YouTube ਟ੍ਰੈਂਡਿੰਗ ਦੇ ਵਿੱਚ ਆਉਂਦੀਆਂ ਨੇ ਇਹ ਤੁਹਾਡੇ ਪਿਆਰ ਦਾ ਸਬੂਤ ਹੈ ਤੇ ਇਹਦੇ ਲਈ ਪ੍ਰਾਈਮੇਸ਼ਾ ਟੀਵੀ ਦਾ ਆਧਾਰਾ ਬਹੁਤ ਸ਼ੁਕਰਗੁਜ਼ਾਰ ਹੈ ਆਪ ਸਭ ਦਾ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਸਿਹਤ ਨਾਲ ਸੰਬੰਧਿਤ ਹੈ ਆਮ ਤੌਰ ਤੇ ਇੱਕ ਬਿਮਾਰੀ ਜਿਹੜੀ ਕਿ ਸਾਡੇ ਸਰੀਰ ਨੂੰ ਅੰਦਰੋਂ ਅੰਦਰ ਖਾਂਦੀ ਹੈ ਉਹ ਹੈ ਡਿਪਰੈਸ਼ਨ ਪਰ ਉਹ ਲੱਗਦੀ ਜਾ ਕੇ ਦਿਮਾਗ ਨੂੰ ਆ ਮਨ ਨੂੰ ਸੋ ਕਿਤੇ ਨਾ ਕਿਤੇ ਇਹ ਹੋ ਗਿਆ ਕਿ ਜਿਹੜਾ ਸਾਡਾ ਮਨ ਹੈ ਉਹ ਤੰਦਰੁਸਤ ਨਹੀਂ ਤੇ ਅਸੀਂ ਐਂ ਸੋਚਦੇ ਨੇ ਕਿ ਵੀ ਮਨੀ ਰਾਮ ਠੀਕ ਨਹੀਂ ਹੈਗਾ ਇਸ ਕਰਕੇ ਕੰਮ ਕਰਨ ਨੂੰ ਚਿਤ ਨਹੀਂ ਕਰਦਾ ਸਾਨੂੰ ਲੱਗਦਾ ਹੈ ਕਿ ਸਰੀਰ ਸਾਡਾ ਫਿੱਟ ਹੈ ਪਰ ਮਨ ਤੰਦਰੁਸਤ ਨਹੀਂ ਹੈ ਦੈਟਸ ਵੇ ਸਾਡੇ ਹਾਲਾਤ ਨੇ ਪਰ ਅੱਜ ਅਸੀਂ ਜਾਣਾਂਗੇ ਕਿ ਅਸਲ ਦੇ ਵਿੱਚ ਗੇਮ ਕੁਝ ਹੋਰ ਹੈ ਇਹ ਸਾਰੇ ਕੁਝ ਦੇ ਉੱਪਰ ਰੌਸ਼ਨੀ ਪਾਉਣ ਦੇ ਲਈ ਡਾਕਟਰ ਸਰਮੋ ਆਪਾਂ ਆਪਣੇ ਸਟੂਡੀਓ ਦੇ ਸਦਕਾ ਆਪਾਂ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਜੀ ਬਹੁਤ ਮਿਹਰਬਾਨੀ ਥੈਂਕ ਯੂ ਗੁਰਪ੍ਰੀਤ ਸਿੰਘ ਜੀ ਸਭ ਤੋਂ ਪਹਿਲਾਂ ਮੈਂ ਸਮੂਹ ਦਰਸ਼ਕਾਂ ਦਾ ਧੰਨਵਾਦ ਕਰਦਾ ਹਾਂ ਤੇ ਫਤਿਹ ਹਲ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕ ਸਾਹਿਬ ਜਿੱਦਾ ਅੱਜ ਆਪਾਂ ਗੱਲ ਕਰਨੀ ਆ ਕਿ ਜੀ ਵੀ ਜਿਹੜੀ ਮਨ ਦੀ ਤੰਦਰੁਸਤੀ ਹੈ ਉਹਦੇ ਲਈ ਤਨ ਦੀ ਯਾਨੀ ਸਰੀਰ ਦੀ ਤੰਦਰੁਸਤੀ ਜ਼ਰੂਰੀ ਹੈ ਜੀ ਜੀ ਇਨ ਨੂੰ ਤੁਸੀਂ ਕਿਦਾਂ ਡਿਸਕ੍ਰਾਈਬ ਕਰੋਗੇ ਹਾਂਜੀ ਸੰਧਵਲੀ ਸਾਹਿਬ ਇਸ ਤਰ੍ਹਾਂ ਹੈ ਸਭ ਤੋਂ ਪਹਿਲਾਂ ਤਾਂ ਮੈਂ ਜੋ ਹੈਗਾ ਇੱਕ ਚੀਜ਼ ਜੋ ਬਹੁਤ ਅਹਿਮ ਹੈ ਉਹ ਦੱਸਣਾ ਚਾਹੁੰਦਾ ਹਾਂ ਕਿ ਸਾਡੀ ਹੋਂਦ ਕੀ ਹੈ ਅਸੀਂ ਉਹ ਬਹੁਤ ਉਹਦੇ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ ਉਸ ਤੋਂ ਬਾਅਦ ਹੀ ਅਸੀਂ ਜਿਹੜਾ ਹੈਗਾ ਇਸ ਮਜਮੂਨ ਤੇ ਅੱਗੇ ਚੱਲ ਪਾਵਾਂਗੇ ਸਹੀ ਜੀ ਸਭ ਤੋਂ ਪਹਿਲਾਂ ਹੈ ਕਿ ਅਸੀਂ ਇਸ ਧਰਤੀ ਦੇ ਉੱਤੇ ਜੀਵ ਹਾਂ ਔਰ ਸਾਡੀ ਜੋ ਹੋਂਦ ਹੈਗੀ ਹੈ ਉਹ ਕਰੋੜਾਂ ਸਾਲਾਂ ਤੋਂ ਇੱਕ ਜੋ ਥਿਉਰੀ ਹੈ ਡਾਰਵਿਨ ਥਿਉਰੀਜ਼ ਉਹਦੇ ਮੁਤਾਬਕ ਥਿਉਰੀ ਆਫ ਇਵੋਲੂਸ਼ਨ ਉਹਦੇ ਮੁਤਾਬਕ ਇਹ ਸਾਡਾ ਵਿਕਸਿਤ ਰੂਪ ਜਿਹੜਾ ਬਣਿਆ ਹੈ ਵਿਯੋਕਾ ਤੇ ਇਸ ਦੇ ਵਿੱਚ ਸਾਡੀ ਕੀ ਹੁੰਦਾ ਹੈ ਕਿ ਅਸੀਂ ਇਸ ਧਰਤੀ ਉੱਤੇ ਹਾਂ ਔਰ ਸਾਡੇ ਉੱਪਰ ਇੱਕ ਪਲੈਨੇਟਰੀ ਸਿਸਟਮ ਹੈ ਜੀ ਜਿਹਦੇ ਵਿੱਚ ਵੱਖ-ਵੱਖਰੇ ਗ੍ਰਹਿ ਹਨ ਔਰ ਜਿਸ ਤਰ੍ਹਾਂ ਬੁੱਧ ਹੈ ਸ਼ੁਕਰ ਹੈ ਬ੍ਰਿਸਪਤ ਹੈ ਇਸ ਤਰ੍ਹਾਂ ਮਤਲਬ ਇਹ ਹੈ ਕਿ ਨਿਸ਼ਾਨੇ ਹੈ ਨੈਪਚੂਨ ਪਲੂਟੋ ਇੱਕ ਸੋਰ ਮੰਡਲ ਹੈ ਜੀ ਜਿਹਦੇ ਵਿੱਚ ਇੱਕ ਸੋਲਰ ਸਿਸਟਮ ਦਾ ਹੀ ਰਹੇਗਾ ਪਾਰਟ ਹੈਗੇ ਨੇ ਪਰ ਇਸ ਸੋਲਰ ਸਿਸਟਮ ਦੇ ਵਿੱਚ ਅਨੇਕਾਂ ਸੂਰਜ ਹਨ ਸੂਰਜ ਤੋਂ ਵੀ ਬਹੁਤ ਵੱਡੇ ਸਿਤਾਰੇ ਹਨ ਜੀ ਔਰ ਜੋ ਦੇਖਿਆ ਜਾ ਰਿਹਾ ਤੇ ਜੋ ਧਰਤੀ ਹੈ ਇਹ ਸਭ ਤੋਂ ਛੋਟਾ ਮੰਡਲ ਹੈ ਇਸਾਈ ਦੇ ਮੁਤਾਬਕ ਜਿਹਦਾ ਕਿ ਇੱਕ ਡਾਇਮੀਟਰ ਤਕਰੀਬਨ 13000 ਕਿਲੋਮੀਟਰ ਹੈ ਤੋ ਆਮ ਇਸ ਤਰ੍ਹਾਂ ਮਤਲਬ ਜੋ ਇੱਕ ਬ੍ਰਿਸਪਤ ਹੈ ਜਿਹੜਾ ਕਿ ਸਾਡੀ ਧਰਤੀ ਨਾਲ ਤਕਰੀਬਨ 1300 ਗੁਣਾ ਵੱਡਾ ਹੈ ਔਰ ਇਸ ਤਾਂ ਸੂਰਜ ਹੈ ਤਕਰੀਬਨ 1,30,000 ਗੁਣਾ ਵੱਡਾ ਹੈ ਲੇਕਿਨ ਸੂਰਜ ਤੋਂ ਵੀ ਵੱਡੇ ਬਹੁਤ ਮਤਲਬ ਜਿਹਦੇ ਹੈਗੇ ਨੇ ਹੋਰ ਤਾਰੇ ਹਨ ਜੀ ਔਰ ਅੱਗੇ ਤੋਂ ਅੱਗੇ ਇੱਕ ਗੈਲੈਕਸੀ ਹੈ ਇੱਕ ਜਿਹਨੂੰ ਆਪਾਂ ਮਿਲਕੀਵੇ ਕਹਿੰਦੇ ਹੈਗੇ ਆ ਸੋ ਇਸ ਤਾਂ ਦੇ ਕਰੋੜਾਂ ਅਸੰਖਾਂ ਮਿਲਕੀਵੇ ਹਨ ਜੀ ਸੋ ਇਨਸਾਨ ਦੀ ਸੋਚ ਜਿਹੜੀ ਹੈਗੀ ਆ ਉਹ ਕਈ ਵਾਰੀ ਚੱਕਰ ਖਾ ਜਾਂਦੀ ਹੈ ਕਿ ਇਹ ਇੱਦਾਂ ਵੱਡਾ ਪਸਾਰਾ ਇਸ ਇਸ ਨੂੰ ਕੌਣ ਕੌਣ ਇਸ ਨੂੰ ਕਿਸ ਨੇ ਬਣਾਇਆ ਹੈ ਕੋਈ ਨਾ ਕੋਈ ਹੈ ਕੋਈ ਇਹਦਾ ਸ਼ਿਰਪਕਾਰ ਹੈ ਕੋਈ ਇਸ ਨੂੰ ਸਿਰਜਣ ਵਾਲਾ ਹੈ ਉਹ ਕੌਣ ਹੈ ਤੇ ਇੱਥੇ ਇੱਕ ਚੱਕਰ ਆ ਜਾਂਦਾ ਹੈ ਸੋ ਇਹ ਜੇ ਆਪਾਂ ਇਹਦੀ ਗਹਿਰਾਈ 'ਚ ਜਾਣ ਦੀ ਕੋਸ਼ਿਸ਼ ਕਰੀਏ ਤਾਂ ਕਈ ਲੋਕ ਇਥੋਂ ਨਾਸਤਿਕ ਵੀ ਹੋ ਜਾਂਦੇ ਹਨ ਕਿ ਨਹੀਂ ਕੁਛ ਨਹੀਂ ਹੈ ਜੀ ਹੈ ਉਹ ਨਾਸਤਿਕ ਪੁਨਾ ਕੀ ਹੈ ਜਿਸ ਤਰ੍ਹਾਂ ਇੱਕ ਬਿੱਲੀ ਦੇ ਅੱਗੇ ਕਬੂਤਰ ਬੈਠਾ ਹੋਵੇ ਤੇ ਕਬੂਤਰ ਕਹੇ ਬਿੱਲੀ ਇਹਨੇ ਹੁਣ ਖਾ ਜਣਾ ਹੈ ਤੇ ਉਹ ਕਿ ਜਾਣ ਬੁੱਝ ਕੇ ਅੱਖਾਂ ਮੀਟ ਲੈਂਦਾ ਹੈ ਤਾਂ ਕੋਈ ਬਿੱਲੀ ਨਹੀਂ ਹੈ ਤੇ ਪਤਾ ਉਹਦੇ ਨੂੰ ਲੱਗਦਾ ਜਦੋਂ ਬਿੱਲੀ ਉਸ ਤੇ ਚਪਕ ਪੈਂਦੀ ਹੈ ਤ ਉਹਨੂੰ ਖਤਮ ਕਰ ਜਾਂਦੀ ਹੈ ਸੋ ਇਸ ਤਰ੍ਹਾਂ ਹੀ ਇਨਸਾਨ ਦੀ ਹੋਂਦ ਹੈਗੀ ਹੈ ਤੇ ਇਹਦੇ ਵਿੱਚ ਕੀ ਹੈਗਾ ਬਹੁਤੇ ਤਾਂ ਨਾਸਤਿਕ ਹੋ ਕੇ ਨਹੀਂ ਮੰਨਦੇ ਨੇ ਉਹ ਇੱਕ ਕੈਟੇਗਰੀ ਹੈ ਜੀ ਦੂਸਰੇ ਜਿਹੜੇ ਮੰਨਦੇ ਹਨ ਉਹ ਬਹੁਤ ਸਿਆਣੇ ਹੋ ਗਏ ਉਹ ਸਿਆਣੇ ਹੋ ਗਏ ਦੀ ਖੋਜ ਲੱਗ ਗਈ ਤੇ ਪੱਲੇ ਉਹਨਾਂ ਦੇ ਵੀ ਕੁਝ ਨਹੀਂ ਪਿਆ ਜੀ ਤੇ ਜਿਹੜੇ ਉਹਦੀ ਮਹਿਮਾ ਦੇ ਵਿੱਚ ਇਹ ਸ਼ਿਲਪਕਾਰ ਦੇ ਮਹਿਮਾ ਉਸਤਤ ਦੇ ਵਿੱਚ ਜੁਟ ਗਏ ਉਹ ਇੱਕ ਅਲੱਗ ਕੈਟਾਗਰੀ ਬਣ ਗਈ ਜੀ ਸੋ ਇਹਦੇ ਵਿੱਚ ਹੈਗਾ ਜਦੋਂ ਅਸੀਂ ਇੱਕ ਮਿਲਕੀ ਵੇ ਤੋਂ ਇਸ ਆਪਣੀ ਹੋਂਦ ਨੂੰ ਦੇਖੀਏ ਤਾਂ ਇਹ ਦੀ ਸਾਡੀ ਧਰਤੀ ਹੈ ਇਹ ਵੱਡੀ ਤੋਂ ਵੱਡੀ ਦੂਰਬੀਨ ਦੇ ਨਾਲ ਵੀ ਅਸੀਂ ਲੱਭ ਨਹੀਂ ਪਾਵਾਂਗੇ ਯਾਨੀ ਕਿ ਇੰਨੀ ਇਹਦੀ ਛੋਟੀ ਐਗਿਸਟੈਂਸ ਹੈ ਜੀ ਔਰ ਉਹਦੇ ਵਿੱਚ ਇੱਕ ਜੀਵ ਇੱਕ ਸਰੀਰ ਜਿਹੜਾ ਹੈਗਾ ਉਹ ਆਪਣੇ ਆਪ ਨੂੰ ਲੱਭਣਾ ਚਾਹੇ ਤਾਂ ਕੀ ਹੈਗਾ ਇੱਕ ਨਾੜੀ ਦਾ ਜਿਹੜਾ ਕੀੜਾ ਹੁੰਦਾ ਨਾ ਇੱਕ ਬੈਕਟੀਰੀਆ ਹੂੰ ਹੂੰ ਉਤੋਂ ਵੀ ਇਹਦੀ ਛੋਟੀ ਹਸਤੀ ਹੈ ਕਿਆ ਬਾਤ ਹੈ ਔਰ ਆਪਣੇ ਆਪ ਨੂੰ ਇਨਸਾਨ ਕੀ ਸਮਝਦਾ ਹੈ ਹੂੰ ਹੂੰ ਇਹ ਤੁਸੀਂ ਜਾਣਦੇ ਆ ਜੀ ਹਮੇ ਰੋਗ ਮਾਨਸ ਕੋ ਦੇਣਾ ਸਭ ਤੋਂ ਵੱਡਾ ਇਹ ਆਪਣੇ ਆਪ ਨੂੰ ਸਮਝਦਾ ਹੈ ਲੇਕਿਨ ਹੈ ਇਹਦੀ ਹੋਂਦ ਇੱਕ ਕੀੜੇ ਤੋਂ ਵੀ ਘੱਟ ਹੈ ਕੀ? ਜਿਆਦਾ। ਸੋ ਇਹ ਹਾਲਤ ਇਸ ਤਰ੍ਹਾਂ ਹੀ ਹੈ ਜਿੱਦਾਂ ਆਪਾਂ ਇੱਕ ਕੋਈ ਵੀ ਚੀਜ਼ ਹੈਗੀ ਹੈ ਇੱਕ ਨਵੀਂ ਇਨਵੈਂਸ਼ਨ ਹੈ ਆਪਾਂ ਬਲਬ ਦੀ ਹੋਂਦ ਨੂੰ ਲੈ ਲਈਏ ਬਲਬ ਜੀ ਹੁਣ ਐਡੀਸਨ ਨੇ ਬਣਾਇਆ ਤੇ ਹੁਣ ਆਪਾਂ ਇਸ ਖੋਜ ਨੂੰ ਇੱਕ ਗਧੇ ਨੂੰ ਦੱਸਣ ਲੱਗੇ ਹੈ। ਤੇ ਲੈ ਵੀ ਐਡੀਸਨ ਨੇ ਆ ਲੱਭੀ। ਉਹਦੇ ਪੱਲੇ ਕੁਝ ਨਹੀਂ ਪੈਣਾ। ਜੀ। ਕਿਉਂਕਿ ਉਹ ਗਧਾ ਹੈ। ਹੁਣ ਗਧੇ ਨੂੰ ਤੁਸੀਂ ਹੋਰ ਕੋਈ ਤਾਲੀਮ ਦੇਣ ਦੀ ਕੋਸ਼ਿਸ਼ ਕਰੋ। ਹਮਮ। ਤੇ ਉਹਦੇ ਪੱਲੇ ਫਿਰ ਵੀ ਕੁਝ ਨਹੀਂ ਪੈਣਾ। ਜੀ। ਕਿਉਂਕਿ ਉਹ ਗਧਾ ਹੈ ਪਰ ਸਭ ਤੋਂ ਵੱਡੀ ਗੱਲ ਹੈ ਅਸੀਂ ਕਿੰਨੇ ਗਧੇ ਹਾਂ ਸਾਡੀ ਕੈਟਾਗਰੀ ਉਸ ਗਧਿਆਂ ਤੋਂ ਵੀ ਥੱਲੇ ਹੈ ਕਿ ਜਿਹੜੇ ਆਪਣੇ ਆਪ ਨੂੰ ਸਿਆਣੇ ਹੋ ਕੇ ਵਿਦਵਾਨ ਹੋ ਕੇ ਆਪਣੇ ਆਪ ਨੂੰ ਅਜੇ ਤੱਕ ਨਹੀਂ ਸਮਝ ਸਕੇ ਤਾਂ ਸਾਡੀ ਜੋ ਕੈਟਾਗਰੀ ਹੈ ਸਹੀ ਮੈਨੇਜ ਉਹ ਗਧਿਆਂ ਤੋਂ ਵੀ ਥੱਲੇ ਹੈ ਇਹਦੇ ਬਾਰੇ ਬਾਣੀ ਚ ਗੁਰੂ ਨਾਨਕ ਪਾਸ਼ਾ ਫਰਮਾਉਂਦੇ ਹਨ ਨਾਨਕ ਤੇ ਨਰ ਅਸਲ ਖਰ ਅਸਲੀ ਗਧੇ ਕੌਣ ਹਨ ਦੇ ਜੋ ਦਿਨ ਗੁਣ ਗਰਭ ਕਰਿਆ ਕਹਿੰਦੇ ਜਿਹੜੇ ਬਿਨਾ ਗੁਣ ਤੋਂ ਹੰਕਾਰ ਕਰਦੇ ਹਨ ਉਹ ਅਸਲੀ ਗਦੇ ਹਨ ਸੋ ਸਾਡੀ ਕੈਟੇਗਰੀ ਉਹ ਹੈ ਸਹੀ ਮੈਨੇਜ ਗਦੇ ਅਸੀਂ ਹੈਗੇ ਹਾਂ ਉਹ ਤਾਂ ਵਿਚਾਰਾ ਹਲੇ 100 ਕੰਮ ਕਰਦਾ ਹੈ ਭਾਟ ਹੁੰਦਾ ਹੈ ਹਜ਼ਾਰਾਂ ਕੰਮ ਕਰਦਾ ਹੈ ਜੀ ਉਸ ਨੂੰ ਗਦਾ ਕਹਿਣਾ ਮੈਂ ਕਹਾਂ ਬਾਜਬ ਨਹੀਂ ਸਹੀ ਗਦੇ ਅਸੀਂ ਹਾਂ ਸੋ ਇਹਤ ਜੋ ਹੋਂਦ ਹੈ ਆਪਣੇ ਇਸ ਨੂੰ ਸਮਝਣਾ ਕਿੰਨਾ ਅਹਿਮ ਹੈ ਔਰ ਸਾਡੀ ਕਿੰਨੀ ਸੂਖਮ ਹੈ ਸਾਡਾ ਐਗਿਸਟੈਂਸ ਔਰ ਇਹਦੇ ਵਿੱਚ ਵਿੱਚ ਹੈ ਅਸੀਂ ਉਸਦਾ ਅਹਿਸਾਸ ਵੀ ਨਹੀਂ ਕਰ ਸਕਦੇ ਜੀ ਜੀ ਲੇਕਿਨ ਇਸ ਨੂੰ ਅਸੀਂ ਇੰਜ ਹੈਗਾ ਕਿਸ ਤਰ੍ਹਾਂ ਘਿਰੇ ਪਏ ਹੈਗੇ ਆ ਇਹਦੇ ਬਾਰੇ ਇੱਕ ਬਹੁਤ ਜਾਨਣਾ ਜ਼ਰੂਰੀ ਹੈ ਤੇ ਇਹਦੇ ਬਾਰੇ ਜੋ ਬ੍ਰਹਿਮੰਡ ਜੋ ਅਸੀਂ ਬਾਹਰ ਦੇਖ ਰਹੇ ਹਾਂ ਜੀ ਬਾਣੇ ਦਾ ਪਰਮਾਨ ਹੈ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਪੀਪਾ ਪਰਣਵੇ ਪਰਮ ਤਤ ਹੈ ਸਤਗੁਰੂ ਹੋਏ ਲਖਾਵੇ ਕਿਆ ਹੈ ਜੋ ਸੀ ਵਿਸਥਾਰ ਇਤਨਾ ਬਾਹਰ ਦੇਖ ਰਹੇ ਆ ਉਹ ਸਾਰਾ ਹੀ ਵਿਸਥਾਰ ਸਾਡੇ ਅੰਦਰ ਹੈ ਜਿੰਨੇ ਖੰਡ ਬ੍ਰਹਿਮੰਡ ਆਕਾਸ਼ ਪਤਾਲ ਦੀ ਬਲੋਜਸ ਬਾਹਰ ਦੇਖ ਰਹੇ ਆ ਉਹ ਸਾਰਾ ਹੀ ਪਸਾਰਾ ਸਾਡੇ ਅੰਦਰ ਹੈ ਹਾਂ ਹਾਂ ਔਰ ਅੰਦਰ ਹੋਣ ਦੇ ਹੈਗਾ ਇਸ ਤੋਂ ਇਲਾਵਾ ਕੀ ਹੈ ਕਿ ਉਹ ਜੋ ਸ਼ਿਲਪਕਾਰ ਹੈ ਜਿਸ ਨੂੰ ਆਪਾਂ ਪਰਮਾਤਮਾ ਕਹਿੰਦੇ ਹਾਂ ਵਾਹਿਗੁਰੂ ਅਕਾਲ ਪੁਰਖ ਕਹਿੰਦੇ ਹਾਂ ਉਹ ਵੀ ਨਾਲ ਬੈਠਾ ਹੈ ਜੋ ਉਸ ਨੂੰ ਸਿਰਜਣ ਹਾਰਾ ਹੈ ਉਹ ਵੀ ਸਾਡੇ ਅੰਦਰ ਹੀ ਬੈਠਾ ਹੈ ਸੋ ਇਹ ਜੋ ਇੱਕ ਕਿਲਾ ਜਿਹੜਾ ਬੜਾ ਸੂਖਸ਼ਮ ਹੈ ਲੇਕਿਨ ਇੱਕ ਡਾ ਵਿਨ ਰਾਟ ਵੀ ਹੈ ਜੀ ਇੱਕ ਸੂਖਸ਼ਮ ਹੋਣ ਦੇ ਨਾਤੇ ਨਾਲ ਨਾਲ ਇਹ ਇਤਨਾ ਵਿਰਾਟ ਵੀ ਹੈ ਇਤਨਾ ਆਕਾਸ਼ ਖੰਡ ਬ੍ਰਹਿਮੰਡ ਸਾਰੇ ਇਹਦੇ ਅੰਦਰ ਹੀ ਸਮਾਏ ਹੋਏ ਹਨ ਆਬ ਸਭ ਤੋਂ ਵੱਡੀ ਗੱਲ ਹੈ ਜੋ ਸ਼ਿਲਪਕਾਰ ਹੈ ਦਾ ਜੋ ਕਲਾਕਾਰ ਹੈ ਜੋ ਅਕਾਲ ਪੁਰਖ ਹੈ ਉਹ ਵੀ ਅੰਦਰ ਹੀ ਬੈਠਾ ਹੈ ਸੋ ਇਹ ਥੋੜੀ ਜਿਹੀ ਵਿਚਾਰਨ ਦੀ ਗੱਲ ਹੈ ਕਿ ਇੱਕ ਉਹ ਸਥਾਨ ਇੱਕ ਉਹ ਸਰੀਰ ਜਿਹਦੇ ਅੰਦਰ ਅਕਾਲ ਪੁਰਖ ਬੈਠਾ ਹੈ ਉਹਦੀ ਸਾਨੂੰ ਕਿੰਨੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਔਰ ਉਹਦੇ ਬਾਰੇ ਕਿਤਨੀ ਕੀ ਕੀ ਸਾਡੀਆਂ ਜ਼ਿੰਮੇਵਾਰੀਆਂ ਹਨ ਜਿਹੜੀਆਂ ਕਿ ਉਸ ਨੂੰ ਮੇਨਟੇਨ ਕਰਨ ਲਈ ਉਸ ਨੂੰ ਬਣਾਉਣ ਲਈ ਉਸ ਨੂੰ ਸੰਭਾਲਣ ਲਈ ਚਾਹੀਦੀ ਹਨ ਜੈ ਹੋਵੇ ਹਰ ਜਪੇ ਹਰ ਮੰਦਰ ਸਾਜਿਆ ਬਾਣੀ ਦਾ ਫਰਮਾਨ ਹੈ ਹਰ ਜਪੇ ਹਰ ਮੰਦਰ ਸਾਜਿਆ ਹਰ ਵਸੇ ਤੇਰੇ ਨਾਲੇ ਜਿਸ ਨੇ ਅਕਾਲ ਪੁਰਖ ਨੇ ਇਹ ਦੇ ਸਾਜੀ ਹੈ ਉਹ ਖੁਦ ਇਹਦੇ ਵਿੱਚ ਅੰਦਰ ਵਸ ਰਿਹਾ ਹੈ ਸੋ ਇੱਕ ਗੁਰਪ੍ਰੀਤ ਜੀ ਸਮਝਣ ਵਾਲੀ ਗੱਲ ਇਹ ਹੈਗੀ ਆ ਕਿ ਉਹ ਅਸਥਾਨ ਜਿਹਦੇ ਅੰਦਰ ਖੁਦ ਅਕਾਲ ਪੁਰਖ ਵਸ ਰਿਹਾ ਹੈ ਉਸ ਦੀ ਅਸੀਂ ਕਿੰਨੀ ਸੌ ਸਮਾਰ ਕਰ ਰਹੇ ਹਾਂ ਹਮਮ ਔਰ ਜਿਹੜੇ ਕਿ ਅਸੀਂ ਆਪਣੇ ਮੰਦਰ ਮਸਜਿਦ ਗੁਰਦਾਰੇ ਬਣਾ ਕੇ ਉੱਥੇ ਤਾਂ ਰੋਜ਼ ਅਸੀਂ ਦੁੱਧ ਨਾਲ ਇਸ਼ਨਾ ਕਰਦੇ ਹਾਂ ਜੀ ਜੀ ਇਤਨੀ ਸਫਾਈ ਕਰਦੇ ਹਾਂ ਹਮਮ ਕਿ ਕਿਸਾਨਾਂ ਨਾਲ ਵੀ ਆਪਣਾ ਜਾ ਕੇ ਸਫਾਈ ਕਰਦੇ ਹਨ ਹਮਮ ਹੈ ਜੀ ਤੇ ਲੇਕਿਨ ਜਿੱਥੇ ਉਹਦਾ ਸਹੀ ਵਾਸਾ ਹੈ ਉਸ ਨੂੰ ਅਸੀਂ ਕੀ ਬਣਾਇਆ ਹੈ ਉਹਦੇ ਵਿੱਚ ਜੋ ਜਹਾਨ ਦਾ ਕੂੜਾ ਕਰਕਟ ਮਾਸ ਸ਼ਰਾਬ ਸਭ ਕੁਝ ਦਿਨ ਰਾਤ ਤੁੰਨੇ ਜਾਂਦੇ ਆ ਹੂੰ ਹੂੰ ਔਰ ਉਹਦੀ ਕੀ ਹਾਲਤ ਬਣਾ ਰੱਖੀ ਹੈ ਕਿ ਸਾਨੂੰ ਖੁਦ ਨੂੰ ਵੀ ਬਦਬੂ ਆਣ ਲੱਪੇਂਦੀ ਹੈ ਸੋ ਜਿਹੜਾ ਇੱਕ ਪਰਮ ਸਥਾਨ ਹੈ ਨਾ ਪਵਿੱਤਰ ਸਥਾਨ ਜਿਹਦੇ ਵਿੱਚ ਅਕਾਲ ਪੁਰਖ ਦਾ ਖੁਦ ਆਪਣਾ ਵਸਾ ਹੈ ਉਸ ਨੂੰ ਅਸੀਂ ਕੀ ਬਣਾ ਰੱਖਿਆ ਹੈ ਸੋ ਇਹ ਇੱਕ ਵਿਚਾਰਨ ਦੀ ਗੱਲ ਹੈ ਸੋ ਇਹਦੇ ਵਿੱਚ ਇਹ ਹੈ ਤਾਂ ਬਾਰੇ ਹੂੰ ਹੂੰ ਔਰ ਇਹਦੇ ਵਿੱਚ ਖਾਨ ਫਰਾਗ ਦੀ ਜਿਸ ਤੱਕ ਗੱਲ ਹੈ ਉਹ ਸਾਨੂੰ ਪਤਾ ਹੈ ਜੀ ਜੀ ਅਸੀਂ ਕਿਤਨੇ ਇੱਕ ਇਮਾਨਦਾਰ ਹਾਂ ਆਪਣੇ ਪ੍ਰਤੀ ਮੈਨੂੰ ਬਹੁਤ ਜ਼ਿਆਦਾ ਫੋਨ ਆਉਂਦੇ ਹਨ ਜੀ ਕਮਜ਼ੋਰੀ ਬਹੁਤ ਹੈ ਇਹ ਥੋੜਾ ਮੀਠ ਖਾ ਸਕਦੇ ਹਾਂ ਦੇਖ ਲਓ ਜੀ ਤੁਹਾਡੀ ਆਤਮਾ ਮੰਦੀ ਹੈ ਤਾਂ ਦੇਖ ਲਓ ਭਾਈ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਵਿਚਾਰ ਲੈਣਾ ਮੈਨੂੰ ਮੈਂ ਇਹਦੇ ਬਾਰੇ ਜ਼ਿਆਦਾ ਚੜਨਾ ਬਹਿਸ ਨਹੀਂ ਕਰ ਸਕਦਾ ਪਰ ਗੱਲ ਇਹ ਹੈ ਕਿ ਇਸ ਪਲੇਟਫਾਰਮ ਦੇ ਉੱਤੇ ਜੇ ਮੈਂ ਇਹ ਗੱਲ ਕਹਿ ਰਿਹਾ ਹਾਂ ਉਹ ਅੰਦਰ ਜੋ ਬਸ ਬਸਿਆ ਹੈ ਕੀ ਉਸ ਨੂੰ ਇਹ ਮਨਜ਼ੂਰ ਹੈ ਅਸੀਂ ਨੇ ਅਸੀਂ ਉਹਨੂੰ ਜਿਹੜਾ ਹੈਗਾ ਇੱਕ ਕੀ ਉਹਦਾ ਇੱਕ ਕੀ ਮਾਜ਼ਰਾ ਬਣਾ ਰਹੇ ਹਾਂ ਆਪਣੇ ਅੰਦਰ ਦਾ ਹੈ ਜੀ ਕੀ ਮੰਨ ਲਓ ਸਾਡੀ ਡਿਊਟੀ ਹੈ ਉੱਥੇ ਕਿਹੜੀ ਉਸ ਨੂੰ ਖੁਰਾਕ ਦੇਣੀ ਚਾਹੀਦੀ ਹੈ ਕੀ ਉਹਦੇ ਵਿੱਚ ਸਾਨੂੰ ਜਿਹੜਾ ਹੈਗਾ ਲੈਣਾ ਚਾਹੀਦਾ ਹੈ ਤਾਂ ਕਿ ਉਹ ਸਥਾਨ ਵੀ ਸਾਫ਼ ਸੁਥਰਾ ਰਹੇ ਕੀ ਆਵਾਜ਼ ਅਰ ਮਾਡਰ ਸਭ ਮੈਂ ਮਾਫੀ ਚਾਹਨਾ ਤੁਹਾਨੂੰ ਮੈਂ ਗੱਲ ਰੁਕ ਗਿਆ ਪਰ ਮੈਂ ਜਿੰਨਾ ਕਿ ਸਮਝ ਪਾਇਆ ਕਿ ਤੁਸੀਂ ਜਿੰਨੇ ਵਧੀਆ ਤਰੀਕੇ ਨਾਲ ਸਮਝਾਇਆ ਕਿ ਅਸਲ ਚ ਜੇ ਸਰੀਰ ਨੂੰ ਅਸੀਂ ਆਪਣਾ ਸਮਝੀ ਬੈਠੇ ਹਾਂ ਉਹ ਕਿਹਦੀ ਬਣਤਰ ਹੈ ਤੇ ਅਸਲ ਦੇ ਵਿੱਚ ਉਹਨੂੰ ਦੇਖਣ ਦਾ ਨਜ਼ਰੀਆ ਕੀ ਹੋਣਾ ਚਾਹੀਦਾ ਹੈ ਜੀ ਬਿਲਕੁਲ ਹੈ ਨਾ ਸੋ ਮੇਰੇ ਖਿਆਲ ਨਾਲ ਆਪਾਂ ਵੀ ਇਸ ਚੀਜ਼ ਨੂੰ ਸਮਝੀਏ ਕਿ ਅਸਲ ਦੇ ਵਿੱਚ ਇਹ ਸਰੀਰ ਪਰਮਾਤਮਾ ਦੀ ਦੇਣ ਹੈ ਤੇ ਜੇ ਪਰਮਾਤਮਾ ਸਾਡੇ ਅੰਦਰ ਵਾਸ ਕਰਦਾ ਹੈ ਤੇ ਫਿਰ ਜਿੱਥੇ ਉਹਦਾ ਵਾਸ ਹੋਏਗਾ ਉਸ ਚੀਜ਼ ਨੂੰ ਸਾਹਮਣਾ ਸਾਡਾ ਫਰਜ਼ ਬਣਦਾ ਸੋ ਕਹਿਣ ਤੋਂ ਪਾਵੇ ਕਿ ਇਸ ਤਨ ਨੂੰ ਸੰਭਾਲਣਾ ਸਾਡਾ ਪਹਿਲਾ ਫਰਜ਼ ਹੈ ਤੇ ਜੇ ਸਾਡਾ ਤਨ ਜਿਹੜਾ ਕੋ ਤੰਦਰੁਸਤ ਹੋਏਗਾ ਤੇ ਉਹਦੇ ਵਿੱਚ ਜਿਹੜਾ ਸਵਸਤ ਮਾਨਵ ਆਪਣੇ ਆਪ ਹੀ ਹੋਏਗਾ ਕਿਉਂਕਿ ਤੁਸੀਂ ਗੁਰਸਰ ਕਹਿੰਦੇ ਹੋ ਨੇ ਕਿ ਪਹਿਲਾਂ ਵਿਹਾਰ ਕਿ ਆਹਾਰ ਕਿ ਵਿਚਾਰ ਜਿੰਨੀਆਂ ਤਿੰਨ ਗੱਲਾਂ ਤੁਸੀਂ ਕਰਦੇ ਹੋ ਨੇ ਦੇਖੋ ਗੱਲ ਹੈਗੀ ਆ ਕਿ ਇਹ ਜੋ ਜਿਕਰ ਹੈ ਇਸ ਜੀ ਬਾਰੇ ਜੀ ਕਿ ਸਵਸਥ ਤਨ ਵਿੱਚ ਹੀ ਸਵਸਤ ਮੰਨ ਦਾ ਨਿਵਾਸ ਹੋ ਸਕਦਾ ਹੈ ਇਹ ਸਰਬਾਂ ਦਾ ਵੀ ਫਰਮਾਨ ਹੈ ਦਸਮ ਪਤਸ਼ਾਹ ਦਾ ਜੀ ਸੋ ਸਵਸ ਨੂੰ ਇਸ ਸਰੀਰ ਨੂੰ ਅਸੀਂ ਕਿਦਾਂ ਸਵਸ ਰੱਖਣਾ ਹੈ ਤਾਂ ਕਿ ਮਨ ਸਵਸ ਰਹਿ ਸਕੇ ਜੀ ਐਕਚੁਅਲੀ ਕੀ ਹੈ ਬਿਮਾਰੀ ਕੀ ਹੈ ਆਪਾਂ ਗੱਲ ਬਿਮਾਰੀ ਦੀ ਕਰੀਏ ਤਾਂ ਬਿਮਾਰੀ ਕੀ ਹੈ ਨਾਮ ਵਿਸਾਰ ਕੀਏ ਰਸ ਭੋਗ ਅਸੀਂ ਆਪਣੀ ਹੋਂਦ ਨੂੰ ਭੁੱਲ ਕੇ ਉਸ ਪਰਮਾਤਮਾ ਨੂੰ ਭੁੱਲ ਕੇ ਉਹਦੇ ਨਾਮ ਨੂੰ ਭੁੱਲ ਕੇ ਜਿਤਨੇ ਵੀ ਅਸੀਂ ਰਸਾਂ ਦਾ ਭੋਗ ਕਰਦੇ ਹਾਂ ਉਹਦਾ ਪ੍ਰਨਾਮ ਕੀ ਹੈ ਤੋਤਨ ਉਠ ਖਲੋਏ ਰੋਗ ਤੇ ਸਰੀਰ ਦੇ ਵਿੱਚ ਉਹ ਰੋਗ ਜਿਹੜੇ ਹੈਗੇ ਨੇ ਉਤਪਨ ਹੋ ਜਾਂਦੇ ਹਨ ਹੈ ਜੀ ਜੇ ਅਸੀਂ ਆਪਣਾ ਇਹਦੇ ਵਿੱਚ ਇਹਦੀ ਇਨਪੁਟ ਸੇ ਕਰ ਲਈਏ ਤਾਂ ਇਹਨੂੰ ਜਿਹੜਾ ਹੈਗਾ ਅੰਦਰੋਂ ਪਵਿੱਤਰ ਕਰ ਲਈਏ ਤੇ ਮੈਂ ਕਹਨਾ ਮਨ ਜਿਹੜਾ ਹੈਗਾ ਉਹਦਾ ਟਿਕਾਓ ਵੀ ਆਏਗਾ ਔਰ ਉਸ ਨੂੰ ਆਪਣੀ ਹੋਣ ਦਾ ਅਹਿਸਾਸ ਵੀ ਹੋਣਾ ਸ਼ੁਰੂ ਹੋ ਜਾਏਗਾ ਜੈਵਾ ਹੈ ਜੀ ਕਿ ਹੁਣ ਜਿਸ ਤਰ੍ਹਾਂ ਮੈਂ ਇੱਕ ਤੁਹਾਨੂੰ ਮਿਸਾਲ ਦਿੰਨਾ ਅੱਜ ਦਾ ਸਿਸਟਮ ਕੀ ਹੈ ਸਾਡੇ ਨਾਲ ਹੈ ਜੀ ਸਾਰੇ ਪਾਸੇ ਰੋਜ਼ ਦੇਖਦੇ ਆ ਅਨੇਕ ਹਾਸਾ ਰੋਜ਼ ਖਲ ਰਿਹਾ ਹੈ ਜੀ ਔਰ ਇੱਕ ਥਰਡ ਕਲਾਸ ਤੋਂ ਥਰਡ ਕਲਾਸ ਜਿਹੜਾ ਹਸਪੀਟਲ ਹੈ ਨਾ ਜੀ ਉੱਥੇ ਵੀ ਤੁਸੀਂ ਗਲਤੀ ਨਾਲ ਦਾਖਲ ਹੋ ਗਏ ਆ ਤੇ 1000 ਰੁਪਿਆ ਡਾਕਟਰ ਦੀ ਰੋਜ਼ ਦੀ ਫੀਸ ਹੈ ਉਸ ਤੇ 2 ਮਿੰਟ ਆਉਣਾ ਹੁੰਦਾ ਹੈ ਔਰ ਉਹਦੇ ਵਿੱਚ ਦੇਖਣਾ ਹੈ ਹਾਂ ਜੀ ਮੈਡੀਸਿਨ ਠੀਕ ਲਿਖੀਆਂ ਹਨ ਹਾਲੇ ਕੋਈ ਮੈਡੀਸਿਨ ਕੀ ਹਨ ਉਹ ਵੀ ਇੱਕ ਗੰਧ ਹੈ ਜਿਹੜਾ ਕਿ ਸਾਡੇ ਅੰਦਰ ਇਕੱਠਾ ਹੋ ਰਿਹਾ ਹੈ ਜਿਹਨੇ ਸਾਨੂੰ ਕੋਈ ਫਾਇਦਾ ਨਹੀਂ ਦੇਣਾ ਨੁਕਸਾਨ ਕਰਨਾ ਹੈ ਜੀ ਲੇਕਿਨ ਅਸੀਂ ਉਹ ਬੜੀ ਖੁਸ਼ੀ ਦੇ ਨਾਲ ਲੈ ਰਹੇ ਹਾਂ ਔਰ ਬੜੇ ਹੱਸ ਕੇ ਖੁੱਲੇ ਦਿਲਦਨ 6 ਪੈਸੇ ਦੰਨੇ ਆ ਕਿ ਠੀਕ ਹੈ ਅਸੀਂ ਗੰਦ ਲੈ ਰਹੇ ਹਾਂ ਸਾਨੂੰ ਪਤਾ ਹੈ ਕਿ ਇਹ ਸਾਡੀ ਬਿਮਾਰੀ ਦੱਬ ਰਹੀ ਹੈ ਜੀ ਹੈ ਜੀ ਤਾਂ ਸਾਨੂੰ ਫਾਇਦਾ ਕੋਈ ਨਹੀਂ ਹੋਣਾ ਹਮਮ ਲੇਕਿਨ ਕੀ ਹੈ ਕਿ ਇਹਦੀ ਮਿਸਾਲ ਮੈਂ ਤੁਹਾਨੂੰ ਛੋੜੀ ਦੰਨਾ ਹੈਗਾ ਜਿੱਦਾਂ ਇੱਕ ਗੰਦ ਦਾ ਢੇਰ ਹੈ ਹੈ ਜੀ ਗੰਦ ਦਾ ਢੇਰ ਹੈ ਉਹਦੇ ਉੱਪਰ ਕੋਈ ਕਹਿੰਦਾ ਯਾਰ ਬੜੀ ਬਧੂ ਆ ਰਹੀ ਹੈ ਹੈ ਜੀ ਕੋਈ ਉਸ ਦੇ ਕੋਲ ਲੰਘਦਾ ਹੈ ਉਹ ਵੀ ਨੱਕ ਨੂੰ ਬੰਦ ਕਰਕੇ ਲੰਘਦਾ ਹੈ ਇੰਨੀ ਬਦਬੂ ਹੈ ਕਾਣਾ ਬਦਰਾਉਂਦਾ ਉਹ ਕਹਿੰਦਾ ਨਹੀਂ ਯਾਰ ਬਦਬੂ ਕੋਈ ਨਹੀਂ ਹੈ ਉਹ ਅਤਰ ਕੋ ਫਲੇਲ ਦੀ ਸ਼ੀਸ਼ੀ ਉੱਤੇ ਛਿੜਕਾ ਦਿੰਦਾ ਹੈ ਅਤਰ ਮਾਰ ਦਿੰਦਾ ਆ ਲੋਈ ਕਿੱਥੇ ਬਦਬੂ ਆ ਬਦਬੂ ਤੇ ਖਤਮ ਹੋ ਗਈ ਬਦਬੂ ਤੇ ਹੈ ਹੀ ਨਹੀਂ ਵੀ ਤੇ ਉਹ ਕਹਿੰਦਾ ਨਹੀਂ ਕੋਈ ਹੁੰਦਾ ਕੀ ਹੈ ਥੋੜੀ देर ਬਾਅਦ ਜਲੇਉਦਾਸ ਉਹ ਖਤਮ ਹੁੰਦਾ ਹੈ ਬਦਬੂ ਫੇ ਆਉਂਦਾ ਪੈਂਦੀ ਹੈ ਉਹ ਯਾਰ ਫੇ ਆਉਣ ਲੱਪੇ ਉਹ ਲੈ ਕੋਈ ਗੱਲ ਨਹੀਂ ਉਹ ਫੇਸ਼ ਕਰ ਦਿੰਦਾ ਹੈ ਅੱਛਾ ਬਦਬੂ ਸੌਰੀ 1 ਮਿੰਟ ਮੈਂ ਥੋੜਾ ਜਿਹਾ ਪਲੀਜ਼ ਕੰਟੀਨਿਊ ਜੀ ਉਹਦੇ ਵਿੱਚ ਕੀ ਹੈਗਾ ਕਿ ਐਕਚੁਅਲੀ ਕੀ ਹੈ ਕਿ ਸਾਡੇ ਅੰਦਰ ਉਹ ਗੰਦਾ ਟੋਕਰਾ ਖਤਮੇ ਨਹੀਂ ਹੁੰਦਾ ਅੱਗੇ ਤੋਂ ਅੱਗੇ ਹੋਰ ਪੈ ਰਿਆ ਹੈਗਾ ਹੈ ਜੀ ਔਰ ਜਿੰਨੀਆਂ ਵੀ ਅਸੀਂ ਦਵਾਈਆਂ ਲੈ ਰਹਾਂ ਇਹ ਮਿੰਟ ਦੀ ਮਿੰਟ ਉਸ ਨੂੰ ਦੁਬਾਰਾ ਹੈ ਤਾਂ ਇੱਕ ਸਿਆਣਾ ਬੰਦਾ ਹੁੰਦਾ ਉਹ ਕਹਿੰਦਾ ਭਾਈ ਕਿਹੜੇ ਚੱਕਰ ਤੁਸੀਂ ਪਏ ਹੋਏ ਹੋ ਆੜਾ ਗੰਦਾ ਢੇਰ ਲੱਗਾ ਹੈ ਨਾ ਆ ਲਿਆਓ ਮੈਂ ਵੀ ਤੁਹਾਡੇ ਨਾਲ ਲੱਗਦਾ ਹਾਂ ਇਹਨੂੰ ਸਾਫ਼ ਕਰੀਏ ਪਹਿਲਾਂ ਇਹਨੂੰ ਚਾਕੇ ਬਾਅਦ ਸਿੱਟੀਏ ਔਰ ਇਹਦੇ ਉੱਤੇ ਲਿਓ ਹੁਣ ਅਤਰ ਛਿਰਕੋ ਇਹ ਪਰਮਾਨੈਂਟਿਕ ਜਗਾ ਪਵਿੱਤਰ ਹੋ ਜਾਏ ਜਿੱਥੇ ਗੰਦਾ ਟੇਰ ਸੀ ਹੁਣ ਉਥੇ ਤੁਸੀਂ ਪਾਠ ਪੂਜਾ ਵੀ ਕਰ ਸਕਦੇ ਐਨਾ ਪਵਿੱਤਰ ਹੋ ਗਿਆ ਸੋ ਇਸ ਕਾਇਆ ਨੂੰ ਇਤਨਾ ਸਾਫ ਸੁਥਰਾ ਰੱਖਣ ਦੀ ਲੋੜ ਹੈ ਇਥੇ ਗੰਧ ਪਾਉਣ ਦੀ ਲੋੜ ਨਹੀਂ ਹੈ ਜਿੰਨਾ ਵੀ ਅਸੀਂ ਇਹ ਕਰਾਂਗੇ ਜੋ ਵੀ ਅਸਲੀ ਸਿਸਟਮ ਹੈ ਜੀ ਜੀ ਚਾਹੇ ਸਾਡਾ ਖਾਣ ਖਰਾਕ ਦਾ ਸਿਸਟਮ ਹੈ ਚਾਹੇ ਇਲਾਜ ਦਾ ਸਿਸਟਮ ਹੈ ਸਾਰੇ ਗੰਧ ਪਾ ਰਹੇ ਸੀ ਅੰਦਰ ਹੂੰ ਲੈ ਲੈ ਸਮਾ ਇਹ ਬਹੁਤ ਸਾਰੇ ਸਾਡੇ ਜਿਹੜੇ ਦਰਸ਼ਕ ਨੇ ਉਹ ਨਾਲ ਦੀ ਨਾਲ ਸਵਾਲ ਵੀ ਕਰਨ ਲੱਗੇ ਨੇ ਪਰ ਮੈਂ ਇਹਨਾਂ ਤੇ ਆਉਣ ਤੋਂ ਪਹਿਲਾਂ ਆਪਣੇ ਵੱਲੋਂ ਜਿਹੜੀ ਗੱਲ ਤਾਂ ਪੁੱਛਣੀ ਚਾਹੁੰਦਾ ਕਿ ਜਿਹੜਾ ਮਨ ਦਾ ਸ਼ੁੱਧੀਕਰਨ ਹੈ ਜਿਹੜਾ ਮਨ ਹੈ ਉਹਦੇ ਵਿੱਚ ਮਾੜੇ ਵਿਚਾਰ ਨਾ ਆਉਣ ਉਹਦੇ ਲਈ ਕੋਈ ਟੈਕਨੀਕ ਕੋਈ ਤਰੀਕਾ ਦੇਖੋ ਜੀ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਕਿ ਟੈਕਨੀਕ ਫਿਰ ਗੱਲ ਉੱਥੇ ਆ ਰਹੀ ਹੈਗੀ ਆ ਕਿ ਜਦੋਂ ਸਾਡਾ ਸਰੀਰ ਸ਼ੁੱਧ ਹੋ ਗਿਆ ਹਮਮ ਐਕਚੁਅਲੀ ਕੀ ਹੈਗਾ ਆ ਕਿ ਜੋ ਵੀ ਅਸੀਂ ਖਾਂਦੇ ਆ ਖਾਣ ਖੁਰਾ ਖਾਣੇ ਆ 16 ਤੋਂ 20 ਘੰਟੇ ਚ ਉਹਦਾ ਜੋ ਫੋਸ ਉਹ ਬਾਹਰ ਨਿਕਲ ਜਾਣਾ ਚਾਹੀਦਾ ਹੈ ਜੀ ਜੀ ਇਹਦੇ ਬਾਰੇ ਇੱਕ ਹਵਤ ਹੈ ਕਿ ਆਪਣੇ ਲੈਟਰਨ ਦੇ ਬਾਰੇ ਕਿੰਨੀ ਵਾਰ ਸਾਨੂੰ ਸਟੂਲ ਪਾਸ ਹੋਣਾ ਚਾਹੀਦਾ ਹੈ ਇਹਦੇ ਬਾਰੇ ਹੈ ਕਿ ਇੱਕ ਟਾਈਮ ਜੋਗੀ ਦੋ ਟਾਈਮ ਹੋਗੀ ਔਰ ਜੋ ਤਿੰਨ ਟਾਈਮ ਅਰੋਗੀ ਜਿਹਨੂੰ ਦੋ ਤੋਂ ਜ਼ਿਆਦਾ ਟਾਈਮ ਪਖਾਨਾ ਆ ਰਿਹਾ ਹੈ ਅਰੋਗ ਹੈ ਹਮਮ ਦੋ ਟਾਈਮ ਹੈ ਦੋ ਤਫਾ ਖਾਣੇ ਆ ਦੋ ਟਾਈਮ ਉਹ ਸਾਡਾ ਭੋਗੀ ਜੋ ਸਾਡਾ ਗ੍ਰਸਥ ਜੀਵਨ ਦੇ ਵਿੱਚ ਹੈ ਜੀ 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 ਇੱਕ ਟਾਈਮ ਹੈ ਜਿਹੜੇ ਤਪੱਸਿਆ ਕਰਦੇ ਨੇ ਇੱਕ ਟਾਈਮ ਅਨਖਾਂਦੇ ਨੇ ਇੱਕ ਟਾਈਮ ਉਹ ਮੋਸ਼ਨ ਪਾਸ ਹੁੰਦਾ ਹੈਗਾ ਉਹ ਠੀਕ ਹੈ ਵਾਜਬ ਹੈ ਹਮਮ ਲੇਕਿਨ ਅੱਜ ਜੇ ਕਿਸੇ ਨੂੰ ਪੁੱਛਦੇ ਆ ਤੈਨੂੰ ਕਬਜ ਹੈ ਉਹ ਕਹਿੰਦੇ ਨਹੀਂ ਜੀ ਮੈਂ ਤਾਂ ਬਿਲਕੁਲ ਠੀਕ ਹਮਮ ਤਿੰਨ ਦਫਾ ਖਾਣਾ ਖਾਣੇ ਇੱਕ ਦਫਾ ਸਟੂਲ ਪਾਸ ਕਰਦੇ ਆ ਕਹਿੰਦੇ ਮੈਨੂੰ ਕਬਜ ਨਹੀਂ ਹੈ ਜੀ ਹਮਮ ਮੈਂ ਬਿਲਕੁਲ ਠੀਕ ਹਾਂ ਜੀ ਕੋਈ ਕੋਈ ਬਿਮਾਰੀ ਨਹੀਂ ਹੈ ਜੀ ਹੁਣ ਇੱਥੇ ਗਲਤਫਹਿਮੀ ਹੈ ਹਮਮ ਮੈਂ ਉਹਨਾਂ ਜਿਹੜੇ ਹੈਗੇ ਨੇ ਇਹੋ ਜਿਹੇ ਮਰੀਜ਼ਾਂ ਨੂੰ ਪੁੱਛਦਾ ਹੁੰਦਾ ਆ ਚੰਗਾ ਭਾਈ ਤੁਹਾਨੂੰ ਕਬਜ ਨਹੀਂ ਹੈ ਤੇ ਅੱਜ ਤੋਂ ਜਾ ਕੇ ਸਾਗ ਖਾਣਾ ਹਮ ਹਰੀਆਂ ਚੀਜ਼ਾਂ ਕੋਈ ਵੀ ਪੱਤੇਦਾਰ ਸਬਜ਼ੀ ਖਾ ਲਈ ਉਸ ਨੂੰ ਖਾ ਲੈਣਾ ਔਰ ਮੈਨੂੰ ਦੱਸੀ ਹੁਣ ਰੋਜ਼ ਤੂੰ ਆਪਣਾ ਸਟੂਲ ਚੈੱਕ ਕਰਨਾ ਹੈ ਔਰ ਮੈਨੂੰ ਦੱਸਣਾ ਕਿ ਉਹ ਤੇਰਾ ਹਰਾ ਮਾਦਾ ਕਿਦਨ ਜਿਹੜਾ ਹੈਗਾ ਵੇਸ ਬਾਹਰ ਨਿਕਲ ਰਿਹਾ ਹੈ ਹਮ ਹਮ ਉਹ ਤੀ ਤਿੰਨ ਦਿਨ ਬਾਅਦ ਨਿਕਲਦਾ ਉਹ ਸੱਤਾਂ ਦਿਨ ਬਾਅਦ ਨਿਕਲਦਾ ਉਹ ਮਹੀਨੇ ਬਾਅਦ ਨਿਕਲਦਾ ਤੈਨੂੰ ਪਤਾ ਲੱਗ ਜਾਏਗਾ ਕਿ ਕਿੰਨੀ ਦੇਰ ਦਾ ਸਟਾਕ ਤੇਰੇ ਅੰਦਰ ਜਮਾ ਹੈ ਇੱਕ ਟੈਸਟ ਹੈ ਕਿਆ ਬਾਤ ਹੈ ਜੀ ਔਰ ਸਭ ਤੋਂ ਵੱਡੀ ਗੱਲ ਕੀ ਹੈਗੀ ਹੈ ਕਿ ਉਹ ਜੋ ਉਹਦੇ ਅੰਦਰ ਮਲ ਹੈ ਆਮ ਪਰਸਨ ਦੇ ਅੰਦਰ ਜੋ ਮੇਰਾ ਅਨੁਭਵ ਹੈ ਜੀ ਉਹਦੇ ਵਿੱਚ ਕੀ ਹੈਗਾ ਕਿ 15 ਤੋਂ 25 ਪਾਉਂਡ ਤੱਕ ਹਰ ਇਨਸਾਨ ਦੇ ਅੰਦਰ ਇਸ ਵੇਲੇ ਜੋ ਸਾਡਾ ਲਾਈਫ ਸਟਾਈਲ ਹੈ ਜੋ ਸਾਡਾ ਖਾਣ ਖੁਰਾਕ ਹੈ ਉਹਦੇ ਮੁਤਾਬਕ ਇਤਨਾ ਮਲ ਹਰ ਇਨਸਾਨ ਦੇ ਅੰਦਰ ਜਮਾ ਹੈ ਔਰ ਉਹ ਜਮਾ ਮਲ ਜੋ ਕੀ ਕਰਦਾ ਹੈਗਾ ਉਹ ਤੋਂ ਇਲਾਵਾ ਜੋ ਟਾਕਸਿਕ ਵੇਸਟ ਹੈ ਸਾਡੀ ਰੋਜ ਦੀ ਜੋ ਹੈਗੀ ਆ ਟੁੱਟਪਨ ਉਹ ਵਕਰੀ ਜਿਹਨੂੰ ਆਪਾਂ ਫ੍ਰੀ ਰੈਡੀਕਲ ਕਹਿੰਦੇ ਹੈਗੇ ਆ ਹੋਮੋਸਿਸਟੀਨ ਲੈਵਲ ਜਦ ਨਾਲ ਵਧਦਾ ਹੈਗਾ ਉਹ ਜੋ ਚੀਜ਼ਾਂ ਹੈਗੀਆਂ ਨਾ ਉਹ ਅਲੱਗਾਂ ਹੈਗੇ ਸੋ ਇਤਨਾ ਮਾਲ ਜਿਹੜਾ ਹੈਗਾ ਉਹ ਸਾਡੇ ਅੰਦਰ ਜਮਾ ਹੈ ਜਿਹਦੇ ਬਾਰੇ ਅਸੀਂ ਬਿਲਕੁਲ ਬੇਫਿਕਰ ਆ ਪਤਾ ਹੀ ਨਹੀਂ ਹੈ ਔਰ ਕਿਸੇ ਡਾਕਟਰ ਸਾਹਿਬ ਕੋ ਜਾਣੇ ਹੈਗੇ ਜੀ ਤਿੰਨ ਦਿਨ ਤੋਂ ਮੋਸ਼ਨ ਨਹੀਂ ਆਇਆ ਕੋਈ ਗੱਲ ਨਹੀਂ ਜੀ ਸਵਾਭਿਕ ਹੈ ਮੈਨੂੰ 7 ਦਿਨ ਹੋ ਗਏ ਹੈ ਜੀ ਸੋ ਫਸ ਪ੍ਰੋਬਲਮ ਕੀ ਹੈਗੀ ਇਸ ਵੇਲੇ ਜਿੰਨੇ ਵੀ ਮੈਨੂੰ ਆਉਂਦੇ ਨੇ ਫੋਨ ਕਾਲ ਦਉਂਦੀਆਂ ਨੇ ਉਹ ਜ਼ਿਆਦਾ ਕੀ ਨਹੀਂ ਇਹੀ ਮਰੀ ਬਰਜ਼ ਦੀ ਕੀ ਹੈਗਾ ਜੀ ਕਿਸ ਨੂੰ ਆਈਬੀਐਸ ਹੋਇਆ ਹੈ ਦਾਇਰੀਆ ਹੋਇਆ ਕਿਸ ਨੂੰ ਅਲਸਰੇਟਿਵ ਕੋਲਾਈਟਿਸ ਹੋਇਆ ਹੈ ਕਾਰਨ ਕੀ ਹੈਗਾ ਇੱਕੋ ਫਰਕ ਹੈ ਉਹਨਾਂ ਨੂੰ ਪਤਾ ਔਰ ਉਹਨਾਂ ਨੂੰ ਹੁਣ ਵੀ ਪੁੱਛਦੇ ਆ ਕਿ ਤੇਰਾ ਪਿਛਲਾ ਪਹਿਲਾਂ ਕੋਈ ਕਬਜ਼ ਰਹੀ ਨਾ ਜੀ ਕੋਈ ਕਬਜ਼ ਨਹੀਂ ਰਹੀ ਲੇਕਿਨ ਉਹ ਸੀਰੀਅਸ ਕਬਜ਼ ਦੇ ਮਰੀਜ਼ ਰਹੇ ਹੈਗੇ ਨਾ ਜਿੱਤੋਂ ਅਗਲੀਆਂ ਬਿਮਾਰੀਆਂ ਜਿੱਤੋਂ ਅਗਲੀਆਂ ਬਿਮਾਰੀਆਂ ਸੋ ਚਲੋ ਉਹ ਮੈਂ ਸਵਾਲਾਂ ਤੇ ਆਉਣ ਲੱਗਿਆ ਜੀ ਤੁਸੀਂ ਥੋੜੇ ਥੋੜੇ ਮਿੰਟਾਂ ਦੇ ਵਿੱਚ ਹੀ ਇਹਨਾਂ ਸਾਰਿਆਂ ਦਾ ਜਵਾਬ ਜ਼ਰੂਰ ਦੇਣਾ ਜਸਕਰਨ ਸਿੰਘ ਜੀ ਪੁੱਛ ਰਹੇ ਹੋ ਕਹਿੰਦੇ ਕਿ ਜੀ ਬੇਸਿਕਲੀ ਕਿੰਗਸਟਨ অন্ਟਾਰੀਓ ਤੋਂ ਆਉਂ ਉਹ ਕਹਿੰਦੇ ਵੀ ਮੈਨੂੰ ਭੁੱਖ ਨਹੀਂ ਲੱਗਦੀ ਜੀ ਪਰ ਪੇਟ ਮੇਰਾ ਭਰਿਆ ਭਰਿਆ ਰਹਿੰਦਾ ਤੇ ਹਰ ਵੇਲੇ ਸੁਸਤੀ ਰਹਿੰਦੀ ਤੇ ਉਬਾਸੀਆਂ ਆਉਂਦੀਆਂ ਨਹੀਂ ਕਾਫੀ ਅੰਦਰ ਸਾਕ ਜਮਾ ਹੈ ਉਸ ਨੂੰ ਕੱਢਣ ਦੀ ਲੋੜ ਹੈਗੀ ਹੈ ਔਰ ਉਹਦੇ ਅੰਦਰ ਇਤਨੇ ਕ ਪੈਰਾਸਾਈਟ ਬੈਕਟੀਰੀਆ ਬਣ ਗਏ ਹੋ ਨੇ ਕਿ ਉਹ ਖੁਰਾਕ ਜਿਹੜੇ ਹੈਗੇ ਨੇ ਉਹਨਾਂ ਨੇ ਉਹ ਖੁਰਾਕ ਜੋ ਖਾਧੀ ਹੈ ਉਹ ਵੀ ਉਹਨਾਂ ਲਈ ਥੋੜੀ ਪੈ ਰਹੀ ਹੈਗੀ ਐਸ ਵੇਲੇ ਉਹਨਾਂ ਨੂੰ ਅੰਦਰ ਨੂੰ ਸੱਕ ਕਰਨਾ ਸ਼ੁਰੂ ਕਰ ਦਿੱਤਾ ਹੈ ਉਹਨਾਂ ਨੇ ਜਿਸ ਵਜ੍ਹਾ ਕਰਕੇ ਭੁੱਖ ਜਿਹੜੀ ਹੈਗੀ ਉਹ ਨਹੀਂ ਹੈਗੀ ਇਹਨੂੰ ਕਿਚਕਸੀਆ ਕਹਿੰਦੇ ਨੇ ਅੱਛਾ ਜੀ ਜਦੋਂ ਵੀ ਸੱਦ ਭੁੱਖ ਦੀ ਜਿਹੜੀ ਹੈਗੀ ਆ ਆਪਣੇ ਕਮੀਆਂ ਦੀ ਹੈਗੀ ਆ ਇਟ ਇਜ਼ ਕਾਲਡ ਕੈਚੈਕਸिया ਔਰ ਕੈਚੈਕਸिया ਦੇ ਵਿੱਚ ਕੀ ਹੁੰਦਾ ਹੈਗਾ ਕਿ ਸਾਡੇ ਜੋ ਪੈਥੋਜਨ ਦੇ ਨੇ ਉਹ ਸਾਡੀ ਬਾਡੀ ਨੂੰ ਆਪਣਾ ਖਾਣਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੰਦੇ ਹਨ ਔਰ ਇਥੋਂ ਹੀ ਜਿਹੜੇ ਹੈਗੀਆਂ ਅਗਲੀਆਂ ਭਿਆਨਕ ਬਿਮਾਰੀਆਂ ਮੈਂ ਡਿਸਕਸ ਨਹੀਂ ਕਰਨਾ ਚਾਹੁੰਦਾ ਜੀ ਜੀ ਲੇਕਿਨ ਉਹ ਕੈਂਸਰ ਵਰਗੇ ਰੋਗ ਵੀ ਇਥੋਂ ਹੀ ਸ਼ੁਰੂ ਹੁੰਦੇ ਹਨ ਉਹ ਅੱਛਾ ਕਿਉਂਕਿ ਕੈਚੈਕਸिया ਇੱਕ ਫਸਟ ਸਿੰਪਟਮ ਹੈ ਕੈਂਸਰ ਦਾ ਕੁਝ ਹਰ ਇੱਕ ਇਨਸਾਨ ਦੀ ਪਹਿਲਾਂ ਭੁੱਖ ਹੀ ਖਤਮ ਹੁੰਦੀ ਹੈ ਫੇਰ ਇਹ ਬਿਮਾਰੀ ਜਿਹੜੀ ਹੈਗੀ ਹੈ ਜਲਦੀ ਹੈਗੀ ਸੋ ਇਸ ਵਜ੍ਹਾ ਕਰਕੇ ਜੋ ਵੀ ਚੀਜ਼ ਹੈਗੀ ਹੈ ਉਹਨਾਂ ਨੂੰ ਇਹ ਇਸ ਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ ਔਰ ਆਪਣੇ ਸਰੀਰ ਦੀ ਜੋ ਹੈ ਸ਼ੁੱਧੀ ਪ੍ਰੋਪਰ ਉਹ ਕਰ ਲੈਣੀ ਚਾਹੀਦੀ ਹੈਗੀ ਹੈ ਫੇਰ ਇਹ ਚੀਜ਼ ਜਿਹੜੀ ਹੈਗੀ ਉਹ ਨਹੀਂ ਬਣੇਗੀ ਅਸਲ ਡਾਕਟਰ ਸਾਹਿਬ ਅਗਲਾ ਸਵਾਲ ਹੈ ਕਿ ਉਹ ਕਹਿੰਦੇ ਜੀ ਡੇਂਗੂ ਹੋ ਗਿਆ ਸੀ 20 ਦਿਨ ਪਹਿਲਾਂ ਤੇ ਹੁਣ ਵੀਕਨੈਸ ਬਹੁਤ ਜ਼ਿਆਦਾ ਫੀਲ ਹੁੰਦੀ ਹੈ ਕੀ ਹੱਲ ਕੀਤਾ ਜਾ ਸਕਦਾ ਦੇਖੋ ਗੱਲ ਇਹ ਜੀ ਡੇਂਗੂ ਹੋਇਆ ਹੈਗਾ ਡੈਂਗੂ ਨੂੰ ਅਸੀਂ ਜੇ ਬਾਲੀ ਮੈਡੀਸਿਨ ਦੇ ਨਾਲ ਅਸੀਂ ਠੀਕ ਕਰ ਲਿਆ ਹੈ ਅਸੀਂ ਆਪਣੇ ਕਹਾਂ ਪਈ ਅਸੀਂ ਠੀਕ ਕਰ ਲਿਆ ਹੈ ਇਹ ਗਲਤ ਫਹਮੀ ਹੈ ਅੱਛਾ ਡੈਂਗੂ ਇਹ ਵਾਇਰਸ ਹੈ ਇੱਕ ਵਾਇਰਸ ਹੈ ਜਿਹੜਾ ਕਿ ਸਾਡੀ ਬੋਡੀ ਅੰਦਰ ਹਾਈਕ ਐਂਡ ਸੀਕ ਹਾਈਡ ਐਂਡ ਸੀਕ ਜੋ ਖੇਲਦਾ ਹੈ ਔਰ ਜਦੋਂ ਸਾਡਾ ਇਮਿਊਨ ਸਿਸਟਮ ਵੀਕ ਹੈ ਉਹ ਜਿਹੜਾ ਹੈਗਾ ਬਾਹਰ ਆ ਜਾਂਦਾ ਹੈ ਜਦੋਂ ਜਿਹੜਾ ਹੈਗਾ ਠੀਕ ਹੁੰਦਾ ਹੈ ਆਪਣੇ ਉਦੋਂ ਉਹ ਛੁਪ ਜਾਂਦਾ ਹੈ ਜੀ ਜੀ ਸੋ ਇਹ ਜੋ ਚੀਜ਼ ਹੈਗੀ ਇਹ ਵੀਕਨੈਸ ਜਿਹੜੀ ਹੈਗੀ ਆ ਉਸੇ ਵਜ੍ਹਾ ਕਰਕੇ ਹੈਗੀ ਹੈ ਕਿ ਆਪਾਂ ਜੋ ਹੈਗੇ ਨੇ ਉਹਦੇ ਜੋ ਸਿੰਪਟਮ ਜਿਹੜੇ ਹੈਗੇ ਨੇ ਉਹ ਸਾਨੂੰ ਕਰੜਨੇ ਚਾਹੀਦੇ ਹਨ ਔਰ ਜਿਹੜੀ ਹੈਗੀ ਆ ਆਪਣਾ ਜੋ ਖੁਰਾਕ ਹੈਗੀ ਆ ਉਹ ਅੱਛੀ ਮਤਲਬ ਲੈਣੀ ਚਾਹੀਦੀ ਹੈਗੀ ਆ ਜਿਹਦੇ ਵਿੱਚ ਮੈਂ ਜੋ ਪ੍ਰਪੋਜ਼ ਕਰਾਂਗਾ ਕਿ ਉਹ ਆਪਣਾ ਜੋ ਖੁਰਾਕ ਹੈਗੀ ਆਪਣਾ ਵਧੀਆ ਫਰੂਟ ਐਂਡ ਵੈਜੀਟੇਬਲ ਦੀ ਉਹ ਲੈਣ ਤਾਂ ਕਿ ਉਹਨੂੰ ਜਿਹਦਾ ਹੈਗਾ ਆਪਣਾ ਉਹ ਠੀਕ ਹੋ ਸਕੇ ਜੀ ਸੋ ਇਹ ਵੀ ਤੁਸੀਂ ਨੋਟ ਕਰ ਲਿਆ ਹੋਵੇਗਾ ਜੀ ਕਿ ਇਹ ਜੇ ਡੇਗੂ ਹੈ ਤਾਂ ਉਹ ਵਾਇਰਸ ਹੈ ਐਂਡ ਵਾਇਰਸ ਤੁਹਾਡੇ ਅੰਦਰ ਰਹਿ ਸਕਦਾ ਤੇ ਇਹ ਨਾ ਹੋਵੇ ਕਿ ਤੁਹਾਨੂੰ ਲੱਗੇ ਕਿ ਹੁਣ ਮੈਂ ਤੰਦਰੁਸਤਾਂ ਜਾਂ ਕਿ ਤੁਸੀਂ ਤੰਦਰੁਸਤ ਨਹੀਂ ਹੈ ਤੁਹਾਡੇ ਨਾਲ ਹੀ ਉਹਨੇ ਤੁਹਾਨੂੰ ਰਾਹਤ ਦਿੱਤੀ ਹੈ ਜਦੋਂ ਇਹ ਵਾਲਾ ਜਿਹਾ ਇਮਿਊਨ ਸਿਸਟਮ ਨੇ ਥੋੜਾ ਜਿਹਾ ਟੇਲ ਵਿਖਾਈ ਤੇ ਨਾਲ ਦੇ ਨਾਲ ਤੁਸੀਂ ਦੁਬਾਰਾ ਕਾਬੂ ਆ ਸਕਦੇ ਹੋ ਸੋ ਆਪਣੀ ਖੁਰਾਕ ਉਹ ਜ਼ਰੂਰ ਤਿਆਰ ਰੱਖੋ ਇਸ ਲਈ ਤੁਸੀਂ ਇਹਦਾ ਚੈੱਕਅਪ ਜ਼ਰੂਰ ਕਰਾਉਣਾ ਔਂਕਾਰ ਸਿੰਘ ਜੀ ਦਾ ਇੱਕ ਮੈਸੇਜ ਹੈ ਜੀ ਉਹ ਕਹਿੰਦੇ ਵੀ ਸਰ ਮੈਂ ਪੁੱਛਣਾ ਚਾਹੁੰਨਾ ਕਿ ਵੀ ਮੈਂ ਕਈ ਵਾਰ ਵੀ ਕਹਿੰਦੇ ਬਹੁਤ ਸਾਰੇ ਡਾਕਟਰ ਸਾਹਿਬ ਕੋਲੋਂ ਪੁੱਛਿਆ ਉਹ ਵੀ ਕਹਿੰਦੇ ਵੀ ਮੈਂ ਖਾਂਦਾ ਮਤਲਬ ਸਾਬ ਨਾਲ ਹੀ ਆ ਪਰ ਫਿਰ ਵੀ ਮੇਰਾ ਨਾ ਤੇ ਵਜ਼ਨ ਘਟਦਾ ਤੇ ਨਾ ਕੋਈ ਕੋਲੇਸਟ੍ਰੋਲ ਲੈਵਲ ਹੀ ਘਟਦਾ ਕਿਉਂਕਿ ਉਹ ਵੀ ਬਹੁਤ ਜ਼ਿਆਦਾ ਜੀ ਉਹਦੇ ਚ ਇਹ ਹੈਗਾ ਕਿ ਜਿੰਨੇ ਵੀ ਆਪਣੇ ਜਿਹੜੇ ਫੈਟਸ ਹੈਗੇ ਨੇ ਜਦੋਂ ਵੀ ਅਸੀਂ ਲੋਡ ਨਾਲ ਜਿਆਦਾ ਲਾਵਾਂਗੇ ਜੀ ਜੀ ਤੇ ਉਹ ਜਿਹੜੇ ਹੈਗੇ ਨੇ ਫਿਰ ਉਹਦਾ ਕਾਰਨ ਬਣਦੇ ਨੇ ਉਹਨਾਂ ਕੀ ਅਗਰ ਸਾਡੇ ਲਿਵਰ ਦੀ ਫੰਕਸ਼ਨ ਦੇ ਉੱਤੇ ਫਰਕ ਪੈਂਦਾ ਹੈਗਾ ਲਿਪਰਡ ਪ੍ਰੋਫਾਈਲ ਸਾਡੀ ਗਲਤ ਬਣ ਜਾਏਗੀ ਔਰ ਇਹਦੇ ਵਿੱਚ ਕਿਆ ਨਾਮ ਜਿਹੜਾ ਹੈਗਾ ਕੋਲੇਸਟ੍ਰੋਲ ਜੋ ਹੈਗਾ ਉਹ ਨੇਚਰਲੀ ਜਿਆਦਾ ਬਣੇਗਾ ਸੋ ਉਹਦੇ ਵਿੱਚ ਜਿਹੜੀ ਹੈਗੀ ਹੈ ਫੈਟ ਫ੍ਰੀ ਡਾਈਟ ਉਹਨਾਂ ਨੂੰ ਲੈਣੀ ਚਾਹੀਦੀ ਹੈਗੀ ਆ ਜੀ ਜੀ ਤੇ ਆਪਣੀ ਜੋ ਸਰੀਰ ਦੀ ਕਲੀਨਿੰਗ ਕਰਨੀ ਚਾਹੀਦੀ ਹੈਗੀ ਆ ਤੇ ਫਿਰ weight ਦਾ ਵੀ ਫਰਕ ਪਏਗਾ ਔਰ ਕੋਲੇਸਟ੍ਰੋਲ ਦਾ ਵੀ ਫਰਕ ਪਏਗਾ ਅ ਕਰੰਟ ਲੋ ਜੀ ਪੁੱਛ ਰਿਹਾ ਉਹ ਕਹਿੰਦੇ ਜੀ ਭਾਰ ਘਟ ਕਿਦਾਂ ਕੀਤਾ ਜਾ ਸਕਦਾ ਬਾਰ ਕਹਿੰਦਾ ਇਹ ਦੇਖੋ ਜੀ ਗੱਲ ਇਹ ਹੈ ਕਿ ਅਸੀਂ ਲੋੜ ਨਾਲੋਂ ਬਹੁਤ ਜ਼ਿਆਦਾ ਖਾਂਦੇ ਹਾਂ ਐਕਚੁਅਲੀ ਕੀ ਹੈਗਾ ਕਿ ਗੱਲ ਫਿਰ ਉੱਥੇ ਹੀ ਹੈ ਕਿ ਬਾਕੀ ਜੋ ਵੀ ਅਸੀਂ ਖੁਰਾਕ ਖਾਂਦੇ ਹਾਂ ਜਿਹਦੀ ਕਿਸੇ ਦੇ ਸਰੀਰ ਨੂੰ ਲੋੜ ਨਹੀਂ ਹੈਗੀ ਜੀ ਤੇ ਉਹ ਅਨਵਾਂਟਡ ਕੈਲਰੀਜ਼ ਹੈਗੀਆਂ ਨੇ ਅਨਬਰਨਡ ਕੈਲਰੀਜ਼ ਹੈਗੀਆਂ ਨੇ ਇਹਦੀਆਂ ਸਾਡੇ ਅੰਦਰ ਫੈਟ ਦੇ ਰੂਪ ਦੇ ਵਿੱਚ ਡਿਪੋਜ਼ਿਟ ਹੁੰਦੀਆਂ ਹਨ ਸੋ ਉਹਨੂੰ ਆਪਾਂ ਰੈਗੂਲੇਟ ਕਰਕੇ ਜੀ ਕੈਲਰੀਜ਼ ਨੂੰ ਬੰਦ ਕਰੀਏ ਐਕਸਰਸਾਈਜ਼ ਦਾ ਹੈਗਾ ਆਪਣਾ ਪੋਰਸ਼ਨ ਉਹਨੂੰ ਵਧਾਈਏ ਤੇ ਇਸ ਤਰ੍ਹਾਂ ਠੀਕ ਹੋ ਸਕੇ ਇਸ ਤੋਂ ਇਲਾਵਾ ਜੀ ਅਗਲਾ ਸਵਾਲ ਹੈ ਕਿ ਵੀ ਕਰਨਵੀਰ ਜੀ ਨੇ ਉਹ ਕਹਿੰਦੇ ਵੀ ਮੈਨੂੰ 2-3 ਸਾਲ ਤੋਂ ਜੀ ਜ਼ੁਕਾਮ ਤੇ ਰੇਸ਼ਾ ਰਹਿਣਾ ਹੋ ਜਾਂਦਾ ਸਰਦੀਆਂ ਦੇ ਵਿੱਚ ਤੇ ਬਹੁਤ ਬਹੁਤ ਡਾਕਟਰ ਸਾਹਿਬ ਨੂੰ ਦਿਖਾਇਆ ਤੇ ਡਾਕਟਰ ਸਾਹਿਬ ਕਹਿੰਦੇ ਵੀ ਤੁਹਾਡੇ ਨਾਲ ਨੱਕ ਦੀ ਹੱਡੀ ਵਧ ਗਈ ਹੈ ਤੇ ਇਹਦਾ ਆਪਰੇਸ਼ਨ ਕਰਾਉਣਾ ਪੈਣਾ ਜੀ ਦੇਖੋ ਗੱਲ ਇਹ ਜੀ ਕਿ ਹੱਡੀ ਤੇ ਕਿਉਂ ਵਧੀ ਹੈਗੀ ਹੈ ਤੇ ਰੇਸ਼ਾ ਜ਼ੁਕਾਮ ਕਿਉਂ ਹੈਗਾ ਆ ਬੇਸਿਕ ਕਾਰਨ ਹੈਗਾ ਕਿ ਉਹਨਾਂ ਦਾ ਐਬਡੋਮినਲ ਟੈਂਪਰੇਚਰ ਜੋ ਹੈ ਅੰਦੱਲਾ ਉਹ ਘਟ ਹੈ ਅਛਾ ਔਰ ਉਹਦੇ ਵਿੱਚ ਜਦੋਂ ਕੱਠਾ ਹੈ ਤੇ ਜੋ ਵੀ ਸਾਡਾ ਮੰਨ ਲਓ ਖਾਣ-ਖਾਕ ਲੈਣਗੇ ਉਹ ਪ੍ਰੋਪਰਲੀ ਹਜਮ ਨਹੀਂ ਹੋਏਗਾ ਔਰ ਜਦੋਂ ਹਜਮ ਨਹੀਂ ਹੋਇਆ ਤੇ ਉਹ ਜਿਹੜਾ ਹੈਗਾ ਕੱਚਾ ਪੱਕਾ ਜੋ ਅਨਾਜ ਅਸੀਂ ਖਾਵਾਵਾਂਗੇ ਤੇ ਉਹ ਪ੍ਰੋਪਰ ਨਾ ਹਜਮ ਹੋਣ ਕਰਕੇ ਉਹਦੇ ਵਿੱਚ ਰੇਸ਼ੇ ਦੀ ਜੋ ਮਾਤਰਾ ਹੈਗੀ ਆ ਉਹ ਵਧੇਗੀ ਇੱਥੇ ਮਤਲਬ ਇਹ ਹੈਗਾ ਉਹ ਸਾਰੀ ਚੀਜ਼ ਸ਼ੁਰੂ ਹੁੰਦੀ ਹੈਗੀ ਆ ਤੇ ਉਹਦੇ ਲਈ ਹੈਗਾ ਕਿ ਸਾਨੂੰ ਜੋ ਆਪਣਾ ਗਰਮ ਪਾਣੀ ਜੇ ਸਾ ਮੈਂ ਪਹਿਲੇ ਵੀ ਦੱਸ ਚੁੱਕਾ ਹਾਂ ਕਿ ਸਵੇਰੇ ਉੱਠ ਕੇ ਦੋ ਗਲਾਸ ਗਰਮ ਪਾਣੀ ਲੈਣਾ ਚਾਹੀਦਾ ਜੀ ਔਰ ਖਾਣਾ ਖਾਣ ਤੋਂ ਬਾਅਦ 45 ਮਿੰਟ ਬਾਅਦ ਇਹੜਾਣ ਨੂੰ ਜਿਹੜਾ ਖਾ ਗਰਮ ਪਾਣੀ ਉਹ ਪੀਣਾ ਚਾਹੀਦਾ ਬਿਸ਼ੱਕ ਇੱਕ ਕੱਪ ਪੀਣ ਇਹਦੇ ਨਾਲ ਹੋਏਗਾ ਕਿ ਇੱਕ ਇੰਟਰਨਲ ਟੈਂਪਰੇਚਰ ਜਿਹੜਾ ਹੈਗਾ ਉਹਨੂੰ ਮੇਨਟੇਨ ਹੋਣ ਚ ਮਦਦ ਮਿਲੇਗੀ ਔਰ ਬਾਕੀ ਜੋ ਖੁਰਾਕ ਹੈਗੀ ਆ ਉਹਦੇ ਵਿੱਚ ਵੀ ਉਹਨਾਂ ਨੂੰ ਜਿਹੜਾ ਹੈਗਾ ਤਾਂ ਕਿ ਉਹ ਟੈਂਪਰੇਚਰ ਬਣਿਆ ਰਹੇ ਉਹਦੇ ਲਈ ਜਿਹੜੀ ਹੈਗੇ ਆ ਕੁਝ ਇੱਕ ਸਪਾਈਸਿਸ ਉਹਨਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈਗਾ ਖਾਣ ਖੁਰਾਕ ਦੇ ਨਾਲ ਔਰ ਆਨ ਜੋ ਹੈਗਾ ਇਸ ਨੂੰ ਘੱਟ ਤੋਂ ਘੱਟ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈਗੀ ਗ੍ਰੇਨ ਵੈਜੀਟੇਬਲਸ ਔਰ ਜੋ ਫਰੂਟ ਜੂਸ ਹੈਗੇ ਨੇ ਇਹ ਲੈਣੇ ਚਾਹੀਦੇ ਨੇ ਤਾਂ ਕਿ ਜਿਹੜਾ ਹੈਗਾ ਬਲੱਡ ਕੰਪੋਜੀਸ਼ਨ ਸਹੀ ਬਣੇ ਇਹ ਰੇਸ਼ਾ ਜਿਹੜਾ ਹੈਗਾ ਉਹ ਕੰਟਰੋਲ ਕਰਾਂਗੇ ਤਾਂ ਸਾਨੂੰ ਬਾਕੀ ਜੋ ਚੀਜ਼ ਹੈਗੀ ਆ ਸਾਈਨਸ ਦੀ ਜਾਂ ਇਹ ਜੋ ਪ੍ਰੋਬਲਮ ਹੈਗੀ ਆਪਣੇ ਆਪ ਖਤਮ ਹੋ ਜਾਏਗੀ ਹੂੰ ਇਹ ਅਗਲਾ ਜਿਹੜਾ ਸਵਾਲ ਆ ਉਹ ਹੈ ਜੀ ਮੇਲਾ ਕਾਲਵਾ ਦੀਦਾ ਉਹ ਕਹਿੰਦੇ ਵੀ ਯੂਰਿਕ ਐਸਿਡ ਜਿਹੜਾ ਵਧਦਾ ਤੇ ਉਹਦਾ ਕੋਈ ਸੋਲੂਸ਼ਨ ਦੱਸੋ ਡਾਕਟਰ ਦੇਖੋ ਜੀ ਯੂਰਿਕ ਐਸਿਡ ਦਾ ਇਹ ਕਾਰਨ ਹੈਗਾ ਜੇ ਆਪਾਂ ਜੋ ਪ੍ਰੋਟੀਨ ਹੈ ਉਸ ਨੂੰ ਗਲਤ ਟਾਈਮ ਦੇ ਉੱਤੇ ਦੁਪਹਿਰ ਤੋਂ ਬਾਅਦ ਦੋ ਵਾਰੀ ਤੋਂ ਬਾਅਦ ਜਿシャਵਨ ਨੂੰ ਜੋ ਹੈਗਾ ਲਵਾਂਗੇ ਤੇ ਉਹ ਪ੍ਰੋਪਰ ਡਾਈਜੈਸਟ ਨਹੀਂ ਹੋਏਗੀ ਜੀ ਉਹ ਜਿੱਥੇ ਵੀ ਰੁਕ ਜਾਂਦੀ ਹੈ ਉਹ ਇੱਕ ਸਮਝ ਲਓ ਕਿ ਸਾਡੇ ਅੰਦਰ ਯੂਰਿਕ ਐਸਿਡ ਬਣਦਾ ਇੱਕ ਕਾਰਨ ਬਣਦੀ ਹੈ ਹਮ ਤੇ ਉਸ ਨੂੰ ਆਪਾਂ ਸਹੀ ਕਰਾਂਗੇ ਔਰ ਪਲੱਸ ਜੋ ਆਏਗਾ ਆਪਣਾ ਜਿਹੜਾ ਹੈਗਾ ਆਨਾਜ ਨੂੰ ਕਟਾ ਕੇ ਤਾਂ ਫਿਰ ਕੱਚੀਆਂ ਸਬਜ਼ੀਆਂ ਤੇ ਕੱਚੇ ਫਲ ਆਪਣੇ ਸੋਰੀ ਫਲਾਂ ਦੇ ਉੱਤੇ ਆਵਾਂਗੇ ਉਹ ਜੋ ਚੀਜ਼ ਹੈਗੀ ਹੈ ਸਾਡੀ ਉਹ ਠੀਕ ਹੋ ਸਕਦੀ ਹੈ ਯੂਰਿਕ ਐਸਿਡ ਘਟ ਸਕਦਾ ਹੈ ਹਮ अच्छा ए डॉक्टर साहब एक सवाल पूछा जा रहा है जी कि ईयर वैक्स जीड़ी है ओनु सेफली किवें रिमूव कीता जा सके मोस्टली की हुँदा कान जिदा ਧਵਾਉਂਦਿਆਂ ਜਾਂ ਦੂਜਾ ਜੀ ਜੀ ਪਾਣੀ ਚਲਾ ਜਾਂਦਾ ਕਿਸੇ ਵੇਲੇ ਤੇ ਉਸ ਤੋਂ ਬਾਅਦ ਬੰਦਾ ਆ ਵੀ ਉਹਦੇ ਨਾਲ ਤੀਲਾ ਤੁਲਾ ਮਾਰ ਕੇ ਤੇ ਕੋਈ ਹੋਰ ਪੰਗਾ ਲੈ ਲੈ ਵੀਨਾ ਜੀ ਜੀ ਇਹ ਉਹ ਇਹਦਾ ਕੀ ਸਹੀ ਟਰੀਟਮੈਂਟ ਕੀਆ ਜਾਂ ਤਰੀਕਾ ਕੀਆ ਜਾਂ ਕੀ ਹੋਣਾ ਚਾਹੀਦਾ ਦੇਖੋ ਗੱਲ ਇਹ ਹੈ ਕਿ ਇਅਰ ਵੈਕਸ ਜਿਹੜੀ ਹੈਗੀ ਆ ਉਹ ਹਰਕਦੇ ਬਣਦੀ ਹੈਗੀ ਹੈ ਪਹਿਲੀ ਗੱਲ ਤਾਂ ਕਿਉਂਕਿ ਇਹ ਵੀ ਸਾਡੇ ਇੱਕ ਆਉਟਲੈਟ ਹੈਗੇ ਨੇ ਜੇ ਤੁਹਾਡਾ ਨੱਕ ਦਾ ਹੈਗਾ ਉਹ ਤਾਂ ਕੰਨਾਂ ਦੇ ਵਿੱਚ ਵੀ ਸਾਡੇ ਬਣਦੀ ਹੈਗੀ ਹੈ ਤੇ ਉਹਨੂੰ ਜਿਹੜਾ ਹੈਗਾ ਸੇਫ ਬਰਡਸ ਦੇ ਨਾਲ ਉਸ ਨੂੰ ਜਿਹੜਾ ਹੈਗਾ ਆਸਤਾ ਕੀ ਤਾਂ ਕਿ ਪਰਦੇ ਦੇ ਵਿੱਚ ਜਿਹੜਾ ਹੈਗਾ ਉਸ ਟਾਇਕ ਨਾ ਕਰੇ ਉਸ ਨੂੰ ਕਰਕੇ ਬਾਕੀ ਇਹ ਵੀ ਹੈਗੇ ਅੱਜਕੱਲ ਵੈਕਸ ਰਿਮੂਵਰ ਕਾਫੀ ਹੈਗੇ ਨੇ ਮਾਰਕਟ ਦੇ ਵਿੱਚ ਅਵੇਲੇਬਲ ਨੇ ਉਹਦੇ ਡ롭 ਥੋੜੇ ਪਾ ਕੇ ਪਹਿਲਾਂ ਉਸ ਨੂੰ ਨਰਮ ਕਰਕੇ ਤਾਂ ਫਿਰ ਉਸ ਨੂੰ ਜਿਹੜਾ ਹੈਗਾ ਆਪਣਾ ਕੱਢ ਲੈਣਾ ਚਾਹੀਦਾ ਤੇ ਜੇ ਜਿਆਦਾ ਜਿੰਨੇ ਦੇ ਕਮ ਹਗੀ ਇਕੱਠੇ ਉਹਨਾਂ ਨੂੰ ਐਨਟੀ ਡਾਕਟਰ ਦੀ ਐਡਵਾਈਸ ਜਰੂਰ ਲੈਣੀ ਚਾਹੀਦੀ ਹੈਗੀ ਤਾਂ ਕਿ ਉਹਦੇ ਵਿੱਚ ਆਪਾਂ ਉਸ ਨੂੰ ਕੱਢਦੇ ਕਰਦੇ ਹੋਰ ਆਪਣਾ ਕੰਮ ਦਾ ਨੁਕਸਾਨ ਨਾ ਕਰੀ ਜੀ ਮੈਂ ਇਸੇ ਨਾਲ ਹੀ ਇੱਥੇ ਇੱਕ ਵਾਰ ਆਪਣੇ ਦਰਸ਼ਕਾਂ ਨੂੰ ਦੁਬਾਰਾ ਬੇਨਤੀ ਕਰਦੇ ਹਾਂ ਜੀ ਕਿ ਜਿਹੜੀਆਂ ਗੱਲਾਂ ਅਸੀਂ ਪ੍ਰਾਈਮੇਸ਼ੀਆ ਟੀਵੀ ਦੇ ਪਲੇਟਫਾਰਮ ਤੇ ਪ੍ਰਾਈਮ ਫੋਕਸ ਸ਼ੋਅ ਦੇ ਵਿੱਚ ਡਾਕਟਰ ਹਰਚਲ ਸਿੰਘ ਹੋਂਨਾ ਡਿਸਕਸ ਕਰ ਰਹੇ ਆ ਇਹ ਤੁਹਾਡੇ ਵੱਲੋਂ ਦੱਸੇ ਗਏ ਸਿੰਟਮਸ ਦੇ ਉੱਪਰ ਜੋ ਫਸਟ ਇੱਕ ਇਮਪ੍ਰੈਸ਼ਨ ਹੈ ਉਹਦੇ ਮੁਤਾਬਕ ਇੱਕ ਸਲਾਹ ਦਿੱਤੀ ਜਾਂਦੀ ਹੈ ਸੋ ਤੁਸੀਂ ਉਹ ਸਲਾਹ ਨੂੰ ਜਿਹੜੇ ਵੀ ਤੁਹਾਡੇ ਫਿਜ਼ੀਸ਼ੀਨ ਨੇ ਜਿਹੜੇ ਵੀ ਡਾਕਟਰ ਸਾਹਿਬ ਨੇ ਉਹਨਾਂ ਦੇ ਨਾਲ ਕੰਸਲਟ ਜ਼ਰੂਰ ਕਰ ਲੈਣਾ ਜੇ ਤੁਹਾਨੂੰ ਲੱਗੇ ਕਿ ਹਾਂ ਜੀ ਤੁਸੀਂ ਇਸ ਤੋਂ ਇਲਾਵਾ ਫਰਦਰ ਇਹ ਤੇ ਇਨਫੋਰਮੇਸ਼ਨ ਚਾਹੁੰਦੇ ਹੋ ਤਾਂ ਅਸੀਂ ਟੀਵੀ ਸਕਰੀਨ ਦੇ ਉੱਪਰ ਡਾਕਟਰ ਸਾਹਿਬ ਦਾ ਨੰਬਰ ਵੀ ਦਿੰਨੇ ਹੁੰਦੇ ਆ ਤੁਸੀਂ ਬਾਅਦ ਦੇ ਵਿੱਚ ਜਿਹੜਾ ਇੱਕ ਪਾਰਟਿਕੂਲਰ ਟਾਈਮ ਇਹ ਦਿੰਦੇ ਨੇ ਡਾਕਟਰ ਸਾਹਿਬ ਤੁਸੀਂ ਉਸ ਟਾਈਮ ਦੇ ਉੱਪਰ ਇਹਨਾਂ ਨੂੰ ਫੋਨ ਕਰਕੇ ਪੁੱਛ ਸਕਦੇ ਹੋ ਜਾਂ ਫਿਰ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ ਪਰ ਹਾਂ ਜੇ ਤੁਸੀਂ ਇਹ ਕਹੋ ਕਿ ਵੀ ਇਹ ਜਿਹੜੀ ਸਲਾਹ ਹੈ ਤੁਸੀਂ ਐਜ਼ ਇਟ ਇਜ਼ ਇਹਨੂੰ ਹੋਰ ਕਿਸੇ ਨਾਲ مشورہ ਕੀਤੇ ਬਿਨਾ ਜਾਂ ਇਹਨਾਂ ਨਾਲ مشورہ ਕੀਤੇ ਬਿਨਾ ਵਰਤੋ ਉਹਦੇ ਲਈ ਨਾ ਤਾਂ ਪ੍ਰਾਈਮਰੀ ਸ਼ਾ ਟੀਵੀ ਅਦਾਰਾ ਨਾ ਕੋਈ ਹੋਰ ਪਲੇਟਫਾਰਮ ਤੋਂ ਅਸੀਂ ਐਡਵਾਈਸ ਹੀ ਕਰਦੇ ਹਾਂ ਸੋ ਤੁਸੀਂ ਇਸ ਤਰ੍ਹਾਂ ਇਹਨੂੰ ਬਿਲਕੁਲ ਨਾ ਸਮਝਣਾ ਇਹ ਸਾਡੇ ਵੱਲੋਂ ਇੱਕ ਸਲਾਹ ਹੈ ਆਪ ਸਭ ਦੇ ਅੱਗੇ ਇੱਕ ਅਗਲੀ ਗੱਲ ਸਰ ਮੈਂ ਕਰਨੀ ਚਾਹੁੰਦਾ ਉਹ ਇਹ ਹੈ ਕਿ ਜੀ ਕਿ ਮੂੰਹ ਦੇ ਛਾਲੇ ਕਹਿੰਦੇ ਜੀ ਕਾਰਨ ਕੀ ਬਣਦਾ ਕਿਉਂਕਿ ਕਈ ਵਾਰ ਕਹਿੰਦੇ ਵੀ ਬੋਲਣਾ ਵੀ ਬੰਦ ਹੋ ਜਾਂਦਾ ਵਿਰਿੰਦਰ ਜੀ ਦਾ ਇਹ ਮੈਸੇਜ ਹੈ ਜੀ ਜੀ ਤਾਂ ਕੁਝ ਮੂੰਹ ਦੇ ਛਾਲੇ ਦਾ ਜੋ ਬੇਸਿਕ ਕਾਰਨ ਹੈਗਾ ਕਿ ਜਦੋਂ ਵੀ ਖਾਣਾ ਕੱਚਾ ਪੱਕਾ ਹੈ ਪ੍ਰੋਪਰ ਹজম ਨਹੀਂ ਹੁੰਦਾ ਜੀ ਤੇ ਉਹਨਾਂ ਫਰਮੈਂਟੇਸ਼ਨ ਹੁੰਦੀ ਹੈ ਸਾਡੇ ਇੰਟਰਸਟਾਈਨ ਦੇ ਵਿੱਚ ਅੱਛਾ ਜੀ ਔਰ ਉਹਦੇ ਨਾਲ ਕੀ ਹੁੰਦਾ ਹੈ ਜਿਹੜੀਆਂ ਨਾਈਟ੍ਰੋਜਨਸ ਗੈਸਿਸ ਹੈਗੀਆਂ ਨੇ ਅਮੋਨੀਆ ਗੈਸਿਸ ਨੇ ਉਹ ਹਲਕੇ ਹੁੰਦੇ ਕਰਕੇ ਉੱਪਰ ਉੱਠਦੀਆਂ ਨੇ ਤੇ ਔਰ ਗਲੇ ਦੇ ਵਿੱਚ ਜਿਹੜੀ ਹੈਗੀ ਆ ਉਹਦੇ ਅੰਦਰ ਜਿਹੜੇ ਲੰਗਦੇ ਨੇ ਤੇ ਮੂੰਹ ਦੇ ਵਿੱਚ ਸਵਾਭਿਕ ਇੱਕ ਹੀਟ ਪੈਦਾ ਹੁੰਦੀ ਹੈਗੀ ਆ ਤੇ ਉਹ ਛਾਲੇ ਜਿਹੜੇ ਹੈਗੇ ਨੇ ਉਸ ਵਜ੍ਹਾ ਕਰਕੇ ਬਣਦੇ ਹਨ ਦੂਸਰਾ ਜਿਹੜਾ ਕਾਰਨ ਹੈਗਾ ਆ ਜੇ ਦਾ ਡਾਈਜੈਸ਼ਨ ਸਹੀ ਹੈ ਦੂਸਰਾ ਕੰਮ ਹੈਗਾ ਕਿ ਜਿਹੜੇ ਬੀ ਕੰਪਲੈਕਸ ਗਰੁੱਪ ਵਟਾਮਨ ਦੀ ਡਿਫੀਸ਼ੈਂਸੀ ਹੈਗੀ ਆ ਉਸ ਨੂੰ ਜਿਹੜਾ ਹੈਗਾ ਆਪਣਾ ਉਹ ਲੈ ਕੇ ਜੀ ਸਪਲੀਮੈਂਟ ਕਰਕੇ ਉਹ ਇਸ ਨੂੰ ਠੀਕ ਕਰ ਸਕਦੇ ਆ ਹਮ ਅਚਾ ਇੱਕ ਡਾਕਟਰ ਸਾਹਿਬ ਇਹ ਸਵਾਲ ਕੋਈ ਆਜਾ ਆਪਾਂ ਮੰਦੀ ਤੰਦਰੁਸਤੀ ਦੀ ਗੱਲ ਕਰ ਰਹੇ ਸੀ ਕਿ ਇਸ ਤੋਂ ਪਹਿਲਾਂ ਇੱਕ ਦਰਸ਼ਕ ਦਾ ਸਵਾਲ ਸੀਗਾ ਉਹ ਜਨਾਣਾ ਚਾਹੁੰਦੇ ਆ ਕਿ ਵੀ ਜਦੋਂ ਆਪਾਂ ਕਈ ਵਾਰ ਸਰੀਰ ਆਪਣਾ ਤੰਦਰੁਸਤ ਹੈ ਜਦੋਂ ਆਪਾਂ ਗੱਲ ਕੀਤੀ ਕਿ ਸਰੀਰ ਦੀ ਤੰਦਰੁਸਤੀ ਜਿਹੜੀ ਹੈ ਉਹ ਮਨ ਦੀ ਤੰਦਰੁਸਤੀ ਨਾਲ ਲਿੰਕਡ ਹੈ ਪਰ ਸਰੀਰ ਤੰਦਰੁਸਤ ਹੈ ਬੰਦਾ ਹੱਟਾ ਘੱਟ ਹੈ इवन ਪਲੇਅਰ ਤੱਕ ਵੀ ਹੈ ਪਰ ਕਈ ਵਾਰ ਲੋ ਫੀਲ ਕਰ ਲਾਇਆ ਦਾ ਮਤਲਬ ਕਿਸੇ ਵੀ ਗੱਲ ਦੀ ਕੋਈ ਟੈਨਸ਼ਨ ਦਿਮਾਗ ਦੇ ਵਿੱਚ ਆ ਗਈ ਤੇ ਉਸ ਟੈਨਸ਼ਨ ਦਾ ਕਰਕੇ ਦਿਮਾਗ ਜਿਹੜਾ ਉਹ ਲੋ ਫੀਲ ਕਰ ਲਾਇਆ ਇਹਦਾ ਕੀ ਕਾਰਨਾ ਤੇ ਇਹਦਾ ਕੀ ਹੱਲ ਕਿਉਂਕਿ ਉਹ ਸਰੀਰ ਤਾਂ ਤੰਦਰੁਸਤ ਹੈ ਉਹਦੇ ਚ ਆਪਾਂ ਇਹ ਨਹੀਂ ਕਹਾਂਦੇ ਬੰਦਾ ਬਿਮਾਰ ਹੈ ਪਰ ਫਿਰ ਵੀ ਦਿਮਾਗੀ ਤੌਰ ਦੇ ਪਰੂ ਜਰਾ ਡਾਵਾ ਡੋਲਾ ਦੇਖੋ ਗੱਲ ਜੀ ਇੱਥੇ ਮੈਂ ਥੋੜਾ ਡਿਫਰ ਕਰਦਾ ਹੈਗਾ ਹਮਮ ਕਿ ਜੋ ਸਵਸਥ ਤਨ ਹੈ ਜੀ ਇਹ ਸਵਸਥ ਤਨ ਹੋ ਗਿਆ ਤੇ ਉਹਦੇ ਵਿੱਚ ਕੀ ਹੈਗਾ ਕਿ ਉਸ ਨੂੰ ਆਪਣਾ ਅਕਸ ਆਪਣਾ ਜੋ ਪਰਪਸ ਆਫ ਲਾਈਫ ਹੈ ਉਹ ਕਲੀਅਰ ਹੋਣਾ ਸ਼ੁਰੂ ਹੋ ਜਾਂਦਾ ਹੈਗਾ ਅੱਛਾ ਜੀ ਸੋ ਪਹਿਲੀ ਗੱਲ ਤਾਂ ਇਹ ਸਰੀਰਕ ਬਿਮਾਰੀ ਹੈ ਹਮਮ ਜਿਹੜਾ ਆਪਾਂ ਕਹਿੰਦੇ ਆ ਕਿ ਸਰੀਰ ਵੈਸੇ ਹਟਾ-ਕਟਾ ਹੈ ਉਹ ਦੇਖਣ ਨੂੰ ਠੀਕ ਹੈ ਮਾਡਲ ਠੀਕ ਹੈ ਲੇਕਿਨ ਉਹਦੇ ਅੰਦਰ ਜੋ ਵਿਕਾਰ ਆਏ ਗਏ ਹਨ ਹਮਮ ਉਹ ਇੰਨੇ ਕੁ ਜ਼ਿਆਦਾ ਹਨ ਕਿ ਉਹ ਸੈਲੂਲਰ ਲੈਵਲ ਤੇ ਚਲੇ ਗਏ ਹਨ ਹਮ ਹਮ ਸਾਡੇ 60 ਟ੍ਰਿਲੀਅਨ ਸੈਲਸ ਹਨ ਬਾਡੀ ਦੇ ਜੀ ਜੀ ਉਹ ਜਦੋਂ ਸੈਲ ਦੇ ਉੱਪਰ ਚਲ ਜਾਂਦੇ ਹਨ ਜਿੰਨੀਆਂ ਵੀ ਸਾਡੀਆਂ ਜੋ ਵੀ ਰੋਜ਼ਾਨਾ ਚੱਲਦੀਆਂ ਥੋੜੀਆਂ ਥੋੜੀਆਂ ਸਟ्रेसेस ਹਨ ਉਹ ਇਕੱਠੀਆਂ ਹੋ ਕੇ ਜਦੋਂ ਸਾਡਾ ਇੱਕ ਸਮਝ ਲਓ ਕਿ ਫੁੱਲ ਸੈਚੂਰੇਸ਼ਨ ਪੁਆਇੰਟ ਤੇ ਆ ਜਾਂਦੀ ਹੈ ਜੀ ਤੇ ਉਹ ਜੋ ਮੈਮਰੀ ਹੈਗੀ ਆ ਹਿਪੋਕੈਂਪਸ ਤੋਂ ਵੀ ਜਿਹੜੀ ਹੈਗੀ ਆ ਜਦੋਂ ਬਰ ਜਾਂਦੀ ਹੈਗੀ ਆ ਉਹਨੂੰ ਆਪਣੇ ਨੇ ਹੀ ਹੋਲਡ ਕਰ ਸਕਦਾ ਤੇ ਇਹ ਜੋ ਚੀਜ਼ ਹੈਗੀ ਸਾਡੀ ਸੈੱਲ ਲੈਵਲ ਤੇ ਚੱਲ ਜਾਂਦੀ ਹੈਗੀ ਜਦੋਂ ਸੈੱਲ ਦੇ ਉੱਤੇ ਇਹ ਜਿਹੜੀ ਹੈਗੀ ਆ ਸਾਡੀ ਸਟ्रेस ਜਾਂ ਸੈਲੂਲਰ ਮੈਮਰੀ ਇਹ ਚੱਲ ਜਾਂਦੀ ਹੈਗੀ ਤੇ ਇਹ ਇੱਕ ਜੋ ਹੈਗਾ ਸਾਡਾ ਡਿਪਰੈਸ਼ਨ ਦਾ ਕਾਰਨ ਸਾਡਾ ਵੀਕਨੈਸ ਦਾ ਕਾਰਨ ਇੱਕ ਇਨਸਾਨ ਡਿਗਿਆ ਡਿਗਿਆ ਮਹਿਸੂਸ ਕਰਦਾ ਹੈ ਉਹਦਾ ਬੇਸਿਕ ਕਾਰਨ ਜੋ ਆ ਹੈਗਾ ਐਕਚੁਅਲੀ ਕੀ ਹੈਗਾ ਕਿ ਉਹ ਸਰੀਰ ਦੇ ਵਿੱਚ ਹੀ ਫਾਲਟ ਹੈਗਾ ਆ ਅੱਛਾ ਜੇ ਸਰੀਰ ਨੂੰ ਉਸ ਫਾਲ ਨੂੰ ਆਪਾਂ ਠੀਕ ਕਰ ਲਿਆ ਜਾਵੇ ਤਾਂ ਮਨ ਆਪਣੇ ਆਪ ਜਿਹਾ ਹੈਗਾ ਉਹ ਚੜ੍ਹਦੀ ਕਲਾ ਚ ਆ ਜਾਏਗਾ ਉਸ ਨੂੰ ਆਪਣਾ ਇਹ ਕਲੀਅਰ ਜਿਹੜਾ ਹੈਗਾ ਆਪਣਾ ਇਮੇਜ ਕਲੀਅਰ ਹੋਣ ਲੱਗ ਪਵੇਗਾ ਔਰ ਉਸ ਚੀਜ਼ ਚੋਂ ਬਹੁਤ ਜਲਦੀ ਬਾਹਰ ਆ ਜਾਏਗਾ ਦੂਸਰਾ ਹੈਗਾ ਕਿ ਸਟ्रेस ਮੈਨੇਜਮੈਂਟ ਜੀ ਜੇ ਤੁਸੀਂ ਪਹਿਲਾਂ ਸਰੀਰ ਨੂੰ ਆਪਣਾ ਸਹੀ ਕਰ ਲਿਆ ਤੇ ਸਟ्रेस ਨੂੰ ਮੈਨੇਜਮੈਂਟ ਦਾ ਤੇ ਬਹੁਤ ਹੈ ਕਿ ਆਪਾਂ ਆਪਣੇ ਆਪਣੇ ਉੱਪਰ ਫੋਕਸ ਕਰੀਏ ਜੀ ਆਪਣੇ ਫੈਕਲਟੀਆਂ ਉੱਪਰ ਜੋ ਇੰਟਰਨਲ ਸਾਡੀਆਂ ਫੈਕਲਟੀਆਂ ਨੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜਦੋਂ ਅਸੀਂ ਆਪਣੇ ਆਪ ਨੂੰ ਪਛਾਣਨ ਲੱਪਾਵਾਂਗੇ ਆਪਣਾ ਪੋਟੈਂਸ਼ੀਅਲ ਜਦੋਂ ਲੱਪਾਵਾਂਗੇ ਕਿ ਸਾਡਾ ਪੋਟੈਂਸ਼ੀਅਲ ਕੀ ਹੈਗਾ ਕਹੋ ਕਬੀਰ ਹਮ ਰਾਮ ਕੇ ਅੰਜ ਕਿ ਅਸੀਂ ਉਹਦਾ ਇੱਕ ਸਾਡਾ ਵजूद ਕੀ ਹੈ ਕਿ ਅਸੀਂ ਉਹਦਾ ਇੱਕ ਜਰਰਾ ਹਾਂ ਉਹਦਾ ਰੂਪ ਹਾਂ ਜਦੋਂ ਸਾਨੂੰ ਆਪਣੀ ਪਛਾਣ ਆ ਗਈ ਤੇ ਫਿਰ ਇਨਸਾਨ ਟੈਂਦੀ ਕਲਾ 'ਚ ਨਹੀਂ ਜਾ ਸਕਦਾ ਉਹ ਚੜ੍ਹਦੀ ਕਲਾ ਜਾਏਗਾ ਪਰ ਇਸ ਲੈਵਲ ਤੇ ਪਹੁੰਚਣ ਲਈ ਸਾਡਾ ਸਰੀਰ ਦਾ ਸਵਾਸ ਸੋਣਾ ਬਹੁਤ ਜ਼ਰੂਰੀ ਹੈਗਾ ਇਹ ਪ੍ਰੋਬਲਮ ਸਰੀਰ ਦੇ ਵਿੱਚ ਹੈ ਪਹਿਲਾਂ ਜੀ 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 ਜੋ ਵੀ ਇਹ ਕਮਜ਼ੋਰੀ ਹੈ ਜਾਂ ਟੈਂਦੀ ਕਲਾ ਹੈ ਹੂੰ ਸੋ ਉੱਥੇ ਸਾਨੂੰ ਫੋਕਸ ਕਰਨਾ ਪਏਗਾ ਫਿਰ ਅਸੀਂ ਉਸ ਚੀਜ਼ ਤੋਂ ਬਾਹਰ ਨਿਕਲ ਪਾਵਾਂਗੇ ਅੱਛਾ ਇਹ ਡਾਕਟਰ ਸਾਹਿਬ ਮੈਂ ਚਲੋ ਸਵਾਲ ਨਾਲ ਮੈਂ ਫੇਰ ਆਉਣਾ ਆਪਾਂ ਥੋੜਾ ਇਬਰਾਨ ਦੇਈਏ ਕਿ ਇਹ ਦਾ ਮਤਲਬ ਇਹ ਕਿ ਕੁਦਰਤ ਨੇ ਜਿਹੜੀ ਬਣਤਰ ਬਣਾਈ ਹੈ ਸਰੀਰ ਬਣਾਇਆ ਹੈ ਉਹ ਸਰੀਰ ਦੇ ਵਿੱਚ ਆਲਰੇਡੀ ਇਹੋ ਜੀਆਂ ਮੁਸ਼ਕਲਾਂ ਨੂੰ ਇਹੋ ਜਿਹੇ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਮੈਨੇਜਮੈਂਟ ਸਿਸਟਮ ਆਲਰੇਡੀ ਬਣਾਇਆ ਹੋਇਆ ਹੈ। ਇਹ ਇਸ ਤਰ੍ਹਾਂ ਦੀ ਚੀਜ਼ ਆਏਗੀ ਤਾਂ ਉਹ ਕਿਸ ਚੀਜ਼ ਤੇ ਆਏਗੀ ਪਹਿਲਾਂ ਕੌਣ ਡੀਲ ਕਰੇਗਾ ਫਿਰ ਦੂਜਾ ਕੌਣ ਡੀਲ ਕਰੇਗਾ ਤੀਜਾ ਕੌਣ ਡੀਲ ਕਰੇਗਾ ਤੇ ਫਿਰ ਜਮਾਂ ਹੀ ਬਾਤ ਹੋ ਜੇ ਤਾਂ ਫਿਰ ਕੀ ਇਹਦਾ ਟ੍ਰੀਟਮੈਂਟ ਇਹ ਇਹ ਥੋੜਾ ਜਿਹਾ ਸਮਝਾਉਂਗੇ ਇੱਕ ਵਾਰ ਕਿ ਇਹ ਸੌਖੇ ਆਸਾਨ ਸ਼ਬਦਾਂ ਚ ਦੇਖੋ ਗੱਲ ਇਹ ਕਿ ਕੁਦਰਤ ਦਾ ਨਿਯਮ ਕਿਵੇਂ ਚੱਲਦਾ ਕੁਦਰਤ ਦਾ ਹੈਗਾ ਜੀ ਕਿ ਜੋ ਵੀ ਅਸੀਂ ਆਹਾਰ ਖਾਂਦੇ ਹਾਂ ਪਹਿਲੀ ਗੱਲ ਤਾਂ ਸਾਡੀ ਜੋ ਬਾਡੀ ਹੈ ਇਤਨੀ ਕੰਪਲੈਕਸ ਹੈ ਇਤਨੀ ਕੰਪਲੈਕਸ ਹੈ ਕਿ ਇਸ ਨੂੰ ਕੋਈ ਸੇ ਵੀ ਮੈਡੀਕਲ ਸਾਇੰਸ ਦਾ ਸਮਝਣਾ ਬਹੁਤ ਔਖਾ ਹੈ। ਅੱਛਾ ਜੀ। ਅਸੀਂ ਜਿੰਨਾ ਮਰਜੀ ਕਹਿ ਲਈਏ ਕਿ ਇਹਦੇ ਉੱਤੇ ਇੰਨੀ ਰਿਸਰਚ ਹੋ ਚੁੱਕੀ ਹੈ ਇੰਨਾ ਕੁਝ ਹੋ ਚੁੱਕਾ ਹੈ ਲੇਕਿਨ ਮੈਂ ਕਹਿੰਦਾ ਬਹੁਤ ਹੀ ਇੱਕ ਫ੍ਰੈਕਸ਼ਨ ਗਈ ਹੈ ਨਾ ਇੱਕ ਉਹ ਵੀ ਜ਼ਿਆਦਾ ਹੈ। ਅੱਛਾ ਜੀ। ਇਸ ਬਾਡੀ ਨੂੰ ਸਮਝਣ ਲਈ। ਸੋ ਉਹਦੇ ਵਿੱਚ ਕੀ ਹੈਗਾ ਕਿ ਇੱਕ ਹੁਣ ਜਿਸ ਤੋਂ ਅਸੀਂ ਕਹਿੰਦੇ ਇਨਪੁੱਟਸ ਦੀ ਗੱਲ ਹੈਗੀ ਹੈ ਕਿ ਆਪਾਂ ਇੱਕ ਟ੍ਰੇ ਦੇ ਵਿੱਚ ਸਾਰੇ ਹੀ ਭੋਜਨ ਰੱਖ ਦਿੰਨੇ ਆ ਹਮ ਹਮ ਸਾਰੇ ਇਕੱਠੇ ਰੱਖਦੇ ਜੀ ਤੇ ਅਸੀਂ ਕਿਸੇ ਵੀ ਸੈਂਟਿਸਟ ਨੂੰ ਕਹੀਏ ਜਾਂ ਡਾਕਟਰ ਨੂੰ ਕਹੀਏ ਪਹਿਲਾ ਉਹ ਵੀ ਸਾਨੂੰ ਇਹ ਚ ਉਹ ਤੋਂ ਬਾਡੀ ਬਣਾ ਕੇ ਦਿਖਾਓ ਹਮ ਉਹ ਨਹੀਂ ਬਣਾ ਸਕਦਾ ਕੋਈ ਦੁਨੀਆ ਦਾ ਸਾਇੰਸਟ ਨਹੀਂ ਬਣਾ ਸਕਦਾ ਲੇਕਿਨ ਸਾਡੀ ਬਾਡੀ ਕੀ ਹੈਗੀ ਆ ਕਿ ਅਸੀਂ ਇੱਕ ਰੋਟੀ ਖਾਂਦੇ ਆ ਉਹਦੀ ਵੀ ਬਾਡੀ ਬਣਦੀ ਹੈ ਹਮ ਅਸੀਂ ਇੱਕ ਫਲ ਖਾਂਦੇ ਆ ਉਹਦੀ ਵੀ ਬਾਡੀ ਬਣਦੀ ਹੈ ਹਮ ਸਬਜ਼ੀ ਖਾਂਦੇ ਆ ਉਹਦੀ ਵੀ ਬਾਡੀ ਬਣਦੀ ਹੈ ਜੀ ਠੀਕ ਹੈ ਪਹਿਲਾਂ ਕੀ ਹੈਗਾ ਉਹਦੇ ਵਿੱਚੋਂ ਜੋ ਵੀ ਅਸੀਂ ਆਹਾਰ ਖਾਂਦੇ ਹੈਗਾ ਉਹ ਅਬਜ਼ਰਬ ਹੁੰਦਾ ਹੈ ਬਾਡੀ ਦੇ ਵਿੱਚ ਤਾਂ ਉਸ ਦਾ ਮਾਸ ਬਣਦਾ ਹੈ ਮਾਸ ਤੋਂ ਮਜਾ ਬਣਦੀ ਹੈ ਮਜਾ ਤੋਂ ਵੀਰਜ ਬਣਦਾ ਹੈ ਹੈ ਜੀ ਸੋ ਇਹ ਮਲੇ ਇੱਕ ਸਿਸਟਮ ਹੈ ਜਿਹੜੀ ਕਿ ਸਾਡੀ ਬਾਡੀ ਜੋ ਹੈਗੀ ਆ ਉਸ ਨੂੰ ਤਿਆਰ ਕਰਦੀ ਹੈ ਇੱਕ ਉਹ ਫੈਕਟਰੀ ਸੋ ਇਸ ਵਜ੍ਹਾ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਮਝਣ ਲਈ ਸਾਨੂੰ ਇਨਪੁਟਸ ਜਿਹੜੀਆਂ ਹੈਗੀਆਂ ਨੇ ਉਹ ਬਹੁਤ ਸੋਚ ਸਮਝ ਕੇ ਸਾਨੂੰ ਇਹਦੇ ਵਿੱਚ ਦੇਣੀਆਂ ਚਾਹੀਦੀਆਂ ਹਨ ਕੇ ਸਾਰੇ ਆਰਗਨ ਉਹ ਜੁਨੀਸਨ ਚ ਕੰਮ ਕਰਦੇ ਹਨ ਜਦੋਂ ਇੱਕ ਆਰਗਨ ਸਾਡਾ ਡਾਈਜੈਸਟਿਵ ਸਿਸਟਮ ਵੱਖਰਾ ਹੈ ਜੀ ਹੈ ਜੀ ਇਸ ਤਰ੍ਹਾਂ ਹੀ ਰਹੇਗਾ ਅਬਸੋਰਪਸ਼ਨ ਦਾ ਕੰਮ ਵੱਖਰਾ ਹੈ ਹਮਮ ਠੀਕ ਹੈ ਜੀ ਮਿਹਦਾ ਹੈ ਇਸ ਨੇ ਹਰ ਚੀਜ਼ ਉਸ ਨੂੰ ਡਾਈਜੈਸਟ ਕਰਨਾ ਹੈ ਇੰਟੈਸਟਾਈਨ ਨੇ ਉਹਨੂੰ ਅਬਸੋਰਬ ਕਰਨਾ ਹੈ ਹੈ ਜੀ ਔਰ ਜੋ ਫିକਲ ਜੋ ਵੇਸਟ ਹੈਗੀ ਹੈ ਉਸ ਨੇ ਬਾਹਰ ਨਿਕਲਣੀ ਹੈਗੀ ਹੈ ਤਿੰਨੇ ਸਿਸਟਮ ਜਿੰਨਾਂ ਚਿਕਰ ਸਾਡੀ ਬੋਡੀ ਦੇ ਸਹੀ ਨਹੀਂ ਕੰਮ ਕਰਦੇ ਤੇ ਉਹ ਜੋ ਵੀ ਸਾਡੀ ਵੇਸਟ ਹੈਗੀ ਅੰਦਰ ਹੈਗੀ ਹੈ ਤੇ ਸਾਡੇ ਆਰਗਨ ਦੇ ਉੱਤੇ ਸਟ्रेस ਆਉਣੀ ਲਾਜ਼ਮੀ ਹੈਗੀ ਆ। ਔਰ ਸਭ ਤੋਂ ਪਹਿਲੀ ਜਿਹੜੀ ਟੈਸਟ ਹੈਗੀ ਆ ਉਹ ਸਾਡੇ ਕਿੱਥੇ ਜਾਂਦੀ ਹੈ? ਐਕਸਕ੍ਰੀਟਰੀ ਆਰਗਨ ਦੇ ਉੱਤੇ। ਹਮਮ ਅੱਜ ਕੱਲ੍ਹ ਆਮ ਤੁਸੀਂ ਦੇਖਿਆ ਹੋਣਾ ਕਿਡਨੀ ਫੇਲਿਓ ਦੇ ਬਹੁਤ ਕੇਸਸ ਆ। ਬਿਲਕੁਲ ਸਹੀ। ਬਹੁਤ ਜ਼ਿਆਦਾ ਨੇ। ਹਾਂਜੀ ਜਿਹਦਾ ਵੀ ਹੁੰਦਾ ਹੈ ਕਿਰਡਨਾਂ ਨੇ ਵਧਿਆ ਆ ਡਾਇਲਿਸਿਸ ਤੇ ਨੌਬਤ ਆ ਜਾਂਦੀ ਹੈਗੀ ਆ। ਵਜ੍ਹਾ ਕੀ ਹੈਗੀ ਆ ਕਿ ਐਕਸਕ੍ਰੀਟਰੀ ਸਿਸਟਮ ਉਹਦਾ ਵੀਕ ਹੈ। ਕਿਰਨੀਆਂ ਜਿਹੜੀਆਂ ਹੈਗੇ ਨੇ ਨੇਫਰੋਨ ਚ ਉਹ ਖੋ ਚੁੱਕੇ ਨੇ। ਫਿਲਟਰ ਜਿਹੜੇ ਆਪਾਂ ਛਾੜਨੇ ਕਹਿੰਦੇ ਆ ਉਹ ਬੰਦ ਬੰਦ ਹੋਣ ਤੇ ਨਾ ਬਤਾਈਓ ਆ ਐਫੀਸ਼ੀਐਂਸੀ ਜਿਹੜੀ ਹੈਗੀ ਆ ਉਹ 10 15% ਵੀ ਪਰਸੈਂਟ ਤੇ ਆ ਗਈ ਰਹੀ ਹੈ ਤੇ ਉਹ ਤੁਲਦੇ ਫਿਰਦੇ ਹਨ ਲੇਕਨ ਕਿਡਨੀ ਅੰਡਰ ਹੈਵੀ ਸਟ्रेस ਨੇ ਔਰ ਉੱਥੋਂ ਜਿਹੜਾ ਹੈਗਾ ਤੁਹਾਡਾ ਬਲੱਡ ਪ੍ਰੈਸ਼ਰ ਦੀ ਚੀ ਸ਼ੁਰੂ ਹੋ ਜਾਂਦੀ ਹੈ ਸਿਸਟਮ ਉਹ ਹੋ ਗਿਆ ਕਾਰਡੀਓ ਵਾਸਕੂਲਰ ਦੀ ਜੀ ਬਣ ਗਈ ਹਾਰਟ ਦਾ ਸਿਸਟਮ ਸ਼ੁਰੂ ਹੋ ਗਿਆ ਸੋ ਮਤਲਬ ਕੀ ਹੈਗਾ ਪਹਿਲਾਂ ਐਕਸਕ੍ਰੀਟਰੀ ਆਰਗਨ ਨੂੰ ਨਿਕਾਸੀ ਆਪਾਂ ਸਹੀ ਕਰ ਲਵਾਂਗੇ ਉਸ ਤੋਂ ਬਾਅਦ ਸਾਡਾ ਜਿਹੜਾ ਹੈਗਾ ਅਬਸੋਰਪਸ਼ਨ ਦਾ ਪ੍ਰੋਸੈਸ ਸਹੀ ਹੋ ਜਾਏਗਾ ਜੀ ਤੇ ਹਾਜਮ ਹੋਣ ਦਾ ਜਿਹੜਾ ਪ੍ਰੋਸੈਸ ਹੈਗਾ ਜੋ ਆਪਾਂ ਜੋ ਡਾਈਟ ਪ੍ਰੋਪਰ ਡਾਈਟ ਲਵਾਂਗੇ ਉਹ ਸਹੀ ਹੋ ਜਾਵੇਗਾ ਤਿੰਨੇ ਹੀ ਪ੍ਰੋਸੈਸ ਜਿਹੜੇ ਹੈਗੇ ਆ ਇਹ ਸਾਰੇ ਸਿਨਕ੍ਰੋਨਾਈਜ਼ ਹੋ ਗਏ ਸਹੀ ਕੰਮ ਕਰਨ ਲੱਪੇ ਸਰੀਰ ਦੇ ਅੰਦਰ ਬਿਮਾਰੀ ਨਹੀਂ ਟਿਕ ਪਾਏਗੀ ਹਮਮ ਔਰ ਅਸੀਂ ਚੜਜੀ ਕਲਾ ਚ ਰਹਾਂਗੇ ਸੋ ਇਹ ਜੋ ਚੀਜ਼ ਹੈਗੇ ਇਹ ਬਹੁਤ ਲਾਜ਼ਮੀ ਹੈ ਬਾਡੀ ਦੀ ਫੰਕਸ਼ਨ ਨੂੰ ਸਮਝਣਾ ਹਮਮ ਹਮ ਕਿਉਂਕਿ ਇਹ ਸਾਡੀ ਬਾਡੀ ਦੇ ਸਾਰੇ ਇਕ ਰਿਆਵਾ ਹੋਣੀਆਂ ਹਨ ਜੀ ਡਿਫਰੈਂਟ ਜੂਸਸ ਬਣਨੇ ਹਨ ਉਹ ਤੋਂ ਬਾਅਦ ਜਿਹਨੇ ਡਾਕਟਰਲ ਸਕ੍ਰੀਨ ਹਨ ਜਿਹੜੇ ਸਾਡੇ ਇਮਿਊਨ ਸਿਸਟਮ ਨੂੰ ਅਜਿਹੇ ਹੈਗਾ ਕੰਟਰੋਲ ਕਰ ਰਹੇ ਹਨ ਉਹ ਵੀ ਜਦੋਂ ਅੰਡਰ ਸਟ्रेस ਚ ਜਾਂਦੇ ਹਨ ਤਾਂ ਸਾਡਾ ਸਿਸਟਮ ਬਿਲਕੁਲ ਹੀ ਇੱਕ ਗੱਡਾ ਬਣ ਜਾਂਦਾ ਹੈ ਠੱਕਾ ਲਾ ਕੇ ਚਲਾਉਣ ਵਾਲਾ ਠੀਕ ਹੈ ਸੋ ਸਾਰੇ ਜਿਹ ਚਾਹਨੇ ਹਾਂ ਕਿ ਸਾਰੇ ਆਰਗਨ ਆਪਣਾ ਕੰਮ ਕਰਨ ਤੇ ਇਹਲੇ ਸਾਰੇ ਫੰਕਸ਼ਨ ਜਿਹੜੇ ਹੈਗੇ ਆ ਜਿੰਨਾ ਚਿਰ ਉਹ ਸਹੀ ਨਹੀਂ ਹੈਗੇ ਸਾਡੀ ਬਾਡੀ ਸਹੀ ਨਹੀਂ ਕੰਮ ਕਰ ਸਕਦੀ ਅੱਛਾ ਇਹ ਗੁਰਪ੍ਰੀਤ ਬਾੜੀ ਜੀ ਦਾ ਮੈਸੇਜ ਆ ਉਹ ਕਹਿੰਦੇ ਵੀ ਚਿੰਤਾ ਤਾਂ ਰਹਿੰਦੀ ਹੀ ਆ ਜੀ ਪਰ ਦੇਖੋ ਪਹਿਲੀ ਲਾਈਨ ਇਹ ਤਾਂ ਹਰੇਕ ਬੰਦੇ ਦੀ ਕਹਾਣੀ ਬਣਦੀ ਹੈ ਜੀ ਉਗਾਂ ਦੇ ਚਿੰਤਾ ਤਾਂ ਰਹਿੰਦੀ ਹੈ ਪਰ ਉਹਦੇ ਕਾਰਨ 5 ਸਾਲ ਇਸ ਜ਼ਿਆਦਾ ਲੱਗਣ ਲੱਗੀ ਕਰੀਅਰ ਦਾ ਸਟ੍ਰੈਸ ਹੈ ਸੋ ਟੈਨਸ਼ਨ ਲੈਣੀ ਪੈਣੀ ਹੈ ਆਪਾਂ ਨੂੰ ਮਤਲਬ ਇਗਨੋਰ ਵੀ ਨਹੀਂ ਕਰ ਸਕਦੇ ਹੁਣ ਉਹਦਾ ਕਰਕੇ ਉਹ ਸਾਰਾ ਕੁਝ ਜਿਹੜਾ ਉਹ ਫੇਸ ਤੇ ਆਉਣ ਲੱਗਾ ਹੈ ਜੀ ਜੀ ਤੇ ਇਹ ਕੀ ਇਹਦਾ ਹੱਲ ਕੀ ਆ ਉਹ ਦੇਖੋ ਹੱਲੇ ਕੋਈ ਹੈ ਜੀ ਉਹਨਾਂ ਨੇ ਸਿਚੁਏਸ਼ਨ ਵੀ ਦੱਸਦੀ ਕਿ ਜੇ ਕਰੀਅਰ ਹੈ ਜ਼ਿੰਦਗੀ ਹੈ ਚਲਾਉਣੀ ਹੈ ਟੈਨਸ਼ਨਾਂ ਚੰਦਾ ਆਉਣਗੀਆਂ ਚੱਲੇਗਾ ਨਾਲ ਕੁਝ ਤਾਂ ਬਾਬਕ ਹੈ ਹਮ ਦੇਖੋ ਜੀ ਇਹ ਪਾਰਟ ਆਫ ਲਾਈਫ ਹੈ ਹਮ ਮਾਡਰਨ ਲਾਈਫ ਜਿਹੜੀ ਹੈਗੀ ਇਹਦੇ ਵਿੱਚ ਸਟ्रेस ਜਿਹੜਾ ਹੈਗਾ ਇਹ ਵੀ ਜਿੱਥੇ ਬਿਮਾਰੀਆਂ ਹਨ ਜਿਦੋਂ ਖਾਣਾ ਪੀਣਾ ਬਾਕੀ ਹੈ ਇਹ ਵੀ ਇੱਕ ਰੋਜ਼ ਦਾ ਇੱਕ ਸਾਡਾ ਹਿੱਸਾ ਬਣ ਗਿਆ ਹੈ ਸਟ्रेस ਆਉਣੀ ਹਰ ਚੀਜ਼ ਤੇ ਆਉਣੀ ਹੈ ਹਾਂਜੀ ਉਹਦੇ ਕਾਰਨ ਅਣਗਿਣਤ ਹਨ ਜੀ ਕੁਝ ਵੀ ਹੈਗਾ ਹੈ ਤੇ ਲੇਕਿਨ ਉਸ ਨੂੰ ਨਾਲੋਂ ਨਾਲ ਹੀ ਉਸ ਨੂੰ ਖਤਮ ਕਰਨਾ ਇਹ ਸਾਡਾ ਬਹੁਤ ਜ਼ਰੂਰੀ ਹੈ ਪਹਿਲੀ ਗੱਲ ਤਾਂ ਫਿਰ ਉਹ ਗੱਲ ਉੱਥੇ ਹੀ ਹੈ ਕਿ ਆਪਾਂ ਫੂਡ ਫੂਡ ਰੈਗੂਲੇਟ ਕਰੀਏ ਜੀ ਜੋ ਸਾਡਾ ਨੇਚਰ ਆਫ ਜੌਬ ਹੈ ਉਹਦੇ ਮੁਤਾਬਕ ਅਸੀਂ ਫਰਕ ਲਈਏ ਕੰਮ ਤਾਂ ਸਾਡਾ ਕੁਰਸੀ ਤੇ ਬਹਿਣ ਦਾ ਹੈ ਲੇਕਿਨ ਖੁਰਾਕ ਅਸੀਂ ਪਲਵਾਨਾਂ ਵਾਲੀ ਲੈ ਰਹੇ ਆ ਤੇ ਮਾਫ ਕਰਨਾ ਤੇ ਅਸੀਂ ਉਹ ਮੁਸ਼ਕਲ ਆਣੀ ਬਣਨੀ ਹੈਗੀ ਹੈ ਸਿਸਟਮ ਜਿਹੜਾ ਹੈਗਾ ਉਹ ਜੇ ਸਾਡਾ ਉਹ ਨੂੰ ਨਹੀਂ ਕੋਪ ਆਪ ਕਰ ਸਕਦਾ ਸੋ ਜੋ ਸਟੈਸ ਹੈਗੀ ਹੈ ਛੋਟੀ ਮੋਟੀ ਗੱਲਾਂ ਜੀ ਰੋਜ਼ ਬਣਦੀ ਹੈ ਲੇਕਿਨ ਉਹਦਾ ਇਹ ਹੈਗਾ ਕਿ ਨਾਲ ਨਾਲ ਉਸ ਨੂੰ ਖਤਮ ਕਰੀਏ ਜੇ ਮੰਨ ਲਓ ਹੈਗਾ ਉਹਦੇ ਵਿੱਚ ਕੀ ਹੈਗਾ ਕਿ ਆਪਣੀ ਲਾਈਫ 'ਚ ਹਿਊਮਰ ਲਾਈਏ ਹਾਸਾ ਲਾਈਏ ਜੀ ਜੀ ਖੁਸ਼ ਰਹਿਣਾ ਸਿੱਖੀਏ ਹਰ ਹਾਲਾਤ ਦੇ ਵਿੱਚ ਜੀ ਖੁਸ਼ ਰਹਾਗੇ ਅਗਲੇ ਤੱਕ ਕਿਸੇ ਨੂੰ ਹਰਟ ਨਾ ਕਰੀਏ ਸਾਡੇ ਜਿਹੜੇ ਲਫ਼ਜ਼ ਹਨ ਉਹ ਕਿਸੇ ਨੂੰ ਦੁੱਖ ਨਾ ਦੇਣ ਉਹਨੂੰ ਦੁਖੀ ਨਾ ਕਰਨਾ ਉਹਨੂੰ ਪਿੰਚ ਨਾ ਕਰਨਾ ਠੀਕ ਹੈ ਨਾ ਉਹ ਲੈਂਗੁਏਜ ਸਾਨੂੰ ਆਪਣੇ ਮਾਈਂਡ ਟ੍ਰੇਨਿੰਗ ਹੈਗੀ ਆ ਉਹ ਦੇਣੀ ਪੈਗੀ ਜੀ ਜੀ ਠੀਕ ਹੈ ਨਾ ਉਤੋਂ ਅਸੀਂ ਬਚੀਏ ਫਿਰ ਦੂਸਰਾ ਹੈਗਾ ਕਿ ਜੋ ਵੀ ਸਟ्रेस ਲੈਵਲ ਬਣਦਾ ਹੈ ਆਪਾਂ ਥੋੜਾ ਮੈਂ ਕਹਿੰਦਾ 10 ਮਿੰਟ ਹੀ ਆਪਣੇ ਆਪ ਦੇ ਉੱਤੇ ਧਿਆਨ ਦਿਈਏ ਮੈਡੀਟੇਟ ਕਰੀਏ ਸਿਰਫ ਆਪਣੇ ਆਪ ਨੂੰ ਸਮਝਣ ਲਈ ਕਿ ਮੈਂ ਕੀ ਹਾਂ ਰੋਜ਼ ਦਾ ਲੇਖਾ ਜੋਖਾ ਕਰ ਲਈਏ ਅੱਜ ਮੈਂ ਕਿੰਨੇ ਬੰਦਿਆਂ ਦਾ ਦਿਲ ਦੁਖਾਇਆ ਉਸ ਨੂੰ ਸਮਝ ਲਈਏ ਨਹੀਂ ਔਰ ਅੰਦਰੋਂ ਅੰਦਰ ਉਹਨਾਂ ਤੋਂ ਮਾਫੀ ਵੀ ਮੰਗੀਏ ਕਿ ਨਹੀਂ ਔਰ ਇੱਕ ਪ੍ਰਣ ਵੀ ਕਰੀਏ ਕਿ ਮੈਂ ਅੱਗੇ ਨਹੀਂ ਕਰਨਾ ਤੇ ਮੈਂ ਕਹਿੰਦਾ ਰੋਜ਼ ਦਾ ਸੀ ਆਪਣਾ ਇੱਕ ਇੱਕ ਸਟੈਪ ਇਸ ਤਰ੍ਹਾਂ ਲੈ ਕੇ ਚੱਲਾਂਗੇ ਤਾਂ ਸਾਡੀ ਜੀ ਵੀ ਹੈਗੇ ਸਟ्रेस ਇਹ ਕਾਫੀ ਹੱਦ ਤੱਕ ਘੱਟ ਜਾਏਗੀ ਔਰ ਦੂਸਰਾ ਜੋ ਸੌਰੀ ਦੂਸਰਾ ਜੋ ਹੈਗਾ ਅਸਪੈਕਟ ਉਹ ਇਹ ਹੈਗਾ ਕਿ ਬਾਡੀ ਨੂੰ ਆਪਾਂ ਅਸੀਂ ਸਤਨ ਲਈ ਮੰਜੇ ਨਾਲ ਨਾ ਲੱਗिए ਜਾਂ ਕਿ ਕੁਰਸੀ ਦੇ ਵਿੱਚ ਬੜ ਕੇ ਨਾ ਬਿਠੀਏ ਅਸੀਂ ਬੋਡੀ ਨੂੰ ਐਕਸਰਸਾਈਜ਼ ਦਾ ਮੈਂ ਕਹਿਣ ਦਾ ਮਤਲਬ ਹੈ ਕਿ ਐਕਸਰਸਾਈਜ਼ ਜ਼ਰੂਰ करिए ਜਦੋਂ ਅਸੀਂ ਐਕਸਰਸਾਈਜ਼ ਕਰਦੇ ਹੈਗਾ ਐਡਰਨਲ ਗਲੈਂਡ ਸਾਡੇ ਜਿਹੜੇ ਹੈਗੇ ਨੇ ਉਹ ਸੁਭਾਵਿਕ ਤੌਰ ਤੇ ਐਕਟੀਵੇਟ ਹੋ ਜਾਂਦੇ ਹਨ ਔਰ ਉਹਦੇ ਵਿੱਚ ਜਿਹੜੇ ਹੈਗੇ ਨੇ ਸਮਝ ਲਓ ਕਿ ਜਿਹਦੀ ਪੇਨ ਨੂੰ ਖਤਮ ਕਰਨ ਵਾਲੇ ਹੈ ਜੀ ਉਹ ਵੀ ਸਾਡੀ ਐਨਜ਼ਾਈਮ ਅੰਦਰੋਂ ਹੀ ਬਣਨੇ ਸ਼ੁਰੂ ਹੋ ਜਾਂਦੇ ਹਨ ਤੇ ਸਾਡੀ ਜਿਹੜੀ ਹੈਗੀ ਸਟ्रेस ਲੈਵਲ ਆਟੋਮੈਟਿਕਲੀ ਇੱਕ ਹੀ ਅਗਰ ਕੇ ਅਟੈਂਸ਼ਨ ਡਿਵਰਟ ਕਰਨੀ ਜੀ ਜੀ ਜਿਹੜੀ ਹੈਗੀ ਆ ਬਾਹਰਲੀ ਜਿਹੜੀ ਹੈਗੀ ਚਿੰਤਾਵਾਂ ਨੂੰ ਛੱਡ ਕੇ ਆਪਣੇ ਆਪਣੇ ਆਪ ਤੇ ਸੈਂਟਰਲਾਈਜ਼ ਸੈਂਟਰਲਾਈਜ਼ ਕਰਨਾ ਔਰ ਉਹਨੂੰ ਜਿਹੜਾ ਹੈਗਾ ਬਾਡੀ ਚੋਂ ਉਸਨੂੰ ਰਿਲੈਕਸ ਕਰਨਾ ਥਰੂ ਐਕਸਰਸਾਈਜ਼ ਸੋ ਇਹ ਆਪਾਂ ਕਰ ਲਵਾਂਗੇ ਤਾਂ ਇਹ ਚੀਜ਼ ਨਹੀਂ ਬਣੇਗੀ। ਕੀ ਮਤਲਬ ਸੋ ਮੈਂ ਆਸ ਕਰਦਾ ਜੀ ਵੀ ਇਹ ਜਿਹੜਾ ਤਰੀਕਾ ਡਾਕਟਰ ਸਾਹਿਬ ਨੇ ਦੱਸਿਆ ਕਿ ਵੀ ਆਪਾਂ ਐਵੇਂ ਜਿਹੜਾ ਇੱਕ ਕਈ ਵਾਰ ਇੱਕ ਫੁੱਕੀ ਈਗੋ ਫਸਾ ਕੇ ਬਹਿ ਜਾਂਦੇ ਆ ਜਾਂ ਕਈ ਵਾਰ ਐਦਾਂ ਹੁੰਦੀ ਆ ਆਪਾਂ ਨੂੰ ਗੱਲ ਕੇ ਖਾਣ ਪੀਣ ਜਿਹੜਾ ਆਪਣਾ ਉਹ ਬਹੁਤ ਜ਼ਿਆਦਾ ਹੁੰਦਾ ਤੇ ਵੈਸੇ ਆਪਣੀ ਜਿਹੜੀ ਜੌਬ ਆ ਉਹ ਬੈਠਣ ਦੀ ਹੁੰਦੀ ਹੈ। ਤੇ ਕਈ ਵਾਰ ਢੀਠਤਾ ਵੀ ਹੁੰਦੀ ਹੈ ਸ਼ਬਦ ਮੇਰੇ ਖੰਨ ਲੈ ਜ਼ਿਆਦਾ ਵਧੀਆ ਹੈ ਕਿ ਇਹ ਸਾਨੂੰ ਪਤਾ ਵੀ ਹੁੰਦਾ ਹੈ ਕਿ ਵੀ ਇਹ ਚੀਜ਼ ਮੇਰੇ ਲਈ ਗਲਤ ਹੈ ਮੈਨੂੰ ਇਹ ਨਹੀਂ ਕਰਨੀ ਚਾਹੀਦੀ ਪਰ ਉਹਦੇ باوجود ਵੀ ਆਪਾਂ ਜਾਂ ਤਾਂ ਉਸ ਦਿਮਾਗ ਦੇ ਵਿੱਚੋਂ ਉਸ ਥਾਟ ਨੂੰ ਨਹੀਂ ਕੱਢਦੇ ਜਾਂ ਫਿਰ ਆਪਣੀ ਖੁਰਾਕ ਦੇ ਵਿੱਚੋਂ ਉਸ ਪਾਰਟਿਕੂਲਰ ਚੀਜ਼ ਨੂੰ ਨਹੀਂ ਕੱਢਦੇ ਤੇ ਜਾਂ ਫਿਰ ਐਕਸਰਸਾਈਜ਼ ਹੋਣ ਟਾਈਮ ਹੋਣ ਦੇ باوجود ਵੀ ਆਪਾਂ ਆਪਣੇ ਸਰੀਰ ਦੇ ਥਰੂ ਐਕਸਰਸਾਈਜ਼ ਨਹੀਂ ਕਰਦੇ ਇਹ ਸਾਰਾ ਕੁਝ ਕਿਤੇ ਨਾ ਕਿਤੇ ਆਪਣੇ ਸਰੀਰ ਨੂੰ ਮਾਰਦਾ ਅੱਛਾ ਕੁਝ ਕੁ ਸਵਾਲ ਹੋਰ ਆ ਗਏ ਨੇ ਮੈਂ ਚਾਹੁੰਦਾ ਆਪਾਂ ਉਹਨਾਂ ਦਾ ਵੀ ਜ਼ਿਕਰ ਕਰੀਏ ਗੁਰਪ੍ਰੀ ਸਿੰਘ ਦਾ ਸਵਾਲ ਹੋ ਕਹਿੰਦੇ ਵੀ ਫਿਨਸੀਆਂ ਸ਼ਾਇਦ ਸਕਿਨ ਦੇ ਉੱ ਕੋ ਪਾਰਟੀਕਲ ਪਟਾਣ ਦੇ ਉੱਪਰ ਫੈਂਸੀਆਂ ਦੀ ਗੱਲ ਕੀਤੀ ਉਹ ਕੋਈ ਕਾਰਨ ਇਹਦਾ ਕੀ ਹੋ ਸਕਦਾ ਹੈ ਦੇਖੋ ਕਾਰਨ ਜਿਹੜਾ ਹੈਗਾ ਫਿਰ ਜਦੋਂ ਸਾਡੇ ਅੰਦਰ ਗਰਮੀ ਜਿਹੜੀ ਹੈਗੀ ਆ ਉਹ ਵੱਧ ਜਾਂਦੀ ਹੈਗੀ ਆ ਜੀ ਜੀ ਗਰਮੀ ਦਾ ਕਾਰਨ ਫਿਰ ਹੋਈ ਹੈ ਜਦੋਂ ਵੀ ਅਸੀਂ ਤਾਮਸਕ ਖੁਰਾਕ ਖਾਵਾਂਗੇ ਜ਼ਿਆਦਾ ਜੀ ਜੇਨ ਅੰਦਰ ਅਨ ਅਨਵਾਂਟਡ ਜਿਹੜੀ ਹੈਗੀ ਹੈਟ ਪੈਦਾ ਹੋਵੇ ਤੇ ਉਹਦੀ ਮੈਨੀਫੈਸਟੇਸ਼ਨ ਕਿੰਦੇ ਉੱਤੇ ਜਿਹੜੀ ਹੈਗੀ ਆ ਉਹ ਆਉਂਦੀ ਹੈਗੀ ਆ ਫਿਰਦੀਆਂ ਜਿਹੜੀ ਫਿਸਟੀਆਂ ਜਿਹੜੀ ਸੌਰੀ ਫੈਂਸੀਆਂ ਜਿਹੜੀਆਂ ਉਹ ਇਸ ਵਜ੍ਹਾ ਕਰਕੇ ਪੈਦਾ ਹੁੰਦੀਆਂ ਹਨ ਉਹਦੇ ਲਈ ਫਿਰ ਸਾਨੂੰ ਜੋ ਖੁਰਾਕ ਹੈਗੀ ਆ ਉਹ ਸਾਨੂੰ ਸਹੀ ਜਿਹੜੀ ਹੈਗੀ ਆ ਉਹ ਲੈਣੀ ਪੈਗੀ ਜਿਹੜੇ ਮੰਨ ਲਓ ਹੈਵੀ ਸਪਾਈਸਿਸ ਨੇ ਉਹ ਛੱੜਨੇ ਪੈਣਗੇ ਜਿਹੜੇ ਹੈਗੇ ਆ ਮੀਠ ਸ਼ਰਾਬ ਜੋ ਇਹ ਜਿੰਜਰ ਨਹੀਂ ਹੈਗੀਆਂ ਤਾਮਸਿਕ ਭੋਜਨ ਹਨ ਉਹ ਘਟਾਣੇ ਪੈਣਗੇ ਜਾਂ ਬੰਦ ਕਰਨੇ ਪੈਣਗੇ ਇਸ ਚੀਜ਼ ਨੂੰ ਆਪਾਂ ਜਿਹੜਾ ਹੈਗਾ ਪਾਣੀ ਜਿਹਦੀ ਜਿਹਦੀ ਮਾਤਰਾ ਹੈਗੀ ਆ ਉਹ ਥੋੜੀ ਵਧਾਣੀ ਪੈਗੀ ਤਾਂ ਕਿ ਜਿਹੜਾ ਸਕਿਨ ਹਾਈਡਰੇਟ ਰਹੇ ਔਰ ਕਿਡਨੀ ਜਿਹੜੀਆਂ ਹੈਗੀਆਂ ਸਹੀ ਫੰਕਸ਼ਨ ਕਰਨ ਇਹ ਚੀਜ਼ ਜਿਹੜੀ ਹੈਗੀ ਹੈ ਕੰਟਰੋਲ ਹੋ ਸਕਦੀ ਹੈ ਅੱਛਾ ਜੀ ਇਹ ਅੰਦਰੂਨੀ ਤਾਪਮਾਨ ਦੀ ਤੁਸੀਂ ਗੱਲ ਕੀਤੀ ਸੀ ਬਲਤੇਜ ਜੀ ਦਾ ਉਹ ਨਾਲ ਰਿਲੇਟਡ ਸਵਾਲ ਹੈ ਕਿ ਇੱਕ ਤਾਂ ਇਹਨੂੰ ਮੇਰਾ ਖਿਆਲ ਤੁਸੀਂ ਮਾਪਣ ਸਮਝਣ ਦਾ ਤੌਰ ਤਰੀਕਾ ਦੱਸ ਦਿਓ ਤੇ ਇੱਕ ਇਹਨੂੰ ਆਪਾਂ ਵਧਾ ਕਿਵੇਂ ਸਕਦੇ ਹਾਂ ਉਹਦੇ ਬਾਰੇ ਦੱਸ ਦਿਓ ਦੇਖੋ ਗੱਲ ਇਹ ਹੈ ਕਿ ਮਾਪਣ ਦਾ ਤੇ ਸਹੀ ਤਰੀਕਾ ਇਹ ਹੈਗਾ ਕਿ ਜੋ ਥਰਮੋਮੀਟਰ ਹੈ ਉਸ ਦੀ ਰੀਡਿੰਗ ਸੈੱਟ ਕਰਕੇ ਰਾਤ ਨੂੰ ਹੀ ਆਪਣੇ ਸਰਾਨੇ ਰੱਖੋ ਅੱਛਾ ਜੀ ਤਾਂ ਕਿ ਸਵੇਰੇ ਉਸ ਨੂੰ ਝਟਕਾ ਵੀ ਨਾ ਮਾਰਨਾ ਪਵੇ ਹੂੰ ਤਾਂ ਉਹ ਜੋ ਟੈਂਪਰੇਚਰ ਹੈਗਾ ਉਹ ਤੁਹਾਡਾ ਇਹਨੂੰ ਕਹਿੰਦੇ ਨੇ ਬੇਸਲ ਟੈਂਪਰੇਚਰ ਸੋ ਬੇਸਲ ਟੈਂਪਰੇਚਰ ਉਹ ਜੋ ਹੈਗਾ ਆ ਇਹ ਤੁਹਾਡਾ ਸਹੀ 98.4 ਘੱਟੋ ਘੱਟ ਚਾਹੀਦਾ ਹੈਗਾ 95-6 ਹੈਗਾ ਤੇ ਬਹੁਤ ਜ਼ਿਆਦਾ ਮੰਨ ਲਓ ਸਹੀ ਹੈਗਾ ਸੋ ਇਹ ਟੈਂਪਰੇਚਰ ਤੁਹਾਡਾ ਇਹ ਮੇਨਟੇਨ ਹੋਣਾ ਚਾਹੀਦਾ ਹੈਗਾ ਸੋ ਇਹ ਕਿਵੇਂ ਹੋ ਸਕਦਾ ਹੈਗਾ ਇਹਦੇ ਲਈ ਫੇਰੇ ਹੈਗੀ ਆ ਕਿ ਜੋ ਸਾਡੇ ਇੱਕ ਤਾਂ ਜੋ ਸਾਡੀ ਫੂਡ ਖਾਣ ਖਾਣ ਖਵਾਕ ਦੀ ਜੋ ਸਲਟ ਹੈ ਉਹ 8 ਘੰਟੇ ਤੋਂ ਜ਼ਿਆਦਾ ਨਹੀਂ ਚਾਹੀਦੀ ਜੀ ਮਤਲਬ ਇਹ ਹੈ ਕਿ ਜੋ ਵੀ 24 ਘੰਟੇ ਦੇ ਵਿੱਚ ਅਸੀਂ ਖੁਰਾਕ ਲੈਣੀ ਹੈ ਉਸ ਨੂੰ ਇਸ ਤਰ੍ਹਾਂ ਐਡਜਸਟ ਕਰੀਏ ਕਿ 8 ਘੰਟੇ ਦੇ ਵਿੱਚ ਆਪਾਂ ਉਹਨੂੰ ਲੈ ਕੇ 16 ਘੰਟੇ ਸਾਡੀ ਬੋਡੀ ਉਸ ਨੂੰ ਹজম ਕਰਨ ਦੇ ਵਿੱਚ ਉਸ ਨੂੰ ਅਬਜ਼ੌਰਬ ਕਰਨ ਦੇ ਵਿੱਚ ਔਰ ਉਸ ਨੂੰ ਬਾਹਰ ਕੱਢਣ ਦੇ ਵਿੱਚ ਫੀਕਲ ਮੈਟਰ ਨੂੰ ਇਹ ਲੱਗੇ 16 ਘੰਟੇ ਦਾ ਅਸੀਂ ਟਾਈਮ ਦਵਾਂਗੇ ਤੇ ਇਹ ਜੋ ਚੀਜ਼ ਹੈਗੀ ਆ ਇਹ ਮਤਲਬ ਸਹੀ ਆਪਣਾ ਸਾਡੀ ਬੋਡੀ ਕੰਮ ਕਰੇਗੀ ਇਸ स्लॉट ਨੂੰ 8 ਘੰਟੇ 'ਚ ਉਸ ਨੂੰ ਆਪਾਂ ਸੈੱਟ ਕਰ ਦਈਏ ਮਤਲਬ 24 ਘੰਟੇ ਜੋ ਆਪਾਂ 8 ਘੰਟੇ ਖਾ ਸਕਦੇ ਆ ਤੇ ਬਾਕੀ ਜਿਹੜਾ 16 ਘੰਟੇ ਉਹ ਨਾ ਖਾਣ। ਇਹਨੂੰ ਦੇਈਏ ਟਾਈਮ ਦੇਈਏ ਬੋਡੀ ਨੂੰ ਠੀਕ ਹੈ। ਔਰ ਜੋ ਹੈਗਾ ਜੋ ਰਾਤ ਦਾ ਖਾਣਾ ਹੈ ਉਹ ਬਿਲਕੁਲ ਮਿਨੀਮਮ ਬਿਲਕੁਲ ਮਿਨੀਮਮ ਕਰਕੇ ਤਾਂ ਜਿਹੜਾ ਹੈਗਾ ਤਾਂ ਕਿ ਜਿਸ ਵੇਲੇ ਅਸੀਂ ਸੌਣਾ ਹੈ ਉਸ ਟਾਈਮ ਅਸੀਂ ਐਮਪਟੀ ਸਟੋਮਕ ਕੋਸ਼ਿਸ਼ ਕਰੀਏ ਪਈ ਅਸੀਂ ਸੌਣੇ ਆ ਤੇ ਇਹ ਜੋ ਚੀਜ਼ ਹੈਗੀ ਆ ਕਾਫੀ ਹੈਲਪਫੁਲ ਹੋਏਗੀ। ਦੂਸਰੀ ਚੀਜ਼ ਹੈਗੀ ਆ ਕਿ ਉਹ ਸਾਡੇ ਆਹਾਰ ਦੇ ਉੱਤੇ ਠੀਕ ਹੈ। ਜੋ ਉਹਦੇ ਵਿੱਚ ਹੈਗਾ ਕਿ ਸਾਨੂੰ ਇੱਕ ਨਾਰਮਲ ਜਾ ਸਾਡਾ ਆਹਾਰ ਉਹ ਹਿੰਸਕ ਨਹੀਂ ਚਾਹੀਦਾ ਹਮਮ ਮਤਲਬ ਨਾ ਸਾਨੂੰ ਜਿਹੜੀ ਹੈਗੀ ਜ਼ਿਆਦਾ ਗਰਮ ਚੀਜ਼ਾਂ ਨਹੀਂ ਲੈਣੀਆਂ ਚਾਹੀਦੀਆਂ ਉਹ ਚੀਜ਼ਾਂ ਜਿਹਦੇ ਨਾਲ ਸਾਡਾ ਇਹ ਹੈਗਾ ਮੇਦਾ ਸਹੀ ਕੰਮ ਕਰੇ ਗੈਸਟ੍ਰਿਕ ਯੂਸ ਸਹੀ ਬਣ ਤਾਂ ਜਿਹੜਾ ਹੈਗਾ ਉਹ ਸਾਡੇ ਲਈ ਕਾਫੀ ਹੈਲਪਫੁਲ ਹੋਏਗੀ ਤੀਸਰੀ ਚੀਜ਼ ਹੈ ਗਿਆ ਸਬ ਤੋਂ ਇੰਪੋਰਟੈਂਟ ਕਿ ਵਿਦ ਏਜ ਸਾਡਾ ਜੋ ਹਾਈਡਰੋਕਲੋਰਿਕ ਐਸਿਡ ਹੈ ਜੀ ਉਹ ਡਾਈਲੂਟ ਹੋਣਾ ਸ਼ੁਰੂ ਹੋ ਜਾਂਦਾ ਹੈ ਘਟਣਾ ਸ਼ੁਰੂ ਹੋ ਜਾਂਦਾ ਹੈ ਸਟਾਰਟਿੰਗ ਦੇ ਉੱਤੇ ਜਦੋਂ ਅਸੀਂ ਛੋਟੇ ਹੁੰਦੇ ਹਾਂ ਬੱਚੇ ਹੁੰਦੇ ਹਾਂ ਜਾਂ ਜਵਾਨੀ ਤੱਕ ਇਹਦੀ ਜੋ ਪੀ ਐਚ ਹੈਗੀ ਉਹ ਤਕਰੀਬਨ 1.8 ਹੁੰਦੀ ਹੈਗੀ ਆ ਅੱਛਾ ਪਰ ਜਿਉਂ ਵੱਧਦੀ ਪੈਸੇਜ ਆਫ ਟਾਈਮ ਇਹ ਘਟਦੀ ਆਪਣੇ ਵੱਧਦੀ ਵੱਧਦੀ ਉਹ ਕਦ ਕੇ ਤੱਕ ਮੰਨ ਲਓ ਇਹ 4.5 5.5 6 ਤੱਕ ਵੀ ਚਲ ਜਾਂਦੀ ਹੈਗੀ ਆ ਹੂੰ ਸੋ ਡਾਈਲੂਟਡ ਹਾਈਡਰੋਕਲੋਰਿਕ ਐਸਿਡ ਦਾ ਮਤਲਬ ਹੈ ਕਿ ਜੋ ਡਿਲੇਡ ਡਾਈਜੈਸ਼ਨ ਸਾਡਾ ਖਾਣਾ ਪ੍ਰੋਪਰ ਹਜਮ ਨਹੀਂ ਹੋਏਗਾ ਹੂੰ ਔਰ ਜਦੋਂ ਖਾਜਮ ਖਾਣਾ ਹਜਮ ਨਹੀਂ ਹੁੰਦਾ ਕੱਚਾ ਪੱਕਾ ਰਹਿੰਦਾ ਹੈ ਉਹਨਾਂ ਨੇਚਰਲ ਹੈ ਕਿ ਉੱਥੇ ਫਰਮੈਂਟੇਸ਼ਨ ਹੋ ਕੇ ਸਾਡੀ ਬੋਡੀ ਦਾ ਟੈਂਪਰੇਚਰ ਘਟਣਾ ਹੈ ਹੂੰ ਸੋ ਜੇ ਇਹ ਚਾਹੁੰਦੇ ਹਾਂ ਕਿ ਸਾਡਾ ਟੈਂਪਰੇਚਰ ਮੇਨਟੇਨ ਰਹੇ ਤੇ ਸਾਨੂੰ ਜੋ ਖਾਣ ਕੁਰਾਖ ਹੈ ਉਹ ਵੀ ਉਸ ਹਿਸਾਬ ਦੇ ਨਾਲ ਹੀ ਲੈਣੀ ਚਾਹੀਦੀ ਹੈਗੀ ਹੈ ਪਹਿਲੀ ਗੱਲ ਤਾਂ ਜੋ ਹੈਗਾ ਆਪਣੇ ਐਸਿਡ ਹੈ ਉਹ ਸਹੀ ਬਣਨਾ ਚਾਹੀਦਾ ਹੈ ਹੂੰ ਔਰ ਉਹਦੇ ਲਈ ਸਾਨੂੰ ਜਿਹੜਾ ਹੈਗਾ ਨਾ ਸ਼ਹਿਦ ਤੇ ਨਿੰਬੂ ਦਾ ਜੋ ਇਸਤੇਮਾਲ ਹੈ ਖਾਣੇ ਤੋਂ ਪਹਿਲਾਂ ਉਹ ਕਰਨਾ ਚਾਹੀਦਾ ਹੈਗਾ ਇੱਕ ਸਵੇਰੇ ਮਾਰਨਿੰਗ ਦੇ ਉੱਤੇ ਤਾਂ ਬਹੁਤ ਜ਼ਰੂਰੀ ਹੈਗਾ ਤਾਂ ਕਿ ਜਿਹੜੇ ਸਾਡੇ ਬੋਡੀ ਦੇ ਅਨਵਾਂਟਡ ਐਸਰ ਨੇ ਉਹ ਨਿਊਟਰਲਾਈਜ਼ ਹੋ ਸਕਣ ਸਾਡੀ ਬੋਡੀ ਜਿਹੜੀ ਹੈਗੀ ਆ ਉਹ ਐਲਕਲਾਈਨ ਚਾਹੀਦੀ ਹੈਗੀ ਹੈ ਲੇਕਿਨ ਸਾਡਾ ਜੋ ਸਟੋਮਕ ਹੈਗਾ ਆ ਉਹ ਸਾਡਾ ਉੱਥੇ ਜੋ ਐਸਿਡ ਦਾ ਲੈਵਲ ਹੈ ਉਹ ਬਰਕਰਾਰ ਰਹਿਣਾ ਚਾਹੀਦਾ ਪ੍ਰੋਪਰ ਡਾਈਜੈਸ਼ਨ ਲਈ ਜੀ ਜੀ ਇਹ ਸਾਡੀ ਇਹ ਚੀਜ਼ ਸਹੀ ਹੈ ਤੇ ਨੈਚੁਰਲੀ ਸਾਡਾ ਰਹੇਗਾ ਬੋਡੀ ਟੈਂਪਰੇਚਰ ਸੌਰੀ ਇੰਟਰਨਲ ਟੈਂਪਰੇਚਰ ਉਹ ਸਹੀ ਰਹੇਗਾ ਕੀ ਆ ਅਰਕਸਾਬੇ ਇੱਕ ਆਪਾਂ ਕਈ ਵਾਰਾਂ ਕਹਿ ਦਿੰਦੇ ਆ ਜੀ ਸਵੇਰੇ ਸਵੇਰ ਲਸਣ ਖਾਣਾ ਚਾਹੀਦਾ ਜੀ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਲਈ ਇਹ ਹਰਮਨ ਜੀ ਦਾ ਬ੍ਰੈਂਟਨ ਤੋਂ ਸਵਾਲ ਆਇਆ ਸਹੀ ਹੈ ਕਿ ਨਹੀਂ ਦੇਖੋ ਗੱਲ ਇਹ ਹੈ ਕਿ ਲਸਣ ਬਹੁਤ ਅੱਛੀ ਚੀਜ਼ ਹੈਗੀ ਹੈ ਔਰ ਸਵੇਰ ਦੇ ਟਾਈਮ ਤਾਂ ਹੋਰ ਵੀ ਬੈਟਰ ਹੈਗਾ ਉਹਦਾ ਰੀਜਨ ਕੀ ਹੈਗਾ ਕਿ ਇਹਦੇ ਵਿੱਚ ਇੱਕ ਕੈਮੀਕਲ ਹੈ ਸਬਸਟੈਂਸ ਹੈ ਜਿਹਨੂੰ ਅਲੀਸਿਨ ਕਹਿੰਦੇ ਹੈਗੇ ਸੋ ਅਲੀਸਿਨ ਦਾ ਫੰਕਸ਼ਨ ਕੀ ਹੈਗਾ ਕਿ ਕੋਲੇਸਟ੍ਰੋਲ ਨੂੰ ਅਨਵਾਂਟਡ ਕੋਲੇਸਟ੍ਰੋਲ ਨੂੰ डिसॉल्व ਕਰਦਾ ਹੈ ਘਟਾਉਂਦਾ ਹੈ ਸੋ ਉਹਦਾ ਪੂਰਾ ਫਾਇਦਾ ਕਿਵੇਂ ਲੈ ਸਕਦੇ ਹੈਗੇ ਆ ਇਹਦਾ ਖਾਣ ਦਾ ਵੀ ਇੱਕ ਤਰੀਕਾ ਹੈ ਜੀ ਲਸਣ ਨੂੰ ਜਿਹੜਾ ਹੈਗਾ ਮੂੰਹ ਦੇ ਵਿੱਚ ਰੱਖ ਕੇ ਇਹਨੂੰ ਚਬਾਉਣਾ ਚਾਹੀਦਾ ਹੈ ਅੱਛਾ ਜੀ ਜੇ ਲ ਚਬੇ ਚਬ ਚਬਾਵਾਂਗੇ ਫਿਰ ਉਹ ਅਲਿਸਨ ਜੋ ਸਬਸਟੈਂਸ ਹੈ ਉਹ ਨਿਕਲਦਾ ਹੈ ਜਿਵੇਂ ਉਹਨੂੰ ਐਜ਼ ਇਟ ਇਜ਼ ਲੈ ਲੈਂਦੇ ਹਾਂ ਉਹ ਨਹੀਂ ਨਿਕਲ ਪਾਂਦਾ ਅੱਛਾ ਜੀ ਹੁਣ ਕਈ ਹੈਗੇ ਨੇ ਉਹਦਾ ਕੈਪਸੂਲ ਲੈ ਲੈਂਦੇ ਨੇ ਕੋਈ ਫਾਇਦਾ ਨਹੀਂ ਨੇ ਬੰਦਾ ਜੇ ਇਹ ਨਾ ਮੜਾ ਜਾ ਸੁੱਟ ਕੇ ਫੜਫੜ ਪਾਣੀ ਪੀ ਲੈਂਦਾ ਇੰਦਰ ਹੀ ਚਲ ਜੇ ਉਹ ਗਲਤ ਹੈ ਅੱਛਾ ਜੀ ਕਿਉਂਕਿ ਉਸ ਵਿੱਚ ਵਾਵਾ ਮੰਗੀ ਜਿੱਦਾਂ ਕਿ ਕਿਰਚ ਕਿਰਚ ਸਾਡੇ ਦੰਦਾ ਥੱਲੇ ਨਹੀਂ ਹੁੰਦੀ ਉਹ ਜੋ ਸਬਸਟੈਂਸ ਹੈ ਜਿਹਨਾਂ ਪੈਲੀਸੈਂ ਕਿੰਨੇ ਆ ਉਹ ਐਕਸਟ੍ਰੇਟ ਨਹੀਂ ਹੋਏਗਾ ਪ੍ਰੋਪਰ ਮਾਤਰਾ ਵਿੱਚ ਜਿਸ ਨੇ ਕੰਮ ਕਰਨਾ ਹੈ ਅੱਛਾ ਜੀ ਸੋ ਉਹ ਖਾਦਾ ਨਾ ਖਾਦਾ ਇੱਕ ਬਰਾਬਰ ਹੈ ਹਾਂ ਹਾਂ ਸੋ ਬੈਸਟਿਕਾ ਕੀ ਹੈਗਾ ਕਿ ਇੱਕ ਦੋ ਤੁਰੀਆਂ ਜਿੰਨੀਆਂ ਵੀ ਅਸੀਂ ਲੈਣੀਆਂ ਹਨ ਉਹਨਾਂ ਮੂੰਹ ਚ ਪਾ ਲਈਏ ਪਹਿਲਾਂ ਤੇ ਨਾਲ ਗਾਰਮ ਪਾਣੀ ਦਾ ਘੁੱਟ ਵੀ ਪਾ ਲਈਏ ਹਾਂ ਪਾਣੀ ਦੇ ਆਪਣੇ ਮੂੰਹ ਇਹਦਾ ਹੈਗਾ ਮੂੰਹ ਚ ਪਾਣੀ ਹੈ ਲੇਕਿਨ ਉਹ ਦੀ ਪਾਣੀ ਦੀ ਮਜੂਰੀ ਦੇ ਵਿੱਚ ਅਸੀਂ ਉਸ ਨੂੰ ਦਬਾਵਾਂਗੇ ਤੇ ਉਹਦਾ ਜਿਹੜਾ ਹੈਗਾ ਇੱਕ ਜੋ ਸਮਝ ਲਓ ਕਿ ਤੇਜ ਉਹਦਾ ਅਸਰ ਹੈਗਾ ਆ ਉਹ ਵੀ ਸਾਡੇ ਜਵਾੜੇ ਨੂੰ ਨਹੀਂ ਲੱਗੇਗਾ ਦੰਦਾਂ ਨੂੰ ਪੂਰਾ ਅਸਰ ਨਹੀਂ ਲੱਗੇਗਾ ਤੇ ਸਾਨੂੰ ਉਹਦਾ ਫਾਇਦਾ ਵੀ ਪੂਰਾ ਮਿਲ ਜਾਏਗਾ ਇਹ ਇੱਕ ਖਾਣ ਦਾ ਤਰੀਕਾ ਇਹ ਵਧੀਆ ਹੈ ਕਿ ਉਸ ਨੂੰ ਚਬਾਇਆ ਵੀ ਗਿਆ ਉਹ ਸਾਨੂੰ ਉਹਦਾ ਜਿਹੜਾ ਹੈਗਾ ਉਹ ਨਹੀਂ ਸਮੈਲ ਜੀ ਆਉਂਦੀ ਹੈ ਉਹ ਵੀ ਉਹ ਵੀ ਨਹੀਂ ਉਹ ਵੀ ਨਹੀਂ ਕੀ ਬਾਤ ਹੈ ਇਹ ਇਹੋ ਜਿਹੇ ਤਰੀਕੇ ਦਾ ਦੱਸਣਾ ਮਤਲਬ ਕਿਹੜਾ ਕਮਾਲ ਹੁੰਦੇ ਅਜੇ ਇੱਕ ਇੱਕ ਸਵਾਲ ਘੋੜੇ ਸ਼ਰਮਾਈ ਦੇ ਤਿੰਨ ਚਾਰ ਸਵਾਲ ਸੀਗੇ ਤੇ ਮੈਂ ਚਾਹਣਾ ਚਲੋ ਉਹਦਾ ਪਹੌੜੀ-ਹੌੜੀ ਜ਼ਿਕਰ ਕਰੀਏ ਉਹ ਕਹਿੰਦੇ ਕਿ ਵੀ ਸ਼ੂਗਰ ਜਿਹੜੀ ਹੈ ਮਤਲਬ ਡਾਇਬੀਟਿਸ ਇਹਦਾ ਕੋ ਇਲਾਜ ਹੈਗਾ ਪੱਕਾ ਬਿਲਕੁਲ ਹੈਗਾ ਜੀ ਅੱਛਾ ਸ਼ੂਗਰ ਦਾ ਇਲਾਜ ਹੈਗਾ ਸ਼ੂਗਰ ਜਿਹੜੀ ਹੈਗੀ ਆ ਪਹਿਲੀ ਗੱਲ ਤੇ ਜਦੋਂ ਸਾਡੇ ਬੇਨਿਸਬੀਆਂ ਨੇ ਆਹਾਰ ਦੇ ਵਿੱਚ ਲਾਈਫ ਸਟਾਈਲ ਦੇ ਵਿੱਚ ਸੋ ਉਹਦੀ ਇਹ ਜਿਹੜੀ ਹੈਗੀ ਆ ਇੱਕ ਬਾਈ ਪ੍ਰੋਡਕਟ ਉਹ 슈ਗਰ ਹੈ। ਹੂੰ। ਔਰ ਇਸ ਨੂੰ ਦੇ ਵਿੱਚ ਜਿੰਨੇ ਵੀ ਅਸੀਂ ਆਪਣਾ ਆਹਾਰ ਸਹੀ ਕਰਕੇ ਜੀ। ਔਰ ਜੋ ਹੈਗਾ ਆਪਣੀ ਸੋਚ ਨੂੰ ਸਹੀ ਕਰਕੇ ਹੂੰ ਹੂੰ ਇਸ ਚੀਜ਼ ਤੋਂ ਅਸੀਂ ਨਿਜਾਤ ਪਾ ਸਕਦੇ ਹਾਂ। ਜੀ। ਸਭ ਤੋਂ ਪਹਿਲੀ ਗੱਲ ਹੈਗੀ ਆ ਕਿ ਮੈਂ ਇਸ ਚੀਜ਼ ਤੇ ਜ਼ਿਆਦਾ ਜ਼ੋਰ ਲੰਨਾ ਹਾਂ। ਹੂੰ। ਵੀ ਭਾਈ ਜਿਸ ਨੇ ਤੰਦਰੁਸਤ ਹੋਣਾ ਹੈ ਹੂੰ। ਸਾਡੇ ਅੰਦਰ ਆਲਰੇਡੀ ਇਤਨਾ ਕ ਮਲ ਹੈ ਜਮਾ ਹੋਇਆ ਪੁਰਾਣਾ ਹਮਮ ਇਹਦਾ ਕਿ ਮੈਂ ਦੱਸਿਆ ਕਿ 15 ਤੋਂ 25 ਪਾਉਂਡ ਤੱਕ ਹਮ ਉਹ ਅੰਦਰ ਜਮ ਜਮ ਕੇ ਜਿਸ ਤਰ੍ਹਾਂ ਬੋਇਲਰ ਦੀ ਸਕੇਲ ਹੁੰਦੀ ਹੈ ਸਾਡੇ ਅੰਦਰ ਇਸ ਤਰ੍ਹਾਂ ਜਮਾ ਹੁੰਦਾ ਹੈ ਹਮ ਔਰ ਲਾਰਜ ਇੰਟੈਸਟਾਈਨ ਪੂਰੀ ਤਰ੍ਹਾਂ ਇੰਫੈਕਟਡ 2 ਇੰਚ ਦਾ ਡਾਇਆ ਹੁੰਦਾ ਹੈ ਉਹ ਸਮਝ ਲਓ ਕਿ ਸਾਰਾ ਉਸਨੇ ਕਵਰ ਕੀਤਾ ਹੈ ਔਰ ਇਹਦੇ ਅੰਦਰ ਕਿੰਨੇ ਬੈਕਟੀਰੀਆ ਕਿੰਨੇ ਪੈਰਾਸਾਈਟ ਨੇ ਅਣਗਿਣਤ ਜਿੰਨੀ ਦੁਨੀਆ ਦੀ ਆਬਾਦੀ ਹੈ ਜੀ ਸੋ ਉਸ ਸਾਰਾ ਕੁਝ ਹੈਗਾ ਆ ਉਦੇ ਵਿੱਚ ਇਹ ਸਾਡਾ ਇਹ ਅੰਨ ਦਾ ਜਿਹੜਾ ਹੈਗਾ ਉੱਪਰ ਹੋਰ ਅੰਨ ਲਈ ਜਾਣਾ ਜੇ ਅਸੀਂ ਸਰੀਰ ਦੀ ਸ਼ੁੱਧੀ ਕਰਨੀ ਹੈ ਸਾਨੂੰ ਪਹਿਲਾਂ ਅੰਨ ਦਾ ਤ્યાਗ ਘਟਾਉਣਾ ਪਏਗਾ ਆਪਣਾ ਕਰਨਾ ਪਏਗਾ ਜੀ ਅੰਨ ਦਾ ਤ્યાਗ ਕਰਾਂਗੇ ਔਰ ਉਹ ਡਾਈਟ ਲਵਾਂਗੇ ਜਿਹਦੇ ਨਾਲ ਪੁਰਾਣਾ ਜੋ ਮਲ ਜਮਿਆ ਹੈ ਉਹ ਨਰਮ ਹੋ ਕੇ ਨਿਕਲਣਾ ਸ਼ੁਰੂ ਹੋਵੇ ਹੂੰ ਹੂੰ ਉਹਦੇ ਲਈ ਚਾਹੇ ਸਾਨੂੰ ਜਿਹੜਾ ਹੈਗਾ ਮਕੈਨੀਕਲ ਏਡ ਦੀ ਲੋੜ ਪਵੇ ਇਹਦਾ ਐਨੀਮਲਸ ਹੈਗੇ ਨੇ डिफरेंट टाइप ਦੇ ਐਨੀਮਲਸ ਹੈਗੇ ਨੇ ਉਹ ਵੀ ਲੈਣੇ ਪੈ ਸਕਦੇ ਨੇ ਜੀ ਤਾਂ ਬਾਕੀ ਜੋ ਹੈਗੇ ਨੇ ਯੂਸੇਜ ਨੇ ਫਰੂਟ ਜੋ ਨੈਚਰਲ ਵੇ ਹੈਗਾ ਉਹ ਹੈਗਾ ਫਲ ਤੇ ਸਬਜ਼ੀਆਂ ਦੇ ਰਸ ਕੱਚਾ ਹਾਰ ਹਮਮ ਲੇਕਿਨ ਕੱਚਾ ਹਾਰ ਲੈਣ ਤੋਂ ਪਹਿਲਾਂ ਫਿਰ ਉਹ ਹੀ ਜੋ ਪਹਿਲਾਂ ਮੈਂ ਦੱਸ ਚੁੱਕਾ ਹਾਂ ਕਿ ਅੱਜਕੱਲ ਇਤਨਾ ਕਿਸ਼ੜਕਾ ਹੈ ਇਤਨੇ ਦਵਾਈਆਂ ਦਾ ਇਤਨਾ ਕਿ ਉਹਨਾਂ ਦੇ ਉੱਪਰ ਅਸਰ ਹੈ ਕਿ ਉਹ ਇੱਕ ਖੁਦ ਭੋਜਨ ਬਣਿਆ ਹੋਇਆ ਹੈ ਤੋ ਪਹਿਲਾਂ ਉਸ ਸਪਰਜਨਸ ਇਫੈਕਟ ਨੂੰ ਨਿਊਟ੍ਰਲਾਈਜ਼ ਕਰਕੇ ਉਹਨਾਂ ਨੂੰ ਡੀਟੌਕਸੀਫਾਈ ਕਰਕੇ ਫਿਰ ਅਸੀਂ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਾਂਗੇ ਪੁਰਾਣੇ ਤੋਂ ਪੁਰਾਣਾ ਮਲ ਜੋ ਹੈਗਾ ਆ ਉਹ ਸਾਡੀ ਬਾਡੀ ਚੋਂ ਨਿਕਲੇਗਾ ਓਨੀ ਦੇਰ ਸਾਡੀ ਬਾਡੀ ਨੂੰ ਇਸ ਇਹ ਦੇ ਹੈਗਾ ਇਸ ਸਿਸਟਮ ਦੇ ਵਿੱਚੋਂ ਇਹ ਜਾ ਇਹ ਸਾਨੂੰ ਇੱਕ ਮੈਂ ਕਿੰਨਾ ਇਹ ਬੇਸ ਬਣਾਉਣਾ ਪੈਗਾ ਤਾਂ ਅਸੀਂ ਇਸ ਚੀਜ਼ਾਂ ਜਿਹੜਾ ਹੈਗਾ ਨਿਕਲਾਂਗੇ ਉਹਦੇ ਵਿੱਚ ਕੀ ਹੋਏਗਾ ਕਿ ਜਿਹੜੀ ਸਾਡੀ ਜੋ ਸਟ्रेस ਹੈਗੀ ਸਾਡੀ ਬਾਡੀ ਤੇ ਪਈ ਉਹ ਨਿਕਲੇ ਖਤਮ ਹੋਏਗੀ ਤਾਂ ਇਹ ਜੋ ਐਕਚੁਅਲੀ ਕੀ ਹੈਗੀ ਹੈ ਜੋ ਡਾਇਬੀਟਿਸ ਦੀ ਸਹੀ ਕਾਰਨ ਹੈ ਉਹ ਇਹ ਹੈਗਾ ਕਿ ਜਿਹੜੀ ਪੈਨਕ੍ਰੀਆਸ ਤੋਂ ਡਿਉਡੀਨਲ ਨੂੰ ਜੋ ਇੱਕ ਟਾਇਨੀ ਟਿਊਬ ਜਾਂਦੀ ਹੈ ਜੀ ਇੱਥੇ ਸੌਰੀ ਮੈਂ ਇੱਕ ਮੈਡੀਕਲ ਸਿਸਟਮ ਜੋ ਹੈਗਾ ਉਹਦੇ ਇਹ ਮੈਂ ਕਹਿੰਦਾ ਉਸ ਤੋਂ ਵੱਖਰਾ ਬੋਲ ਰਿਹਾ ਹੈਗਾ ਹਾਂ ਔਰ ਇਸ ਨੂੰ ਸਮਝਣ ਦੀ ਲੋੜ ਹੈਗੀ ਹੈ ਜੀ ਜੀ ਕਿਉਂਕਿ ਉਹਦੇ ਪਿੱਛੇ ਮੇਰਾ ਐਕਸਪੀਰੀਅੰਸ ਹੈ ਮੇਰੇ ਪਾਸ ਕੇਸਿਸ ਨੇ ਜਿਨ੍ਹਾਂ ਦੇ ਵਿੱਚ ਉਹ ਚੀਜ਼ ਮੈਂ ਦੇਖੀ ਹੈਗੀ ਹੈ ਜੀ ਕਿ ਉਹ ਕੇਸ ਜਿਨ੍ਹਾਂ ਦੇ 40 40 ਯੂਨ ਟੈਨਸੁਲੀਨ ਲੈ ਰਹੇ ਸੀਗੇ ਹਮਮਮਮ ਅਤੇ ਜਦੋਂ ਉਹਨਾਂ ਦੀ ਕਿਸੇ ਕਾਰਨ ਕਰਕੇ ਐਕਸੀਡੈਂਟਲ ਕੇਸੇ ਦੇ ਬੰਦਾ ਗਲਤ ਕਰਦਾ ਹੈ ਕਿ ਜਦੋਂ ਉਹਨਾਂ ਦਾ ਪੋਸਟਮਾਰਟਮ ਕੀਤਾ ਗਿਆ ਹਮਮ ਉਹਨਾਂ ਦਾ ਆਪਣੇ ਪੈਨਕਿ ਦੇ ਅਜ ਨੂੰ ਡਿਸੈਕਟ ਕੀਤਾ ਗਿਆ ਤੇ ਉਹਦੇ ਵਿੱਚ ਇਤਵਾਂ ਸੋਲੋ ਇਨਸੁਲੀਨ ਹਮਮ ਉਸ ਟਾਈਮ ਜਿਹੜੇ ਸੀਗੇ ਪੋਸਟਮਾਰਟ ਕਰਨ ਵਾਲੇ ਡਾਕਟਰ ਉਹਨਾਂ ਨੇ ਵੀ ਦੰਦਾ ਥਲੇ ਜੀਬ ਲੈ ਲਈ ਕਿ ਇਹ ਕਾਰਨ ਕੀ ਹੈ ਹਮਮ ਇਹ ਟੈਨਸੁਲੀਨ ਲੈ ਰਿਹਾ ਬੰਦਾ ਜੀ اور ਇਹਦੀ ਪੈਨਕ੍ਰੀਆਜ਼ ਇنسੁਲੀਨਾਂ ਭਰੀ ਪਈ ਹੈ ਇਹ ਇنسੁਲੀਨ ਕਿੱਥੋਂ ਆ ਗਈ ਐਕਚੁਅਲੀ ਕੀ ਹੈਗਾ ਕਿ ਇੱਥੇ ਫਰਕ ਹੈ ਇਸ ਚੀਜ਼ ਨੂੰ ਇਹ ਰਿਸਰਚ ਦਾ ਵਿਸ਼ਾ ਹੈ ਫਿਰ ਇਸ ਚੀਜ਼ ਨੂੰ ਸਮਝਣ ਦੀ ਲੋੜ ਹੈਗੀ ਆ ਕਿ ਪੈਨਕ੍ਰੀਆਜ਼ ਡੈਡ ਨਹੀਂ ਹੁੰਦੀ ਅੱਛਾ ਜੀ ਕੀ ਹੈਗਾ ਕਿ ਜੋ ਟਾਈਨੀ ਟਿਊਬ ਹੈ ਉਹ ਬੰਦ ਹੁੰਦੀ ਹੈ ਹਾਂ ਹਾਂ ਔਰ ਟਾਈਨੀ ਟਿਊਬ ਕਿੰਦਾ ਦੀ ਹੈ ਜਿਸ ਤਰ੍ਹਾਂ ਇੱਕ ਸਾਡਾ ਵਾਲ ਹੈ ਇੰਨੀ ਬਰੀਕ ਹੈ ਅੱਛਾ ਜੀ ਹੁਣ ਪ੍ਰੋਬਲਮ ਕੀ ਹੈਗੀ ਹੈ ਪ੍ਰੋਬਲਮ ਹੈਗੀ ਹੈ ਕਿ ਇਸ ਟਾਈਨੀ ਟਿਊਬ ਨੂੰ ਖੋਲਣਾ ਹਾਂ ਇਸ ਬਲਾਕ ਨੂੰ ਖੋਲਣਾ ਇਹ ਮੈਡੀਕਲ ਸਾਇੰਸ ਦਾ ਬਸ ਦੀ ਗੱਲ ਨਹੀਂ ਹੈ ਹੂੰ ਇਸ ਵਜ੍ਹਾ ਕਰਕੇ ਅਸੀਂ ਕਹਿੰਦੇ ਜੀ ਇਹ ਇਲਾਜ ਇਲਾਜ ਹੈ ਇਸ ਵਜ੍ਹਾ ਕਰਕੇ ਜੀ ਇਹ ਜੈਨੇਟਿਕ ਡਿਸਆਰਡਰ ਹੈ ਜੀ ਹੂੰ ਇਹ ਫਲਾਹ ਗੱਲ ਹੈ ਜੀ ਆਹ ਕਾਰਨ ਹੈ ਜੀ ਹੈ ਅਜਾ ਮੈਂ ਉਹ ਗੱਲ ਕੀ ਹੁੰਦਾ ਆਪ ਕਿਸੇ ਜਾਈ ਨਹੀਂ ਤੇ ਗੱਲ ਕਰਨੋਂ ਰਹੀ ਨਹੀਂ ਉਹ ਗੱਲ ਇਹ ਹੈ ਕਿ ਉਹਦਾ ਕਾਰਨ ਪਤਾ ਨਹੀਂਗਾ ਲੇਕਿਨ ਅਸੀਂ ਕੀ ਕਰਦੇ ਹਾਂਗੇ ਉੱਪਰੋਂ ਇنسੁਲਿਨ ਦੀਆਂ ਗੋਲੀਆਂ ਹੂੰ ਹਾਂਜੀ ਜੇ ਇنسੁਲਿਨ ਪੈਦਾ ਹੋਵੇ ਉਹ ਦਵਾਈਆਂ ਲੈਣੀ ਸ਼ੁਰੂ ਕਰਤੀਆਂ ਇੰਜੈਕਸ਼ਨ ਲੈਣੇ ਸ਼ੁਰੂ ਕਰਤੇ ਹਮ ਆਲਰੇਡੀ ਅੰਦਰ ਜਿਹੜੀ ਹੈਗੀ ਆ ਸਾਡੇ ਇਨਸੂਲਿਨ ਦੀ ਭਰਪੂਰ ਮਾਤਰਾ ਹੈ ਲੇਕਿਨ ਜੋ ਇਹ ਇੰਡਿਊਸਡ ਅਸੀਂ ਆਪਣੀ ਜਿਹੜੀ ਹੈਗੀ ਆ ਇਨਸੂਲਿਨ ਲਈ ਇਹਦੇ ਆਪਣੇ ਸਾਈਡ ਇਫੈਕਟ ਹਮ ਉਹ ਇੰਨੇ ਕੁ ਜ਼ਿਆਦਾ ਨਹੀਂ ਕਿ ਸਾਡੇ ਹਰ ਆਰਗਨ ਨੂੰ ਆਪਣੇ ਜਿਹੜਾ ਹੈਗਾ ਖਤਰਾ ਪੈਦਾ ਹੋ ਜਾਂਦਾ ਉਹ ਡੈਮੇਜ ਹੋ ਜਾਂਦੇ ਨੇ ਜੀ 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 ਸੋ ਇਸ ਵਜ੍ਹਾ ਕਰਕੇ ਉਹਨਾਂ ਜੋ ਖਤਰਾ ਸਾਨੂੰ ਉਸ ਬਲੌਕੇਜ ਨਾਲ ਨਹੀਂ ਆਉਂਦਾ ਜਿੰਨਾ ਕਿ ਅਸੀਂ ਇਹ ਦਵਾਈਆਂ ਲੈਣ ਕਰਕੇ ਸਾਨੂੰ ਹੁੰਦਾ ਹੈ ਤੁਸੀਂ ਦਾ ਮਤਲਬ ਉਹ ਵਾਲੀ ਜਿੱਦਾਂ ਮੈਂ ਇਹ ਸਮਝ ਪਾ ਰਿਹਾ ਕਿ ਵੀ ਜਿਹੜਾ ਪੈਨਕ੍ਰੀਆ ਹੈ ਉਹਦੇ ਵਿੱਚ ਇਨਸੂਲਿਨ ਜਿਹੜੀ ਆਪਣੀ ਬਾਡੀ ਨੂੰ ਚਾਹੀਦੀ ਹੈ ऑलरेडी ਬਣਦੀ ਹੈ ਤੇ ਇੱਕ ਟਿਊਬ ਰਾਹੀਂ ਆਪਣੀ ਬਾਡੀ ਚ ਇੰਜੈਕਟ ਹੁੰਦੀ ਹੈ ਜੀ ਜੀ ਤੇ ਉਹ ਜਿਹੜੀ ਟਿਊਬ ਹੈ ਉਹ ਨੀਡਲ ਸਮਝ ਲਓ ਕਿ ਬੰਦ ਹੋ ਗਈ ਬਲੌਕ ਹੋ ਗਈ ਤੇ ਆਪਾਂ ਬਿਲਕੁਲ ਬਿਲਕੁਲ ਸਹੀ ਕਿਹਾ ਜੀ ਤੁਸੀਂ ਜਿੰਨਾ ਚਿਰ ਅਸੀਂ ਉਸ ਬਲੌਕੇਜ ਨੂੰ ਕਲੀਅਰ ਨਹੀਂ ਕਰਦੇ ਹਾਂ 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 ਇਹ ਡਾਇਬੀਟਿਸ ਕਿਉਂ ਨਹੀਂ ਹੋ ਸਕਦੀ ਹਮ ਕੋਈ ਵੀ ਇਸ ਨੂੰ ਜਿੰਨਾ ਮਰਜ਼ੀ ਜੋ ਲਾਵੇ ਉਹ ਨਹੀਂ ਹੋਣੀ ਉਹ ਰਿਜ਼ਲਟ ਨਹੀਂ ਮਿਲਦਾ ਉਹ ਨੂੰ ਬੈ ਕੋਲਿਆ ਕਿੰਦਾ ਜਾ ਸਕਦਾ ਉਹਦੇ ਲਈ ਹੈਗਾ ਫਿਰ ਸਾਨੂੰ ਖਾਨ ਖੁਰਾਕ ਸਹੀ ਕਰਨਾ ਪਏਗਾ ਜਿਹੜੇ ਸਬਸਟੈਂਸ ਬਲੋਕੇਜ ਕਰਦੇ ਹਨ ਜੀ ਉਹ ਸਾਨੂੰ ਆਪਣੀ ਡਾਈਟ ਚੋਂ ਛੱਡਨੇ ਪੈਣਗੇ ਹਮਮ ਔਰ ਪਹਿਲਾਂ ਸਭ ਤੋਂ ਪਹਿਲਾਂ ਬਾਡੀ ਦੀ ਕਲਿੰਜਿੰਗ ਕਰਨੀ ਪਏਗੀ ਜੀ ਕਲਿੰਜਿੰਗ ਕਰਕੇ ਉਹ ਜੋ ਚੀਜ਼ਾਂ ਹਨ ਜਿਹਦੇ ਨਾਲ ਜਿਸ ਤਰ੍ਹਾਂ ਹਾਰਡੀਆਂ ਬਲੋਕੇਜ ਕਲੀਅਰ ਹੁੰਦੀਆਂ ਹਨ ਇਸ ਤਰ੍ਹਾਂ ਇਹ ਵੀ ਇੱਕ ਬਲੋਕੇਜ ਹੈ ਜੀ ਇਹ ਬਲੋਕੇਜ ਕਲੀਅਰ ਹੋ ਜਾਏਗੀ ਹਮਮ ਨੈਚਰਲੀ ਜਿਹੜਾ ਹੈਗਾ ਆਪਣਾ ਇਨਸੂਲਿਨ ਵਧਨੇ ਸ਼ੁਰੂ ਹੋ ਜਾਏਗੀ ਔਰ ਇੰਸੂਲੀ ਆਪਣੇ ਜੋ ਡਾਇਬੀਟਿਸ ਹੈਗੀ ਹੈ ਇਹ ਬਿਲਕੁਲ ਕਿਉਰ ਹੋ ਜਾਏਗੀ ਬਿਲਕੁਲ ਖਤਮ ਹੋ ਸਕਦੀ ਹੈਗੀ ਹੈ ਪੌਸਿਬਿਲਿਟੀ ਹੈ ਕਿਆ ਬਾਤ ਲੇਕਿਨ ਇਹ ਲਈ ਇਹ ਸਾਰਾ ਕੁਝ ਸਾਨੂੰ ਇੱਕ ਕਰਨਾ ਪਏਗਾ ਅੱਛਾ ਇਹ ਅੱਛਾ ਡਾਕਟਰ ਸਾਹਿਬ ਇਹ ਸਵਾਲ ਹਰ ਵਾਰ ਹਰ ਐਪੀਸੋਡ ਦੇ ਵਿੱਚ ਪੁੱਛਿਆ ਜਾਂਦਾ ਪਰ ਮੈਂ ਨਾ ਵੀ ਆਪਣਾ ਖਿਆਲ ਨਹੀਂ ਰਹਿ ਜਾਂਦਾ ਜੀ ਇਹ ਮੰਨ ਲਓ ਸਵੇਰੇ ਦੁਪਹਿਰੇ ਤੇ ਸ਼ਾਮੀ ਆਈਡੀਅਲ ਡਾਈਟ ਬੰਦੇ ਦੀ ਕੀ ਹੋਣੀ ਚਾਹੀਦੀ ਜੇ ਕੁਝ ਕੁ ਚੀਜ਼ਾਂ ਤੁਸੀਂ ਦੱਸਣੀਆਂ ਚਾਹੋ ਭੀ ਆ ਆ ਚੀਜ਼ਾਂ ਤੁਹਾਡੀ ਡਾਈਟ 'ਚ ਹੋਣੀ ਚਾਹੀਦੀ ਦੇਖੋ ਆਈਡੀਅਲ ਡਾਈਟ ਇੱਕ ਹੈਲਦੀ ਪਰਸਨ ਲਈ ਜਿਹਨੂੰ ਕੋਈ ਬਿਮਾਰੀ ਨਹੀਂ ਹੈ ਔਰ ਉਹ ਬਿਮਾਰ ਨਹੀਂ ਹੋਣਾ ਚਾਹੁੰਦਾ ਜੀ ਉਹਦੇ ਲਈ ਇਹ ਹੈਗਾ ਕਿ ਸਾਨੂੰ ਜੋ ਵੀ ਮਾਰਨਿੰਗ ਦੇ ਟਾਈਮ ਤੇ ਉੱਤੇ ਸਾਨੂੰ ਇਹਦਾ ਹੈਗਾ ਆਪਣਾ ਫਰੂਟ ਫਰੂਟਸ ਲੈਣੇ ਚਾਹੀਦੇ ਹਨ ਜੀ ਔਰ ਜੋ ਕਾਰਬੋਹਾਈਡਰੇਟਸ ਨੇ ਉਹ ਬਿਲਕੁਲ ਮਿਨੀਮਮ ਕੁਆਂਟੀਟੀ ਦੇ ਵਿੱਚ ਜਿੰਨਾ ਤਾਂ ਕਿ ਜਿੰਨਾ ਵੀ ਕਿਉਂ ਜਿੰਨੇ ਵੀ ਆਪਾਂ ਕਾਰਬੋਹਾਈਡਰੇਟ ਲੈਣੇ ਨੇ ਸਟਾਰਚ ਲੈਣੇ ਨੇ ਜਾਂ ਸੀਰੀਅਲ ਲੈਣੇ ਨੇ ਉਹਨਾਂ ਨੇ ਅਲਟੀਮੇਟਲੀ ਗਲੂਕੋਜ਼ ਬਣ ਕੇ ਉੱਚ ਕਨਵਰਟ ਹੋਣਾ ਹੈਗਾ ਜੀ ਜੀ ਸੋ ਉਸ ਨੂੰ ਜਿੰਨਾ ਕਿ ਆਪਾਂ ਗਲੂਕੋਜ਼ ਨੂੰ ਇਸਤੇਮਾਲ ਕਰ ਸਕੀਏ એનર્ਜੀ ਵਿੱਚ ਕਨਵਰਟ ਕਰ ਸਕੀਏ ਸੋ ਉਹਨਾਂ ਕੀ ਸਾਨੂੰ ਜਿਹੜਾ ਹੈਗਾ ਇਹਨਾਂ ਚੀਜ਼ਾਂ ਦੀ ਲੋੜ ਹੈਗੀ ਹੈ ਉਹਨਾਂ ਕੀ ਸਾਨੂੰ ਜਿਹੜਾ ਹੈਗਾ ਨੇ ਅਨਾਜ ਇੱਥੇ ਡਿਪੈਂਡੈਂਟ ਮੰਨ ਲੋ ਰੱਖਣੀ ਚਾਹੀਦੀ ਹੈਗੀ ਉੰਨੀ ਮਾਤਰਾ ਚ ਲੈਣਾ ਚਾਹੀਦਾ ਹੈਗਾ ਜੀ ਜੀ ਉਸ ਤੋਂ ਬਾਅਦ ਦੁਪਹਿਰ ਤੋਂ ਬਾਅਦ ਜੋ ਹੈਗਾ ਉਹਦੇ ਵਿੱਚ ਜੋ ਸਾਨੂੰ ਆਪਰਾ ਜੋ ਇਸ ਤਰ੍ਹਾਂ ਕਰਕੇ ਜੋ ਪ੍ਰੋਟੀਨ ਹੈਗੀ ਹੈ ਕਿ ਉਹ ਪ੍ਰੋਟੀਨ ਨੂੰ ਲੰਬਾ ਟਾਈਮ ਲੱਗਦਾ ਹੈਗਾ ਹਜ਼ਮ ਕਰਨ ਲਈ ਸੋ ਸਾਨੂੰ ਪ੍ਰੋਟੀਨ ਜੋ ਹੈਗੀ ਹੈ ਉਹ ਪਹਿਲਾਂ ਦੇ ਟਾਈਮ ਯਾਨੀ ਕਿ ਦੁਪਹਿਰ ਤੋਂ ਪਹਿਲਾਂ ਉਹ ਸਾਨੂੰ ਉਹ ਲੈ ਲੈਣੀ ਚਾਹੀਦੀ ਹੈਗੀ ਹੈ ਜਿੱਦ ਦੀ ਸਾਨੂੰ ਲੋੜ ਹੈ ਮੈਂ ਸਮਝ ਗਿਆ ਜੀ ਔਰ ਉਸ ਤੋਂ ਬਾਅਦ ਜੋ ਹੈਗਾ ਯਾਰ ਸਾਨੂੰ ਜਿਆਦਾ ਜੋ ਸਾਦਾ ਹੈਗਾ ਜੋ ਉਹ ਸਾਡਾ ਫਰੂਟਸ ਦੇਤੇ ਤੇ ਫਰੂਟ ਜੂਸ ਦੇ ਉੱਤੇ ਉਹ ਰੱਖਣਾ ਚਾਹੀਦਾ ਹੈਗਾ ਔਰ ਮੈਂ ਕਹਿੰਦਾ ਹੋਰ ਇਸ ਨੂੰ ਵਧੀਆ ਕੀਤਾ ਜਾ ਜੇ ਕਰ ਲਿਆ ਜਾਵੇ ਤਾਂ ਜਿੰਨੇ ਵੀ ਅਨਾਜ ਹਨ ਜੀ ਜੇ ਅਸੀਂ ਇਹਨਾਂ ਨੂੰ ਸਪਰਾਉਟ ਕਰ ਲਈਏ ਹਾਂ ਤਾਂ ਸਪਰਾਉਟ ਕਰਕੇ ਪਹਿਲੀ ਗੱਲ ਤਾਂ ਹੈਗੀ ਅਸੀਂ ਉਹਨਾਂ ਦੀ ਜੋ ਸਮਝ ਲਓ ਕਿ એનર્ਜੀ ਹੈ ਉਹਨਾਂ ਦੇ ਵਿੱਚ ਜੋ ਉਹਨਾਂ ਦੀ ਕੁਆਲਿਟੀ ਉਸ ਨੂੰ ਅਸੀਂ ਬਹੁਤ ਵਧੀਆ ਇੰਪਰੂਵ ਕਰ ਜਾਂਦੇ ਹੈਗੇ ਹਾਂ ਔਰ ਦੂਸਰਾ ਇੱਕ ਪ੍ਰੀ ਡਾਈਜੈਸਟਡ ਫੂਡ ਬਣ ਜਾਂਦਾ ਹੈਗਾ ਸਾਡੇ ਮਿਹਦੇ ਨੂੰ ਵੀ ਬਹੁਤ ਘੱਟ ਹਜਮ ਯਾਨੀ ਕਿ ਜੋ ਲਾਣਾ ਪੈਂਦਾ ਹੈਗਾ ਉਹ ਸੈਲਫ ਡਾਈਜੈਸਟਿੰਗ ਹੁੰਦੇ ਨੇ ਸੋ ਉਹਨਾਂ ਦਾ ਫੂਡ ਜਨੋ ਜਿਹੜਾ ਹੈਗਾ ਇੱਕ ਜਿਹਨ ਦੇ ਮੈਂ ਸਪਰਾਉਟ ਦੀ ਗੱਲ ਕਰਦਾ ਹੈਗਾ ਉਹ ਉੱਤੇ ਮਤਲਬ ਉਹਨੂੰ ਲੈਣਾ ਚਾਹੀਦਾ ਉਸ ਤਰੀਕੇ ਉਸ ਤਰੀਕੇ ਆਪਾਂ ਆਹ ਹਾਂਜੀ ਔਰ ਦੁਪਹਿਰ ਤੋਂ ਬਾਅਦ ਜਿੰਨੇ ਵੀ ਹੈਗੇ ਨੇ ਕਿਉਂਕਿ ਸਾਡੀ ਬਾਡੀ ਦੀ ਬੀਅਰੈਂਟਿਅਰ ਹਾਂ ਕਾਫੀ ਹੁੰਦੀ ਆ ਸਾਰਾ ਦਿਨ ਅਸੀਂ ਕੰਮ ਕਰਦੇ ਆ ਤਾਂ ਉਹ ਜੋ ਬੀਅਰੈਂਟਿਅਰ ਹੈ ਉਸਨੂੰ ਖਤਮ ਕਰ ਲਈ ਇੱਕ ਐਸਡਿਕ এনवायरमेंट ਜਿਹੜਾ ਕਿ ਸਾਡੇ ਬਣ ਗਿਆ ਹੈ ਬਾਡੀ ਦਾ ਉਹਨੂੰ న్యూਟ੍ਰਲਾਈਜ਼ ਕਰਨ ਲਈ ਅਲਕਲਾਈਨ ਕਰਨ ਲਈ ਸਾਨੂੰ ਜਿਹੜੇ ਹੈਗੇ ਨੇ ਵੈਜੀਟੇਬਲਸ ਐਂਡ ਵੈਜੀਟੇਬਲ ਜੂਸਸਸ ਉਹ ਦੁਪਹਿਰ ਤੋਂ ਬਾਅਦ ਲੈਣੇ ਚਾਹੀਦੇ ਹਨ ਤਾਂ ਕਿ ਅਸੀਂ ਉਸ ਜਿਹੜਾ ਹੈਗਾ ਉਹਨਾਂ ਨੂੰ న్యూਟ੍ਰਲਾਈਜ਼ ਕਰ ਸਕੀਏ ਅਫੈਕਟ ਨੂੰ ਜਿਹੜਾ ਕਿ ਸਾਡਾ ਐਸਿਡ ਜ਼ਿਆਦਾ ਬਣਿਆ ਹੈ ਡਾਕਟਰ ਸਾਹਿਬ ਸਮਾਂ ਹੁਣ ਆ ਆਖਰੀ 1 ਮਿੰਟ ਰਹਿ ਗਿਆ ਉਹਦੇ ਵਿੱਚ ਆਸਟ੍ਰੇਲੀਆ ਤੋਂ ਅਮਨਪ੍ਰੀਤ ਜੀ ਦਾ ਇੱਕ ਮੈਸੇਜ ਉਹ ਕਹਿੰਦੇ ਮੇਰੀ 15 ਸਾਲ ਦੀ ਬੇਟੀ ਹੈ ਉਹਨੂੰ ਕਬਜ਼ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਜੀ ਜੀ ਆਈ ਡੋਨਟ ਨੋ ਹਰ ਰੋਜ਼ ਉਹਦਾ ਸਟੂਲ ਪਾਸ ਕਰਨ ਲੱਗਾਂ ਬਹੁਤ ਤਕਲੀਫ ਹੁੰਦੀ ਹੈ ਬਿਲਕੁਲ ਇੱਕ ਅੱਧੇ ਮਿੰਟ ਚ ਕੋਈ ਉਹਦਾ ਇਲਾਜ ਤੁਸੀਂ ਦੇਖੋ ਪਹਿਲੇ ਰਹਿ ਗਏ ਜੀ ਔਰ ਉਹ ਤੋਂ ਇਲਾਵਾ ਜਿੰਨੇ ਹੈਗੇ ਨੇ ਜੋ ਵੀ ਉਹਨਾਂ ਨੇ ਜੂਸ ਜਿਸ ਤਰ੍ਹਾਂ ਦੱਸਿਆ ਹੈਗਾ ਮਾਰਨਿੰਗ ਟਾਈਮ ਤੇ ਫਰੂਟਸ ਔਰ ਆਫਟਰਨੂਨ ਜਿਹੜਾ ਹੈਗਾ ਜੂਸਸ ਵੈਜੀਟੇਬਲ ਦੇ ਉਹ ਸ਼ੁਰੂ ਕਰਨ ਸੈਲਡ ਲੈਣ ਔਰ ਨਾਲ ਜਿਹੜਾ ਹੈਗਾ ਆਪਣਾ ਉਹਨਾਂ ਨੂੰ ਜੇ ਮਕੈਨੀਕਲ ਏਅਰ ਦੀ ਰੋਡ ਪੈਂਦੀ ਹੈ ਅਨੀਮਾ ਵਗੈਰਾ ਦੀ ਉਹ ਵੀ ਲੈ ਕੇ ਆਪਣਾ ਇੰਟਰਸਟਾਈਨ ਨੂੰ ਕਲੀਅਰ ਕਰਨ ਇਹ ਜਿਹੜੀ ਹੈਗੀ ਚੀਜ਼ ਤੋਂ ਇਥੋਂ ਛੁਟਕਾਰਾ ਮਿਲ ਸਕਦਾ ਹੈ ਲਿਕੁਇਡ ਡਾਈਟ ਵਾਲੇ ਪਾਸੋਂ ਲਿਕੁਇਡ ਡਾਈਟ ਦੇ ਅੰਨ ਉਹਨਾਂ ਨੂੰ ਬਿਲਕੁਲ ਥੋੜੀ ਦੇਰ ਲਈ ਛੱਡਣਾ ਪਏਗਾ ਔਰ ਚਾਹੀਦਾ ਹੈਗਾ ਸੋ ਇਸ ਵਾਰ ਹੋਰ ਵੀ ਬਹੁਤ ਸਾਰੇ ਨੇ ਜੀ ਪਰ ਮੈਂ ਸਮੇਂ ਦੀ ਕਮੀ ਕਰਕੇ ਉਹ ਨਹੀਂ ਲੈ ਪਾਇਆ ਸੀ ਕੋਸ਼ਿਸ਼ ਕਰਾਂਗੇ ਡਾਕਟਰ ਸਾਹਿਬ ਕੋਲੋਂ ਦੁਬਾਰਾ ਸਮਾਂ ਲਈਏ ਡਾਕਟਰ ਸਾਹਿਬ ਤੁਸੀਂ ਸਮਾਂ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦੀ। ਥੈਂਕ ਯੂ ਜੀ। ਸੋ ਤੇ ਇਸ ਦੇ ਨਾਲ ਹੀ ਆਪਾਂ ਨੇ ਇਸ ਪ੍ਰੋਗਰਾਮ ਨੂੰ ਫਾਈਨ ਫੋਕਸ ਦੇ ਉੱਤੇ ਸਮਾਪਤ ਕਰਦੇ ਹਾਂ ਜੇ ਤੁਸੀਂ ਇਸ ਪ੍ਰੋਗਰਾਮ ਨੂੰ ਵਿਚਾਰਿਆ ਕਿਤੇ ਦੇਖਣਾ ਸ਼ੁਰੂ ਕੀਤਾ ਤਾਂ ਉਸ ਇਸ ਪ੍ਰੋਗਰਾਮ ਨੂੰ ਪੂਰਾ ਦੇਖ ਸਕਦੇ ਹੋ ਜੀ YouTube ਦੇ ਉੱਪਰ ਸਾਡਾ ਪ੍ਰਾਈਮੇਸ਼ਾ ਟੀਵੀ ਦੇ YouTube ਚੈਨਲ ਦੇ ਉੱਪਰ ਜਾ ਕੇ ਬਹੁਤ ਸਾਰੀਆਂ ਵੀਡੀਓਜ਼ ਨੇ ਪਹਿਲੇ ਪ੍ਰੋਗਰਾਮ ਵੀ ਤੁਸੀਂ ਦੇਖ ਸਕਦੇ ਹੋ ਡਾਕਟਰ ਸਾਹਿਬ ਦੀਆਂ ਪਹਿਲੀਆਂ ਵੀਡੀਓਜ਼ ਵੀ ਇੱਥੇ ਮੌਜ ਜ਼ਰੂਰ ਪ੍ਰੈਸ ਕਰੋ ਲਾਇਕ ਕਰੋ ਇਸ ਤੋਂ ਇਲਾਵਾ ਹੋਰ ਜਿਹੜੀ ਵੀ ਚੀਜ਼ ਤੁਸੀਂ ਜਾਣਨੀ ਚਾਹੋ ਸਾਡੇ ਵਟਸਐਪ ਨੰਬਰ ਦੇ ਉੱਪਰ ਜ਼ਰੂਰ ਮੈਸੇਜ ਕਰਨਾ ਤਾਂ ਜੋ ਤੁਹਾਡੀ ਚੋਆਇਸ ਤੁਸੀਂ ਕੀ ਸੋਚਦੇ ਹੋ ਪ੍ਰਾਈਮੇਸ਼ਾ ਟੀਵੀ ਦੇ ਬਾਰੇ ਵਿੱਚ ਉਹ ਸਾਨੂੰ ਪਤਾ ਲੱਗ ਸਕੇ ਦੇਖਦੇ ਰਹੋ ਪ੍ਰਾਈਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ